ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਸਾਰੇ ਜਾਣਦੇ ਹੀ ਹੋ ਕਿ ਸਿੰਸ ਕੋਵਿਡ ਅਸੀਂ ਸਭ ਨੇ ਰਲ ਕੇ ਇੱਕ ਉਪਰਾਲਾ ਕੀਤਾ ਹੈ ਕਿ ਹਰ ਹਫ਼ਤੇ ਅਸੀਂ ਸੈਟਰਡੇ ਨੂੰ ਤੁਹਾਡੇ ਸਾਰਿਆਂ ਨਾਲ ਰੂਬਰੂ ਹੋ ਸਕੀਏ, ਜਿਹਦੇ ਵਾਸਤੇ ਹੁਣ ਤੱਕ ਅਸੀਂ ਲੜੀ ਦੇ ਵਿੱਚ ਕਰੂਐਲਿਟੀ, ਮਦਰ ਔਰ ਇਸ ਤਰ੍ਹਾਂ ਦੇ ਬੜੇ ਸਾਰੇ ਟੋਪਿਕਸ ਸੰਗਤ ਨਾਲ ਸਾਂਝ ਕਰ ਚੁੱਕੇ ਹਾਂ। ਅਤੇ ਸਾਡੀ ਸੰਗਤ ਵੱਲੋਂ ਵੀ ਜੀ ਅੱਜ ਸਾਡੇ ਨਾਲ ਕਾਫੀ ਸਾਰੇ ਸਟੂਡੈਂਟਸ ਵੀ ਜੁੜੇ ਨੇ ਡਿਫਰੈਂਟ ਅਕੈਡਮੀਜ਼ ਤੋਂ। ਸੋ ਦੇਰ ਇਜ਼ ਅ ਰਿਕੁਐਸਟ ਕਿ ਇਫ ਯੂ ਕੈਨ ਯੂਜ਼ ਪੰਜਾਬੀ, ਹਿੰਦੀ ਐਂਡ ਇੰਗਲਿਸ਼ ਆਲਸੋ, ਇਟ ਵਿਲ ਬੀ ਈਜ਼ੀ ਫੋਰ ਦੈਮ ਟੂ ਰਿਲੇਟ। ਅਤੇ ਵੈਨ ਐਵਰ ਇਟ ਇਜ਼ ਪੋਸੀਬਲ ਫੋਰ ਯੂ, ਅਤੇ ਸਾਡੇ ਨਾਲ WHO ਤੋਂ ਐਨਿਕਾ ਹੈਗੇ ਨੇ, ਉਹ ਵੀ ਸਾਡੇ ਨਾਲ ਆਪਣੀ 15 ਮਿੰਟ ਦੀ ਪ੍ਰੈਜੈਂਟੇਸ਼ਨ ਸ਼ੇਅਰ ਕਰਨਾ ਚਾਹੁੰਦੇ ਨੇ। ਜਦੋਂ ਵੀ ਤੁਸੀਂ ਸਾਨੂੰ ਉਹਦੇ ਵਾਸਤੇ ਟਾਈਮ ਦਿਓਗੇ ਤਾਂ ਆਈ ਵੁੱਡ ਆਸਕ ਕਿ ਉਹ ਜੁਆਇਨ ਕਰ ਲੈਣ। ਪਲੱਸ ਸਾਡੀ ਤੁਹਾਨੂੰ ਇਹ ਰਿਕੁਐਸਟ ਰਹੇਗੀ ਕਿ ਸੰਗਤ ਵੱਲੋਂ ਵੀ ਇਹੀ ਰਿਕੁਐਸਟ ਹੈ ਕਿ ਪਹਿਲਾਂ ਤੁਸੀਂ ਆਪਣਾ ਟੋਪਿਕ ਅੱਜ ਸਾਡੇ ਨਾਲ ਸਭ ਨਾਲ ਸਾਂਝ ਕਰੋ, ਅਤੇ ਆਫਟਰ ਸੇ ਅਰਾਊਂਡ 7:15 ਵੀ ਕੈਨ ਫੋਲੋ ਦਾ ਸੇਮ ਸਿਸਟਮ ਵੇਅਰ ਵੀ ਕੈਨ ਟੇਕ ਕੁਐਸਚਨਸ, ਵੀ ਕੈਨ ਟੇਕ ਥਿੰਗਸ, ਐਂਡ ਵੀ ਆਰ ਰੀਅਲੀ ਥੈਂਕਫੁਲ ਟੂ ਯੂ। ਮੰਮੀ ਕੋ ਜੇ ਲਿੰਕ ਉਨਕੋ ਪਤਾ ਚਲੇਗਾ ਨਹੀਂ, ਆਪਣਾ ਬਟਨ ਦਬਾ ਦੇਗਾ, ਆਪਣੀ ਫੋਟੋ ਦਿਖਾਏਗਾ। ਤੁਸੀਂ ਜਿਹੜਾ ਇਹ ਕੀਮਤੀ ਟੋਪਿਕ ਅੱਜ ਸਾਡੇ ਨਾਲ ਗੁਰਬਾਣੀ ਦੀ ਰਹਿਨੁਮਾਈ ਹੇਠਾਂ ਸ਼ੇਅਰ ਕਰੋਗੇ, ਅਤੇ ਇੱਕ ਗੱਲ ਹੋਰ ਅਸੀਂ ਸ਼ੇਅਰ ਕਰਨਾ ਚਾਹੁੰਦੇ ਹਾਂ ਕਿ ਜੋ ਲਿਵਿੰਗ ਚੇਅਰ ਇੱਕ ਪ੍ਰੋਗਰਾਮ ਹੈ, ਇਹ ਕਿਸੇ ਵੀ ਧਰਮ ਜਾਂ ਫਿਰ ਕਿਸੇ ਇੱਕ ਰਿਲੀਜਨ ਦੇ ਬਾਰੇ ਸਪੈਸੀਫਿਕ ਗੱਲ ਨਹੀਂ ਕਰਦਾ। ਇਹਦੇ ਵਿੱਚ ਅਸੀਂ ਗੁਰਬਾਣੀ ਤੋਂ ਸੇਧ ਲੈਂਦੇ ਹਾਂ, ਬਟ ਯੂਨੀਵਰਸਲ ਟਰੁੱਥ ਅਤੇ ਉਸ ਸੱਚ ਦੀ ਗੱਲ ਕਰਦੇ ਹਾਂ ਜਿਹੜਾ ਕਿ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਦੇ ਨਾਲ ਮੇਲ ਖਾਂਦਾ ਹੈ, ਅਤੇ ਜਿਸਦੀ ਚੁੱਭੀ ਮਾਰਦੇ ਹਾਂ ਅਸੀਂ ਆਪਣੇ ਜ਼ਿੰਦਗੀ ਨੂੰ ਹੋਰ ਬਿਹਤਰ ਬਣਾ ਸਕਦੇ ਹਾਂ ਅਤੇ ਆਪਣੀ ਲਾਈਫ ਨੂੰ ਹੋਰ ਚੰਗੇ ਤਰੀਕੇ ਨਾਲ ਜੀ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਓ ਆਈ ਵੁੱਡ ਰਿਕੁਐਸਟ ਵੀ ਜੀ ਟੂ ਪਲੀਜ਼ ਸ਼ੇਅਰ ਟੂਡੇਜ਼ ਟੋਪਿਕ ਵਿਦ ਅਸ। ਸਾਰਿਆਂ ਨੂੰ ਮੈਂ ਫਿਰ ਜੀ ਆਇਆਂ ਨੂੰ ਕਹਿੰਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਮਸਕਾਰ, ਅਸਲਾਮ ਅਲੈਕਮ। ਜਿਸ ਤਰ੍ਹਾਂ ਸਾਡੇ ਪ੍ਰੋਗਰਾਮਾਂ 'ਚ ਸਾਰੇ ਮਜ਼ਮਾਂ ਵਾਲੇ ਆਉਂਦੇ ਨੇ, ਤਾਂ ਮੈਂ ਸਾਰਿਆਂ ਨੂੰ ਕਰਦਾ ਪਲੀਜ਼ ਵੀ ਗੋ ਹੈ। ਅਮਨ ਜੀ, ਸਾਡੇ ਗਰੁੱਪ ਵਿੱਚ ਸਤਵਿੰਦਰ ਕੌਰ ਔਰ ਗੁਰਮੀਤ ਸਿੰਘ ਜੀ ਬੰਬੇ ਤੋਂ ਨੇ ਜੀ, ਕੈਨੋਟ ਲਿਸਨ ਟੂ ਯੂ ਵੀਰੇ। ਜੀ ਪਲੀਜ਼। ਹਾਂਜੀ, so you said meri fate saanjh ho gayi hai ji, sirf ohi baat hi dassi ki saade naal bombay to Gurmeet ji te
ਸਤਪਿੰਦਰ ਜੀ ਅਮਨ ਜੀ ਮੇਰਾ ਮੇਰਾ ਵੋਲਿਊਮ ਠੀਕ ਹੈ ਮੇਰਾ ਵੋਲਿਊਮ ਲੋ ਹੈ ਵੀਰੀ ਨਾਓ ਇਟ ਇਜ਼ ਬੈਟਰ ਵੀ ਜੀ ਰੋਮੀ ਆਨੰਦ ਜੀ ਹੈਗੇ ਨੇ ਵੀ ਵੁੱਡ ਰਿਕੁਐਸਟ ਕਿ ਜੇਕਰ ਆਪਣਾ ਉਹ ਮਾਈਕ ਮਿਊਟ ਕਰ ਲੈਣ ਬਿਕੋਜ਼ ਵੀ ਕੈਨ ਨਾਟ ਮਿਊਟ ਹਿਮ ਫਰੋਮ ਹੇਅਰ ਆਈ ਵੁੱਡ ਰਿਕੁਐਸਟ ਐਵਰੀਵਨ ਵਾਂਸ ਅਗੇਨ ਕਿ ਇਟਸ ਵੀ ਹੈਵ ਮੋਰ ਦੈਨ 200 ਯੂਜ਼ਰਸ ਹੇਅਰ ਸੋ ਇਟਸ ਵੈਰੀ ਡਿਫੀਕਲਟ ਟੂ ਮੈਨੇਜ ਫਰੋਮ ਵਨ ਸਕਰੀਨ ਸੋ ਜੇਕਰ ਤੁਸੀਂ ਸਾਡੇ ਨਾਲ ਹੈਲਪ ਕਰੋਗੇ ਅਤੇ ਆਪਣੇ ਮਾਈਕਸ ਮਿਊਟ ਰੱਖੋਗੇ ਤਾਂ ਵੀ ਕੈਨ ਰੀਅਲੀ ਡੂ ਦਾ ਪ੍ਰੋਗਰਾਮ ਇਨ ਦਾ ਬੈਸਟ ਪੋਸੀਬਲ ਮੈਨਰ ਮੈਂ ਗੱਲ ਕਰ ਰਿਹਾ ਸੀ ਕਿ ਸਾਡਾ ਜਿਹੜੀ ਡੇਲੀ ਦੀ ਵੀਡੀਓ ਬਣਦੀ ਹੈ ਉਹਦੀ ਟੀਮ ਦੇ ਅੰਦਰ ਸਾਡੇ ਕੋਲ ਬੰਬੇ ਔਰ ਕਈ ਜਗ੍ਹਾ ਤੋਂ ਸੱਜਣ ਦਿੱਲੀ ਦੀ ਟੀਮ ਦੇ ਨਾਲ ਮਿਲ ਕੇ ਸ਼ਾਰਟ ਵੀਡੀਓ ਰੋਜ਼ ਬਣਾਉਂਦੇ ਨੇ ਅਤੇ ਲੜੀਵਾਰ ਵੀਡੀਓ ਵੀ ਬਣਦੀ ਹੈ ਸੋ ਬੰਬੇ ਤੋਂ ਸਤਵਿੰਦਰ ਕੌਰ ਔਰ ਗੁਰਜੀਤ ਸਿੰਘ ਜੀ ਇਹਨਾਂ ਨੇ ਮੈਨੂੰ ਇਸ ਵਾਰੀ ਕਿਹਾ ਕਿ ਵੀਰ ਜੀ ਬਹੁਤ ਬਰਨਿੰਗ ਟੌਪਿਕ ਹੈ ਕਿ ਤੁਸੀਂ ਇਹ ਡਿਪਰੈਸ਼ਨ ਬਾਰੇ ਗੱਲ ਸਾਂਝ ਕਰੋ ਕਿਉਂਕਿ ਕਾਫੀ ਲੋਕੀ ਡਿਪਰੈਸਡ ਹਨ ਔਰ ਇਹ ਇਸ ਵੇਲੇ ਨੀਡ ਆਫ ਦਾ ਆਵਰ ਹੈ ਤਾਂ ਮੈਂ ਉਹਨਾਂ ਦੀ ਇਸ ਕਾਲ ਨੂੰ ਲੈ ਲਿਆ ਹੈ ਵੈਸੇ ਅਸੀਂ ਪਹਿਲਾਂ ਡਿਪਰੈਸ਼ਨ ਉੱਤੇ ਸੁਸਾਈਡ ਉੱਤੇ ਵਰੀਜ਼ ਉੱਤੇ ਕਾਫੀ ਸਾਰੇ ਸੈਮੀਨਾਰ ਕਰ ਚੁੱਕੇ ਹਾਂ ਸਾਰਿਆਂ ਦੀ ਇਨਫੋਰਮੇਸ਼ਨ ਵਾਸਤੇ ਮੈਂ ਸ਼ੇਅਰ ਕਰ ਰਿਹਾ ਕਿ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਸਾਡੀ ਸਾਈਟ ਤੇ ਮਿਲ ਜਾਣਗੀਆਂ ਜਾਂ ਯੂਟਿਊਬ ਤੇ ਮਿਲ ਜਾਣਗੀਆਂ ਅੱਜ ਅਸੀਂ ਆਪਣੇ ਟੌਪਿਕ ਨੂੰ ਸਮਝਣ ਵਾਸਤੇ ਇੱਕ ਸ਼ਲੋਕ ਪੜ੍ਹਿਆ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਉਹ ਅਸੀਂ ਪੜ੍ਹਿਆ ਪੱਬਰ ਤੂੰ ਹਰਿਆਵਲਾ ਕੰਵਲਾ ਕੰਚਨ ਵਨ ਉਹਦੇ ਸਿੰਪਲ ਮੀਨਿੰਗ ਨੇ ਕਿ ਪੱਬਰ ਮਤਲਬ ਇੱਕ ਕ੍ਰੀਕ ਨੂੰ ਇੱਕ ਪੌਂਡ ਨੂੰ ਪੁੱਛਿਆ ਜਾ ਰਿਹਾ ਬਈ ਤੂੰ ਹਰਾ ਭਰਾ ਸੀ ਤੇਰੇ ਅੰਦਰ ਲੋਟਸ ਫਲਾਵਰਸ ਖਿਲਦੇ ਸੀ ਕਹਿ ਦੋਖੜੇ ਸੜੇ ਹੋਏ ਕੀ ਕਾਰਨ ਹੋਇਆ ਕਿ ਤੂੰ ਹੁਣ ਸੜ ਗਿਆ ਤੇਰੇ ਚੋਂ ਅੱਛੀ ਸਮੈਲ ਨਹੀਂ ਆ ਰਹੀ ਤੇਰੇ ਸਾਰੇ ਫਲਾਵਰ ਸੜ ਗਏ ਨੇ ਤਾਂ ਤੂੰ ਕਿਉਂ ਇਸ ਤਰ੍ਹਾਂ ਹੋ ਗਿਆ ਇਹ ਕੁਸ਼ਚਨ ਆਨਸਰ ਕਰਨ ਦਾ ਢੰਗ ਹੈ ਇੱਕ ਵਿਜ਼ਡਮ ਨੂੰ ਲੈਣ ਦਾ ਜਿਹੜਾ ਮਿਸਟਿਕ ਢੰਗ ਹੁੰਦਾ ਨਾ ਉਸ ਤਰੀਕੇ ਦੇ ਨਾਲ ਗੁਰੂ ਨਾਨਕ ਸਾਹਿਬ ਨੇ ਕ੍ਰੀਕ ਨੂੰ ਪੁੱਛਿਆ ਤੇ ਉਹਦੇ ਵਾਸਤੇ ਪਹਿਲਾਂ ਕੁਸ਼ਚਨ ਪੁੱਟਅਪ ਕਰਕੇ ਫਿਰ ਉਹਦੇ ਵੱਲੋਂ ਆਨਸਰ ਸਾਨੂੰ ਸਮਝਾਇਆ ਪੱਬਰ ਤੂੰ ਹਰਿਆਵਲਾ ਕਮਲਾ ਕੰਚਨ ਵਨ ਕਹਿ ਦੋਖੜੇ ਸੜੇ ਹੋਏ ਕਾਲੀ ਹੋਈ ਆ ਦਿਉਰੀ ਕਾਲੀ ਹੋਈ ਆ ਦਿਉਰੀ ਦਾ ਮਤਲਬ ਹੁੰਦਾ ਹੈ ਕਿ ਤੇਰਾ ਸਾਰਾ ਸਰੀਰ ਮੀਨਸ ਪੂਰਾ ਸਾਰਾ ਪੌਂਡ ਜਿਹੜਾ ਹੈ ਉਹ ਖਰਾਬ ਕਿਉਂ ਹੋ ਗਿਆ ਕਾਲੀ ਹੋਈ ਆ ਦਿਉਰੀ ਨਾਨਕ ਮੈਂ ਤਨ ਪਾਂਗ ਸੋ ਸਾਰਾ ਕੁਛ ਡਿਸਟਰਬ ਹੋ ਗਿਆ ਅਸੀਂ ਇੱਥੋਂ ਇੱਕ ਮੈਸੇਜ ਲਵਾਂਗੇ ਕਿ ਅਸੀਂ ਅੰਦਰੋਂ ਜਦੋਂ ਡਿਸਟਰਬ ਹੋ ਜਾਂਦੇ ਹਾਂ ਸਾਡੀ ਬਾਡੀ ਦੇ ਜਿਹੜੇ ਕੈਮੀਕਲਸ ਨੇ ਵਟ ਐਵਰ ਮੈਡੀਕਲ ਸੈਂਸ ਵਿੱਚ ਹੈ ਉਹ ਸਾਰਾ ਕੁਛ ਇਮਬੈਲੈਂਸ ਹੋ ਜਾਂਦਾ ਉਹ ਡਿਸਟਰਬ ਹੋ ਜਾਂਦਾ ਇਹਦਾ ਮਤਲਬ ਸਾਨੂੰ ਨਾ ਆਪਣੇ ਆਪ ਦਾ ਥੋਟ ਪ੍ਰੋਸੈਸ ਸਾਨੂੰ ਚੈੱਕ ਕਰਨਾ ਪਏਗਾ
ਅਸੀਂ ਨਾ ਬਚਪਨ ਤੋਂ ਇੱਕ ਥੋਟ ਪ੍ਰੋਸੈਸ ਵੀਵ ਕਰਦੇ ਰਹਿੰਦੇ ਹਾਂ, ਔਰ ਜੈਸਾ ਥੋਟ ਪ੍ਰੋਸੈਸ ਅਸੀਂ ਵੀਵ ਕਰਦੇ ਰਹਿੰਦੇ ਹਾਂ, ਸਾਡਾ ਜਿਹੜਾ ਪੈਟਰਨ ਹੁੰਦਾ ਨਾ ਸੋਚਣ ਦਾ ਢੰਗ, ਉਹਨੂੰ ਅਸੀਂ ਪੈਰਾਡਿਗਮ ਕਹਿੰਦੇ ਹਾਂ, ਉਹਨੂੰ ਅਸੀਂ ਕਰਮ ਕਹਿੰਦੇ ਹਾਂ, ਉਹਨੂੰ ਅਸੀਂ ਵਿਚਾਰਧਾਰਾ ਕਹਿੰਦੇ ਹਾਂ। ਸੋ ਜੈਸਾ ਅਸੀਂ ਸੋਚਦੇ ਹਾਂ ਨਾ ਵੈਸਾ ਸਾਡਾ ਕਰੈਕਟਰ ਬਣਦਾ ਜਾਂਦਾ ਹੈ, ਲੇਕਿਨ ਉਹ ਸਾਨੂੰ ਨਾ ਵੱਡੇ ਹੋ ਕੇ ਜੇਕਰ ਅਸੀਂ ਠੀਕ ਤਰੀਕੇ ਨਾਲ ਆਪਣੇ ਆਪ ਨੂੰ ਐਲੀਵੇਟ ਨਹੀਂ ਕਰਦੇ ਹਾਂ ਤਾਂ ਅਸੀਂ ਮੈਂਟਲੀ ਡਿਸਟਰਬ ਵੀ ਹੋ ਜਾਂਦੇ ਹਾਂ। ਅੱਜ ਕੱਲ੍ਹ ਕੋਰੋਨਾ ਦਾ ਯੁੱਗ ਚੱਲ ਰਿਹਾ ਤਾਂ ਕੋਰੋਨਾ ਵਿੱਚ ਸਾਰੇ ਕਹੀ ਜਾ ਰਹੇ ਨੇ ਇਮਿਊਨਿਟੀ ਸਟਰੋਂਗ ਹੋਣੀ ਚਾਹੀਦੀ ਹੈ। ਮੈਂ ਸੋਚ ਰਿਹਾ ਕਿ ਸਾਡੀ ਇਮਿਊਨਿਟੀ ਸਟਰੋਂਗ ਹੋਣ ਤੋਂ ਪਹਿਲਾਂ ਇਮਿਊਨਿਟੀ ਫਿਜ਼ੀਕਲ ਲੈਵਲ 'ਤੇ ਸਟਰੋਂਗ 'ਤੇ ਅਸੀਂ ਸਾਰੇ ਕਰਨ ਵਾਸਤੇ ਤਿਆਰ ਹੋ ਗਏ, ਲੇਕਿਨ ਹਜ਼ਾਰਾਂ ਸਾਲਾਂ ਤੋਂ ਅਸੀਂ ਇਹ ਗੱਲ ਨਹੀਂ ਸਮਝ ਪਾ ਰਹੇ ਹਾਂ ਕਿ ਸਾਡੀ ਜਿਹੜੀ ਮੈਂਟਲ ਪਾਵਰ ਹੈ ਨਾ, ਜੋ ਸਾਡੇ ਮਨ ਦੀ ਬਲਵਾਨਤਾ ਹੈ, ਉਹਦੀ ਇਮਿਊਨਿਟੀ ਸਟਰੋਂਗ ਕਰਨੀ ਹੈ। ਸਟਰੋਂਗ ਹੋਏਗੀ, ਬਲਵਾਨ ਹੋਏਗਾ, ਤਾਕਤ ਆਏਗੀ, ਬਾਡੀ ਸਿਸਟਮ ਸਾਰਾ ਬੈਲੈਂਸਡ ਰਹੇਗਾ ਔਰ ਅਸੀਂ ਖਿੜੇ ਰਹਾਂਗੇ। ਉਹਦੇ 'ਚ ਕਹਿ ਰਹੇ ਨੇ ਬੱਬਰ ਤੂੰ ਹਰਿਆਵਲਾ ਕਮਲਾ ਕੰਚਨ ਮਨ ਕਹਿ ਦੋਖੜਾ ਸੜੇ ਹੋਏ ਕਾਲੀ ਹੋਈ ਆ। ਸਾਰਾ ਬਾਡੀ ਸਿਸਟਮ ਡਿਸਟਰਬ ਹੋ ਗਿਆ। ਪੱਬਰ ਇੱਕ ਕ੍ਰੀਕ ਬਾਹਰ ਵਾਲੇ ਪੌਂਡ ਨੂੰ ਪੁੱਛਿਆ ਕਿ ਉਹ ਸੜ ਗਿਆ ਹੈ, ਉਹਦੇ 'ਚ ਓਡਰ ਆਉਂਦੀ ਹੈ, ਉਹ ਬਲੋਸਮਿੰਗ ਨਹੀਂ ਹੈ, ਉੱਥੇ ਅਲਗੀ ਜੰਮ ਗਈ ਹੈ, ਕਾਈ ਜੰਮ ਗਈ ਹੈ, ਉੱਥੇ ਮੱਛਰ ਪੈ ਗਏ ਨੇ। ਪਰ ਇਹ ਸਾਰਾ ਜੇ ਆਪਣੇ 'ਤੇ ਟੁਕਾਵਾਂਗੇ ਤਾਂ ਆਪਣੇ ਅੰਦਰ ਦੇ ਥਾਟ ਪ੍ਰੋਸੈਸ ਦੀ ਗੱਲ ਚੱਲ ਰਹੀ ਹੈ, ਜਿਹਦੇ ਕਾਰਨ ਸਾਡਾ ਬਾਹਰ ਦਾ ਬਿਹੇਵੀਅਰ ਵੀ ਡਿਪਰੈਸਡ ਹੋ ਜਾਂਦਾ ਹੈ। ਹੁਣ ਪੱਬਰ ਬਣ ਕੇ ਆਂਸਰ ਕਰਦੇ ਨੇ, ਜਾਣਾ ਪਾਣੀ ਨਾ ਲਹਾਂ ਜੈ ਸੇਤੀ ਮੇਰਾ ਸੰਗ, we really don't see anybody here, I don't know ki awaaz kitho aa rahi hai, everybody is muted, please Vijay. CS Makkad ji ne ohna di awaaz aa rahi hai. Aman ji tusi na sab nu mute kar dio, only co-host would be settings se ja ke only allow co-host to mute unmute ਕਿ ਡਿਸਟਰਬੈਂਸ ਨਹੀਂ ਹੈ, ਦਵੀ ਜੀ ਨੂੰ ਕੋਹਸ ਬਣਾ ਦਿਓ। ਠੀਕ ਹੈ ਜੀ, ਪਲੀਜ਼ ਵੀ ਜੀ। ਹਾਂਜੀ ਅਮਨ ਜੀ, ਅਸੀਂ ਗੱਲ ਕਰ ਰਹੇ ਸੀ ਕਿ ਹੁਣ ਉਹ ਕ੍ਰੀਕ ਬਣ ਕੇ ਗੁਰੂ ਨਾਨਕ ਸਾਹਿਬ ਸਾਨੂੰ ਸਮਝਾਉਣ ਵਾਸਤੇ, ਸਾਨੂੰ ਆਪਟੀਮਾਈਜ਼ ਕਰਾਉਣ ਵਾਸਤੇ, ਤਾਂ ਕਿ ਅਸੀਂ ਆਪਣੇ ਥੋਟ ਪ੍ਰੋਸੈਸ ਵਿੱਚ ਆਪਟੀਮਿਸਟਿਕ ਹੋ ਸਕੀਏ, ਵੀ ਆਪਣੀ ਇੰਟਰੋਸਪੈਕਸ਼ਨ ਕਰ ਸਕੀਏ, ਰਾਈਟ, ਔਰ ਲੈਵਲ ਲੋ ਹੋ ਗਿਆ ਨਾ ਤੁਹਾਡਾ ਸੋਚਣੀ ਦਾ ਥੋਟ ਪ੍ਰੋਸੈਸ ਡਾਊਨ ਚਲਾ ਗਿਆ, ਤਾਂ ਉਹਦੇ ਨੇ ਜਾਣਾ ਪਾਣੀ ਨਾ ਲਹਾਂ ਜੈਸੀ ਕਿ ਮੇਰਾ ਸੰਗ, ਜਿਹੜਾ ਪੌਂਡ ਹੁੰਦਾ ਨਾ ਉਹਦੇ 'ਚ ਇੱਕ ਪਾਸਿਓਂ ਪਾਣੀ ਆਉਂਦਾ ਰਹਿੰਦਾ ਹੈ ਔਰ ਦੂਜੇ ਪਾਸਿਓਂ ਓਵਰਫਲੋ ਕਰਦਾ ਰਹਿੰਦਾ ਹੈ, ਇਹਦੇ ਨਾਲ ਉਹ ਫਰੈਸ਼ ਰਹਿੰਦਾ ਹੈ, ਇਹਦੇ ਨਾਲ ਅਲਗੀ ਵੀ ਨਹੀਂ ਜੰਮਦੀ ਹੈ, ਉਹਦੇ ਅੰਦਰ ਮੱਛਰ ਜਾਲਾ ਵੀ ਨਹੀਂ ਪੈਂਦਾ ਹੈ, ਔਰ ਉਹਦੇ ਅੰਦਰ ਸਾਰੇ ਫਲਾਵਰਸ ਵੀ ਬਲੋਸਮਿੰਗ ਰਹਿੰਦੇ ਨੇ। ਸੋ ਜਦੋਂ ਅਸੀਂ ਆਪਣੇ ਥੋਟ ਪ੍ਰੋਸੈਸ ਵਿੱਚ
ਆਪਣੀ ਸੋਚਣੀ ਦੇ ਢੰਗ ਵਿੱਚ ਓਪਨਨੈਸ ਨਹੀਂ ਰੱਖਦੇ ਹਾਂ, ਬਰਾਡ ਮਾਈਂਡਿਡ ਨਹੀਂ ਹੁੰਦੇ ਹਾਂ, ਅਸੀਂ ਸੁਣਨਾ ਚਾਹੁੰਦੇ ਹੀ ਨਹੀਂ ਹਾਂ, ਕੁਛ ਸਿੱਖਣਾ ਚਾਹੁੰਦੇ ਹੀ ਨਹੀਂ ਹਾਂ, ਕੁਛ ਸਮਝਣਾ ਚਾਹੁੰਦੇ ਹੀ ਨਹੀਂ ਹਾਂ, ਤਾਂ ਅਸੀਂ ਮੋਨੋਟਨਸ ਹੋ ਜਾਂਦੇ ਹਾਂ, ਸਟੈਗਨੈਂਟ ਹੋ ਜਾਂਦੇ ਹਾਂ, ਔਰ ਅਸੀਂ ਕੁਛ ਸਿੱਖ ਨਹੀਂ ਪਾਉਂਦੇ। ਜਾਣਾ ਪਾਣੀ ਨਾ ਲਹਾਂ, ਉਸ ਤਰੀਕੇ ਦੇ ਨਾਲ ਮੇਰੇ ਅੰਦਰ ਪਾਣੀ ਮਤਲਬ ਵਿਜ਼ਡਮ ਮੈਂ ਲੈਂਦਾ ਹੀ ਨਹੀਂ। ਜੈ ਸੇਤੀ ਮੇਰਾ ਸੰਤ, ਉਹਦੇ ਨਾਲ ਮੇਰਾ ਪਹਿਲਾ ਕਨੈਕਸ਼ਨ ਸੀ, ਪੱਬਰ ਬਣ ਕੇ ਆਂਸਰ ਕਰ ਰਹੇ ਨੇ। ਜਾਣਾ ਪਾਣੀ ਨਾ ਲਹਾਂ, ਜੈ ਸੇਤੀ ਮੇਰਾ ਸੰਗ, ਜਿੱਤ ਜਿੱਠੈ ਤਨ ਪਰ ਫਰੁੜੈ। ਉਹ ਪਾਣੀ ਆਉਂਦਾ ਸੀ ਤੇ ਮੈਂ ਫਰੈਸ਼ ਰਹਿੰਦਾ ਸੀ, ਬਲੋਸਮਿੰਗ ਰਹਿੰਦਾ ਸੀ। ਜਿੱਤ ਜਿੱਠੈ ਤਨ ਪਰ ਫੜੈ ਚੜੈ ਚਵਗਣ ਵਨ। ਮੇਰੇ ਅੰਦਰ ਹਮੇਸ਼ਾ ਫਰੈਗਰੈਂਸ ਔਰ ਖੁਸ਼ਬੂ ਬਲੋਸਮਿੰਗ ਰਹਿੰਦੀ ਸੀ, ਔਰ ਮੈਂ ਆਪਣੇ ਜੀਵਨ ਵਿੱਚ ਕਦੇ ਮਨ ਕਰਕੇ ਸੁੱਕਾ ਬਾਂਸ ਵਾਂਗੂ ਨਹੀਂ ਰਹਿੰਦਾ ਸੀ, ਬਲਕਿ ਮੈਂ ਮੇਰੇ ਅੰਦਰ ਵਾਰਮਥ ਰਹਿੰਦੀ ਸੀ। ਸੋ ਅਸੀਂ ਇਹ ਸਾਰੇ ਟੌਪਿਕ ਨੂੰ ਅੱਜ ਇੱਥੋਂ ਸਮਝਣਾ ਸ਼ੁਰੂ ਕਰਾਂਗੇ ਕਿ ਸਾਨੂੰ ਬਾਣੀ ਕਹਿੰਦੀ ਹੈ, ਜੇ ਤੇਰੇ ਅੰਦਰ ਡਰ ਹੈ, ਜੇ ਤੇਰੇ ਅੰਦਰ ਐਂਗਜ਼ਾਇਟੀ ਹੈ, ਜੇ ਤੇਰੇ ਅੰਦਰ ਚਿੰਤਾ ਹੈ, ਜੇ ਤੇਰੇ ਅੰਦਰ ਫਿਊਚਰ ਨੂੰ ਲੈ ਕੇ ਤੂੰ ਡਿਸਟਰਬ ਹੋ ਰਿਹਾ, ਘਬਰਾ ਰਿਹਾ, ਜੇ ਤੇਰੇ ਅੰਦਰ ਸ਼ੱਕ ਹੈ, ਜੇ ਤੇਰੇ ਅੰਦਰੋਂ ਇਹ ਖਿਆਲ ਪੈਦਾ ਹੋ ਗਏ ਨੇ ਕਿ ਤੂੰ ਦੂਜਿਆਂ ਨੂੰ ਟਰੱਸਟ ਨਹੀਂ ਕਰ ਸਕਦਾ, ਅੰਦੇਸ਼ੇ ਨੇ, ਸ਼ਿਕਵੇ ਸ਼ਿਕਾਇਤ ਨੇ, ਇਹ ਸਾਰੇ ਜਿਤਨੇ ਹਨ ਨਾ, ਇਹਨਾਂ ਦਾ ਕਾਰਨ ਕੀ ਹੈ? ਇਹਨਾਂ ਦਾ ਕਾਰਨ ਬੜਾ ਸਿੰਪਲ ਬਾਣੀ ਸਾਨੂੰ ਸਮਝਾਉਂਦੇ ਨੇ, ਕਰਮੀ ਸਹਿਜ ਨਾ ਉਪਜੈ। ਕਰਮੀ ਸਹਿਜ ਨਾ ਉਪਜੈ ਦਾ ਮਤਲਬ ਹੈ ਬੈਲੈਂਸਡ ਲਾਈਫ ਨਹੀਂ ਹੈ, ਔਰ ਤੂੰ ਕਰਮ ਕਾਂਡ ਕਰਦਾ। ਧਾਰਮਿਕ ਦੁਨੀਆਂ ਦੀ ਗੱਲ ਕਰ ਰਿਹਾ ਵਾਂ ਮੈਂ ਪਹਿਲਾਂ। ਕਰਮੀ ਸਹਿਜ ਨਾ ਉਪਜੈ, ਵਿਣ ਸਹਿਜੇ ਸਹਿਸਾ ਨਾ ਜਾਏ। ਸਹਿਸਾ ਹੁੰਦਾ ਡਰ, ਤੋਖਲਾ, ਖਟਕਾ, ਸ਼ੱਕੀ ਸੁਭਾਅ, ਪੈਸੀਮਿਜ਼ਮ, ਹੈ ਨਾ। ਉਹਨੂੰ ਕਹਿੰਦੇ ਨੇ ਕਿ ਚੰਗੇ ਖਿਆਲਾਂ ਦਾ ਨਾ ਆਉਣਾ, ਸਹਿਸਾ ਖਟਕਾ ਸ਼ੁਰੂ ਹੋ ਗਿਆ, ਚਿੰਤਾ ਵਾਲਾ ਮਨ ਹੋ ਗਿਆ। ਉਹਨੂੰ ਕਹਿੰਦੇ ਨੇ ਕਬੀਰ ਸਾਹਿਬ, ਚਿੰਤ ਪਾਵਨ ਮਨ ਪਰਯੋਗ ਮਾਰ, ਹਰ ਵੇਲੇ ਚਿੰਤਾ ਫਿਕਰ ਵਾਲਾ ਮਨ ਦਾ ਭਵਨ ਬਣ ਗਿਆ। ਉਹ ਕਰਮੀ ਸਹਿਜ ਨਾ ਉਪਜੇ, ਵਿਣ ਸਹਿਜੇ ਸਹਿਸਾ ਨਾ ਜਾਏ, ਨਾ ਜਾਏ ਸਹਿਸਾ ਕੀਤਾ ਸੰਜਮ ਰਹੇ ਕਰਮ ਕਮਾਏ। ਤੂੰ ਜਿਤਨੇ ਮਰਜ਼ੀ ਧਾਰਮਿਕ ਕਰਮ ਕਾਂਡ ਔਰ ਕਰ ਲੈ, ਪਰ ਤੇਰਾ ਉਹ ਸਹਿਸਾ ਨਹੀਂ ਜਾਏਗਾ। ਸਹਿਸਾ ਅਗੇਨ, ਮੈਂ ਕਾਮਨ ਮੈਨ ਦੀ ਲੈਂਗੁਏਜ ਗੱਲ ਕਰ ਰਿਹਾ, ਡਰ, ਹਰ ਵੇਲੇ ਨਿੱਕੀ ਨਿੱਕੀ ਗੱਲ ਤੇ ਡਰਨਾ, ਤੌਖਲਾ, ਖਟਕਾ, ਸ਼ੱਕੀ ਸੁਭਾਅ, ਚਿੰਤਾ, ਫਿਕਰ, ਹੈ ਨਾ, ਦੂਸਰਿਆਂ ਨੂੰ ਟਰੱਸਟ ਨਾ ਕਰਨਾ, ਆਪਣੇ ਆਪ ਨੂੰ ਮਿਸਟਰ ਰਾਈਟ ਸਮਝਣਾ, ਇਸ ਤਰੀਕੇ ਦੇ ਨਾਲ ਇਹ ਸਾਰਾ ਸਹਿਸਾ ਚ ਹੀ ਅਸੀਂ ਲਵਾਂਗੇ ਅੱਜ ਦਾ ਟੌਪਿਕ ਸਮਝਣ ਵਾਸਤੇ। ਠੀਕ ਹੈ, ਫਾਈਨ। ਨਹਿ ਜਾਏ ਸਹਿਸਾ ਕੀਤਾ ਸੰਜਮ ਰਹੇ ਕਰਮ ਕਮਾਏ। ਸਹਿਸੇ ਜੀਉ ਮਲੀਨ ਹੈ, ਜਿਸ ਇਨਸਾਨ ਨੂੰ ਇਹ ਸਭ ਕੁਛ ਖਿਆਲ ਆਉਂਦੇ ਨੇ ਨਾ, ਉਹਨੂੰ ਇਹ ਮੰਨਣਾ ਪਏਗਾ ਕਿ ਉਹਦਾ ਮਨ ਮੈਲਾ ਹੈ। ਸਹਿਸੇ ਜੀਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਮੈਲੇ ਮਨ ਨੂੰ ਕਿਵੇਂ ਸਾਫ ਕਰੀਏ? ਉਹਨੂੰ ਕਹਿੰਦੇ ਨੇ ਮਨ ਧੋਵੋ ਸ਼ਬਦ ਲਾਗੂ, ਹਰ ਸਿਉ ਰਹੋ ਚਿਤ ਲਾਏ। ਮੀਨਸ ਹਮੇਸ਼ਾ ਵਿਜ਼ਡਮ ਦੇ ਨਾਲ ਟਿਊਨ ਰਹਿਣਾ ਪਏਗਾ,
ਔਰ ਮਨ ਦੇ ਮੈਲੇ ਸੁਭਾਅ ਵਾਲੇ ਸਾਰੇ ਖਿਆਲਾਂ ਨੂੰ ਚੈੱਕ ਕਰਨਾ ਪਏਗਾ, ਵਰਨਾ ਮਨ ਮੈਲੇ ਸਭ ਕੁਛ ਮੈਲਾ। ਤੂੰ ਬਾਹਰੋਂ ਜਿਤਨਾ ਮਰਜ਼ੀ ਕਰ ਲੈ। ਮੈਂ ਹੁਣੇ ਅਮਨ ਜੀ ਬਹੁਤ ਸਿੰਪਲੀ ਆਰਾਮ ਦੇ ਨਾਲ ਧਾਰਮਿਕ ਦੁਨੀਆਂ ਦੀ ਗੱਲ ਕਰ ਰਿਹਾ, ਫਿਰ ਉਸ ਤੋਂ ਬਾਅਦ ਅਸੀਂ ਧਾਰਮਿਕ ਦੁਨੀਆਂ ਤੋਂ ਰੈਗੂਲਰ ਦੁਨੀਆਂ ਵਾਲੇ ਪਾਸੇ ਇਸ ਗੱਲ ਨੂੰ ਸਮਝਾਂਗੇ। ਕਰਮ ਕਾਂਡ ਕਰਦੇ ਹਨ, ਸਰੀਰਕ ਇਸ਼ਨਾਨ ਕਰ ਆਉਂਦੇ ਹਨ ਤੀਰਥਾਂ ਤੇ, ਬਾਹਰੋਂ ਬਾਹਰੋਂ ਸਰੀਰ ਧੋ ਲਿਆ, ਬਾਹਰੋਂ ਬਾਹਰੋਂ ਕਰਮ ਕਾਂਡ ਕਰ ਲਏ, ਪਰ ਡਰ ਤੌਖਲਾ ਮਨ ਮੈਲਾ ਹੀ ਰਿਹਾ। ਮਨ ਮੈਲੇ ਸਭ ਕੁਛ ਮੈਲਾ, ਤਨ ਧੋਤਾ ਮਨ ਅੱਛਾ ਨਾ ਹੋਏ। ਬਾਹਰੋਂ ਤਨ ਨੂੰ ਧੋਣ ਦੇ ਨਾਲ ਅਸੀਂ ਇਸ ਨੂੰ ਐਕਸਪਲੋਰ ਕਰਾਂਗੇ ਕਿ ਤਨ ਧੋਣ ਦਾ ਮਤਲਬ ਸਿਰਫ ਸਰੀਰਕ ਨਾਣਤਾ ਕੀ ਨਹੀਂ ਅਸੀਂ ਰੱਖ ਰਹੇ। ਹੁਣ ਅਸੀਂ ਇਹਨੂੰ ਕੋਮਨ ਮੈਨ ਦੀ ਲੈਂਗੁਏਜ ਲੈ ਕੇ ਆ ਰਿਹਾ, ਜਿਹੜੇ ਧਰਮ ਦੀ ਦੁਨੀਆਂ ਵਿੱਚ ਨਹੀਂ ਜਾਂਦੇ ਨੇ, ਤਾਂ ਵੀ ਉਹ ਤਨ ਦੇ ਲੈਵਲ ਤੇ ਕਿਵੇਂ ਰਹਿੰਦੇ ਨੇ ਜੀ? ਖਾਣਾ ਪੀਣਾ ਹੱਸਣਾ ਸੌਣਾ, ਇਹਨੂੰ ਹੀ ਤਨ ਲੈਵਲ ਤੇ ਕਹਿੰਦੇ ਨੇ ਨਾ। ਇਹਨੂੰ ਕੰਡੈਮ ਨਹੀਂ ਕੀਤਾ ਜਾ ਰਿਹਾ, ਅਸੀਂ ਖਾਣਾ ਹੈ, ਅਸੀਂ ਪੀਣਾ ਹੈ, ਅਸੀਂ ਹੱਸਣਾ ਵੀ ਹੈ, ਅਸੀਂ ਸੌਣਾ ਵੀ ਹੈ, ਇਹ ਸਭ ਕੁਛ ਕਰਨਾ ਹੈ। ਪਰ ਜੇ ਸਿਰਫ ਇਹੀ ਕਰਦੇ ਰਹੀਏ ਤਾਂ ਅਸੀਂ ਤਨ ਦੇ ਲੈਵਲ ਤੇ, ਤਨ ਦੇ ਲੈਵਲ ਤੇ ਜਦੋਂ ਅਸੀਂ ਜੀਂਦੇ ਹਾਂ ਮਨ ਮੈਲਾ ਹੈ। ਧਾਰਮਿਕ ਦੁਨੀਆਂ ਕਹਿ ਰਹੇ ਸੀ ਮਨ ਮੈਲੇ ਸਭ ਕੁਛ ਮੈਲਾ, ਤਨ ਧੋਤਾ ਮਨ ਅੱਛਾ ਨਾ ਹੋਏ। ਹੁਣ ਅਸੀਂ ਕੋਮਨ ਮੈਨ ਨੂੰ ਕਹਿ ਰਹੇ ਹਾਂ ਕਿ ਜਿਹੜਾ ਕੋਮਨ ਮੈਨ ਭਾਵੇਂ ਉਹ ਬਿਜ਼ਨਸਮੈਨ ਹੈ, ਭਾਵੇਂ ਸਟੂਡੈਂਟਸ ਨੇ ਪੜ੍ਹਾਈਆਂ ਕਰਦੇ ਨੇ, ਭਾਵੇਂ ਉਹ ਕੋਈ ਘਰ ਬੈਠਾ ਹੈ, ਭਾਵੇਂ ਉਹ ਧਰਮ ਦੀ ਦੁਨੀਆਂ ਵਿੱਚ ਬਿਲਕੁਲ ਵੀ ਕੁਛ ਨਹੀਂ ਪਾਰਟਿਸਿਪੇਟ ਕਰਦਾ, ਧਰਮ ਨੂੰ ਮੰਨਦਾ ਹੀ ਨਹੀਂ ਹੈ ਜੀ। ਦੇਰ ਆਰ ਮੈਨੀ ਪੀਪਲ, ਦੇਰ ਆਰ ਏਥੀਸਟ ਟਾਈਪ ਆਫ ਪੀਪਲ, ਦੇਰ ਆਰ ਕਮਿਊਨਿਸਟ ਟਾਈਪ ਆਫ ਪੀਪਲ, ਬੜੇ ਲੋਕ ਨੇ ਜਿਹੜੇ ਰੱਬ ਨੂੰ ਨਹੀਂ ਮੰਨਦੇ ਨੇ, ਧਰਮ ਨੂੰ ਨਹੀਂ ਮੰਨਦੇ ਨੇ, ਨਾ ਸਹੀ, ਪਰ ਤਨ ਦੇ ਲੈਵਲ ਤੇ ਰਹਿੰਦੇ ਨੇ। ਮਨ ਤੇ ਮੈਲਾ ਇੰਟਰੋਸਪੈਕਸ਼ਨ ਕਰਨੀ ਪਏਗੀ। ਤੋ ਜਿਤਨੇ ਅਸੀਂ ਸੈਲੀਬ੍ਰਿਟੀਜ਼ ਦੇਖਦੇ ਹਾਂ, ਜਿਤਨੇ ਅਸੀਂ ਹਾਲੀਵੁੱਡ ਬਾਲੀਵੁੱਡ ਦੇਖਦੇ ਹਾਂ, ਇਹ ਸਾਰਾ ਕੁਛ ਇੱਕ ਗਲੈਮਰ ਹੈ, ਉਹ ਇੰਡੀਵਿਜੁਅਲ ਦੀ ਚੋਇਸ ਹੈ, ਉਸ ਫੀਲਡ ਵਿੱਚ ਜਾ ਸਕਦਾ, ਅਸੀਂ ਉਹਦੀ ਨਿੰਦਾ ਨਹੀਂ ਕਰ ਰਹੇ ਹਾਂ, ਪਰ ਅਸੀਂ ਆਪਣੀ ਜ਼ਿੰਦਗੀ ਅੰਦਰ ਨੇਮ, ਫੇਮ, ਸ਼ੋ ਆਫ, ਦਿਖਾਵਾ, ਬ੍ਰੈਂਡ ਨੇਮ ਦੀ ਸਾਰੀ ਗੇਮ ਦੀ ਰੈਟ ਰੇਸ ਵਿੱਚ ਤੇ ਰਹਿੰਦੇ ਹੀ ਹਾਂ ਨਾ। ਯੈਸ, ਸੋ ਅਸੀਂ ਜ਼ਿੰਦਗੀ ਦੇ ਜਿਸ ਮਰਜ਼ੀ ਲੈਵਲ ਤੇ ਆ ਜਾਈਏ, ਜੇ ਅਸੀਂ ਤਨ ਦੇ ਲੈਵਲ ਤੇ ਹੀ ਰਹਿੰਦੇ ਹਾਂ, ਜੇ ਅਸੀਂ ਆਪਣੀ ਇੰਟਰੋਸਪੈਕਸ਼ਨ ਨਹੀਂ ਕਰਦੇ ਹਾਂ, ਤਾਂ ਇਹ ਵੀ ਤਾਂ ਕਰਮ ਕਾਂਡ ਹੀ ਹੈ। ਜਿਵੇਂ ਧਾਰਮਿਕ ਦੁਨੀਆਂ ਵਿੱਚ ਮਾਲਾ ਫੇਰ ਲਈ ਧਾਰਮਿਕ ਸਥਾਨ ਤੇ ਚਲੇ ਗਏ, ਸਾਰੇ ਕਰਮ ਕਾਂਡ ਨੂੰ ਕੰਡੈਮ ਕੀਤਾ ਜਾ ਰਿਹਾ ਹੈ, ਤਾਂ ਬਗੈਰ ਧਰਮ ਦੀ ਦੁਨੀਆਂ ਚ ਵੀ ਤੇ ਅਸੀਂ ਰੋਜ਼ ਇਹੀ ਕਰਮ ਕਾਂਡ ਹੀ ਕਰੀ ਜਾ ਰਹੇ ਨਾ, ਖਾ ਲਿਆ, ਪੀ ਲਿਆ, ਸੋ ਲਿਆ, ਨਹਾ ਲਿਆ, ਇਹ ਵੀ ਤੇ ਕਰਮ ਕਾਂਡ ਹੀ ਹੈ। ਕਰਮ ਕਾਂਡ ਵਰਡ ਮੈਂ ਯੂਜ ਕਰ ਰਿਹਾ ਕਿ ਇਸ ਪਲੇਟਫਾਰਮ ਤੇ ਤਾਂ ਪੂਰੀ ਤਰ੍ਹਾਂ ਆਪਣੇ ਆਪ ਨੂੰ ਯੂਜ ਕਰ ਲਿਆ, ਪਰ ਜਿਹੜਾ ਪਲੇਟਫਾਰਮ ਦੀ ਟ੍ਰੇਨ ਤੇ ਚੜ੍ਹਨਾ ਸੀ ਆਪਣੀ ਇੰਟਰੋਸਪੈਕਸ਼ਨ, ਮੈਂ ਕਿਸ ਤਰ੍ਹਾਂ ਸੋਚਦਾ ਹਾਂ, ਕੀ ਮੈਂ ਪਾਇਸ ਖਿਆਲ ਨਹੀਂ ਸੋਚਦਾ, ਕੀ ਮੈਂ
ਆਪਣੇ ਸਰੀਰ ਦੇ ਲੈਵਲ ਤੋਂ ਉੱਪਰ ਉੱਠ ਕੇ ਸੈਲਫਿਸ਼ ਵੈਸਟਿਡ ਇੰਟਰਸਟ ਤੋਂ ਉੱਪਰ ਨਹੀਂ ਸੋਚਦਾ ਰਾਈਟ, ਡੈਫੀਨੇਟਲੀ ਮੇਰਾ ਮਨ ਮਹਿਲਾ ਹੈ, ਮਨ ਮਹਿਲੇ ਸਭ ਕੁਝ ਮਹਿਲਾ, ਤਨ ਧੋਤਾ ਧਾਰਮਿਕ ਦੁਨੀਆਂ ਤੋਂ ਇਲਾਵਾ ਇਸ ਪਾਸੇ ਤਨ ਧੋਤਾ ਕੀ ਹੈ, ਤੂੰ ਬਿਜ਼ਨਸਮੈਨ ਬਣ ਜਾ, ਤੂੰ ਕੈਪੀਟਲਿਜ਼ਮ ਮੇ ਚਲਾ ਜਾ, ਤੂੰ ਪੈਸੇ ਕਮਾ ਲੇ, ਤੂੰ ਬਾਲੀਵੁੱਡ ਮੇ ਚਲਾ ਜਾ, ਹਾਲੀਵੁੱਡ ਮੇ ਚਲਾ ਜਾ, ਪੋਲੀਟਿਕਸ ਮੇ ਚਲਾ ਜਾ, ਜੋ ਮਰਜ਼ੀ ਤੂੰ ਸਟੇਟਸ ਬਣਾ ਲੇ, ਜੈਸਾ ਮਰਜ਼ੀ ਕਰੀਅਰ ਬਣਾ ਲੇ, ਕਿਸੇ ਚੀਜ਼ ਕੋ ਕੰਡੈਮ ਨਹੀਂ ਕੀਤਾ ਜਾ ਰਹਾ ਰਾਈਟ, ਪਰ ਤੂੰ ਬਾਹਰੋਂ ਤੰਦ ਤੱਕ ਮੌਜੂਦ ਹੈ ਨਾ ਜੀ, ਜੇ ਤੂੰ ਟੀਚਰ ਹੈ ਤਾਂ ਬੱਚਿਆਂ ਨੂੰ ਗੁੱਸਾ ਵੀ ਕਰੇਗਾ ਔਰ ਸਟਾਫ ਰੂਮ ਵਿੱਚ ਪੋਲੀਟਿਕਸ ਵੀ ਖੇਲੇਗਾ, ਜੇ ਤੂੰ ਡਾਕਟਰ ਹੈ ਤੂੰ ਲੋਕਾਂ ਦੀ ਕਿਡਨੀ ਵੇਚ ਵੀ ਦੇਗਾ ਔਰ ਤੂੰ ਮਿਸਯੂਜ਼ ਵੀ ਕਰੇਗਾ, ਜੇ ਤੂੰ ਇੰਜੀਨੀਅਰ ਹੈ ਤਾਂ ਵੀ ਤੂੰ ਮੈਨੀਪੁਲੇਟ ਕਰੇਗਾ, ਜੇ ਤੂੰ ਪੋਲੀਟਿਕਸ ਵਿੱਚ ਹੈ ਤਾਂ ਵੀ ਤੂੰ ਮੈਨੀਪੁਲੇਟ ਕਰੇਗਾ, ਹੈ ਨਾ। ਇਹ ਸਾਰੀ ਦੁਨੀਆਂ ਵਿੱਚ ਅਸੀਂ ਇਹ ਦੇਖਾਂਗੇ ਕਿ ਅਸੀਂ ਜਿੱਥੇ ਮਰਜ਼ੀ ਚਲੇ ਜਾਈਏ, ਜੋ ਮਰਜ਼ੀ ਕਰੀਏ, ਮਨ ਮਹਿਲੇ ਸਭ ਵਿੱਚ ਮਹਿਲਾ, ਤਨ ਧੋਤਾ ਤਨ ਧੋਤਾ ਦਾ ਮਤਲਬ ਮੈਂ ਦੁਨਿਆਵੀ ਲੈਂਗੁਏਜ ਵਿੱਚ ਕੱਢ ਰਿਹਾ ਕਿ ਸਿਰਫ ਤਨ ਤੱਕ ਲਿਮਿਟਿਡ ਰਾਈਟ, ਯੈਸ, ਮਨ ਮਹਿਲਾ ਹੋ ਗਿਆ, ਮਨ ਦੀ ਜਿਹੜੀ ਬਲੋਸਮਿੰਗ ਫੈਕਲਟੀ ਸੀ ਨਾ ਜੀ, ਉਹ ਗਲੂਮੀ ਹੋ ਗਈ, ਧੁੰਦ ਵਾਲੀ ਹੋ ਗਈ, ਹਨੇਰੇ ਵਾਲੀ ਹੋ ਗਈ, ਕਨਫਿਊਜ਼ਨ ਵਾਲੀ ਹੋ ਗਈ, ਗੱਲ ਗੱਲ ਤੇ ਐਜੀਟੇਟਿਡ ਵਾਲੀ ਹੋ ਗਈ, ਇਮਬੈਲੈਂਸ ਹੋ ਗਈ। ਅਮਨ ਜੀ, ਮੈਂ ਸਾਈਕੈਟਰਿਸਟ ਨਹੀਂ ਹਾਂ, ਮੈਂ ਮੈਡੀਕਲ ਸਾਇੰਸ ਨਹੀਂ ਪੜ੍ਹੀ ਹੋਈ, ਉਹਨਾਂ ਦੀਆਂ ਟਰਮ ਵਿੱਚ ਮੈਨੂੰ ਨਹੀਂ ਪਤਾ ਕਿ ਡਿਪਰੈਸ਼ਨ ਕਿਉਂ ਆਉਂਦਾ ਰਾਈਟ, ਇਸ ਕਰਕੇ ਮੈਂ ਉਹਦੇ ਵਾਸਤੇ ਮਾਫੀ ਵੀ ਮੰਗ ਸਕਦਾ ਕਿ ਮੇਰੇ ਕੋਲ ਮੈਡੀਕਲ ਟਰਮਸ ਵਾਲਿਆਂ ਦੇ ਨਾਲ ਗੱਲ ਕਰਨ ਵੇਲੇ ਬਿਲਕੁਲ ਮੈਨੂੰ ਉਹਨਾਂ ਦੇ ਫੀਲਡ ਦੀ ਸਮਝ ਨਹੀਂ ਹੈ। ਮੈਂ ਤੈਅ ਕਹਿ ਰਿਹਾ ਜੇ ਮਨ ਮੈਲਾ ਹੈ, ਮੈਂ ਆਪਣੇ ਤਨ ਤੱਕ ਰੈਸਟ੍ਰਿਕਟਿਡ ਹਾਂ, ਮੈਂ ਸੈਲਫਿਸ਼ ਰੀਜ਼ਨਸ ਤੱਕ ਹੀ ਮੌਜੂਦ ਰਹਿੰਦਾ ਹਾਂ, ਮੇਰਾ ਹੋਰਾਈਜ਼ਨ ਬਿਲਕੁਲ ਸੌੜਾ ਹੋ ਚੁੱਕਾ ਹੈ, ਤਾਂ ਇਹ ਮੈਂ ਤਨ ਦੇ ਲੈਵਲ ਤੱਕ ਹਾਂ, ਮਾਨੋ ਮੇਰਾ ਮਨ ਮਹਿਲਾ ਹੈ। ਕਰਮੀ ਸਹਿਜ ਨਾ ਉਪਜੇ ਵਿਣ ਸਹਿਜੇ ਸਹਿਸਾ ਨਾ ਜਾਏ, ਮੈਂ ਬੈਲੈਂਸ ਨਹੀਂ ਰਵਾਂਗਾ। ਡਰ, ਤੋਖਲਾ, ਖਟਕਾ, ਫਿਕਰ, ਚਿੰਤਾ, ਇਹ ਸਾਰੀਆਂ ਅਲਾਮਤਾਂ, ਇਹ ਸਾਰੀਆਂ ਬਲਾਵਾਂ ਮੇਰੇ ਮਨ ਦੇ ਅੰਦਰ ਆ ਗਈਆਂ, ਸਹਿਸੇ ਜੀ ਉਹ ਮਲੀਨ ਹੈ। ਹੁਣ ਮੈਂ ਨਿੱਕੀ ਨਿੱਕੀ ਗੱਲ ਤੇ ਡਰਾਂਗਾ ਵੀ, ਮੈਂ ਲੋਕਾਂ ਤੇ ਸ਼ੱਕ ਵੀ ਰੱਖਾਂਗਾ, ਮੈਂ ਆਪਣੇ ਪਾਰਟਨਰ ਤੇ ਵੀ ਸ਼ੱਕ ਰੱਖਾਂਗਾ, ਮੈਂ ਆਪਣੇ ਬੱਚਿਆਂ ਤੇ ਵੀ ਸ਼ੱਕ ਰੱਖਾਂਗਾ, ਮੈਂ ਆਪਣੇ ਪੇਰੈਂਟਸ ਤੋਂ ਲੈ ਕੇ ਇਨ ਲੋਸ ਤੇ ਵੀ ਸ਼ੱਕ ਰੱਖਾਂਗਾ। ਅਮਨ ਜੀ, ਤੁਸੀਂ ਅੱਜ ਦੇਖਦੇ ਹੋ ਕਿ ਕਈ ਮੰਮੀ ਪਾਪਾ ਬੱਚਿਆਂ ਨੂੰ ਇਤਨਾ ਡੋਮੀਨੇਟ ਕਰਦੇ ਨੇ ਔਰ ਬੱਚੇ ਮੰਮੀ ਪਾਪਾ ਦੇ ਨਾਲ ਰਹਿਣਾ ਨਹੀਂ ਚਾਹੁੰਦੇ ਨੇ। ਜ਼ਿਆਦਾਤਰ ਤੇ ਮੰਮੀ ਦੇ ਨਾਲ ਨਹੀਂ ਰਹਿਣਾ ਚਾਹੁੰਦੇ, ਪਾਪਾ ਤੇ ਕਿਉਂਕਿ ਉਹਨਾਂ ਨੂੰ ਆਪਣਾ ਨਹੀਂ ਪਤਾ ਕਿ ਮੈਂ ਆਪਣੀ ਮੰਮੀ ਕੋ ਛੋੜ ਕੇ ਦੂਰ ਤੋਂ ਜਾ ਸਕਤਾ ਹੂੰ, ਸਕਤੀ ਹੂੰ, ਪਰ ਮਨ ਮੇਰਾ ਮੈਲਾ ਹੈ। ਮੰਮੀ ਸੇ ਫਰੀਡਮ ਲਿਬਰਟੀ ਮਿਲ ਗਈ,
ਪਰ ਮੈਂ ਜਹਾਂ ਜਾਊਂ ਮਨ ਮੇਰਾ ਮੈਲਾ ਹੈ, ਮੇਰਾ ਸ਼ੱਕੀ ਸੁਭਾਅ ਵੀ ਬਣੇਗਾ, ਮੇਰਾ ਸਭ ਤੋਂ ਟਰੱਸਟ ਵੀ ਹਟ ਜਾਏਗਾ, ਜੇ ਮੇਰੀ ਸ਼ਾਦੀ ਹੋਏਗੀ ਤਾਂ ਮੇਰਾ ਤਲਾਕ ਹੋ ਜਾਏਗਾ, ਕਿਉਂਕਿ ਮੇਰਾ ਉਹੀ ਓ ਬਿਹੇਵੀਅਰ ਮੇਰੇ ਪਾਰਟਨਰ ਨਾਲ ਵੀ ਹੋਏਗਾ। ਹਾਂ ਪੜ੍ਹਾਈ ਮੈਂ ਕੀਤੀ ਹੋਈ ਹੈ, ਡਿਗਰੀ ਮੇਰੇ ਕੋਲ ਹੈ, ਸਟੇਟਸ ਮੇਰੇ ਕੋਲ ਹੈ, ਵਧੀਆ ਕਾਰ ਬਾਹਰ ਖੜੀ ਹੈ, ਬੈਂਕ ਬੈਲੈਂਸ ਹੈ, ਕੰਪਿਊਟਰ ਚਲਾਉਣਾ ਆਉਂਦਾ ਹੈ, ਮੈਨਰਸ ਵੀ ਨੇ, ਕੱਪੜੇ ਵੀ ਬ੍ਰਾਂਡ ਨੇਮ ਦੇ ਪਾਏ ਹੋਏ ਨੇ, ਕੋਸਮੈਟਿਕਸ ਵੀ ਲਾਈ ਹੋਈ ਹੈ। ਅੱਜ ਤੇ ਕਿੰਨੇ ਸਾਰੇ ਲੋਕ ਇਸ ਕਰਕੇ ਡਿਪਰੈਸਡ ਹੋ ਗਏ ਨੇ ਕਿ ਬਿਊਟੀ ਪਾਰਲਰ ਖੁੱਲੇ ਨਹੀਂ ਹੈ, ਅਬ ਕਿਆ ਕਰੇ, ਬਿਊਟੀ ਪਾਰਲਰ ਤੇ ਨਹੀਂ ਜਾ ਪਾ ਰਹੀ ਹੈ ਨਾ, ਉਹਨਾਂ ਨੂੰ ਇਸੇ ਗੱਲ ਦਾ ਡਿਪਰੈਸ਼ਨ ਹੋ ਗਿਆ, ਕਿੱਟੀ ਪਾਰਟੀ ਨਹੀਂ ਹੋ ਰਹੀ, ਕੱਪੜਿਆਂ ਦਾ ਦਿਖਾਵਾ ਨਹੀਂ ਕੀਤਾ ਜਾ ਰਿਹਾ, ਹਾਏ ਅਬ ਕੈਸੇ ਹੋਊਗਾ। ਮੈਂ ਇੱਕ ਐਵੇਂ ਥੋੜਾ ਜਿਹਾ ਹਿਊਮਰਸ ਐਗਜ਼ਾਮਪਲ ਬਣਾਇਆ, ਠੀਕ ਹੈ ਅਮਨ ਜੀ? ਇੱਥੇ ਤੱਕ ਕਾਮਨ ਮੈਨ ਦੀ ਲੈਂਗੁਏਜ ਵਿੱਚ ਅਸੀਂ ਧਾਰਮਿਕ ਦੁਨੀਆ ਤੋਂ ਸ਼ਬਦ ਦੀ ਸਪੋਰਟ ਲੈ ਕੇ ਕਿ ਮੇਰਾ ਅੰਦਰ ਪੌਂਡ ਹਰਿਆਵਲਾ ਨਹੀਂ ਹੈ, ਮੇਰਾ ਮਨ ਖਿੜਿਆ ਹਰਿਆ ਬਾਗ ਨਹੀਂ ਹੈ, ਮੈਂ ਬੈਂਬੂ ਵਾਂਗ ਰਹਿੰਦਾ ਹਾਂ, ਮੈਂ ਉਦਾਸ ਉਦਾਸ ਰਹਿੰਦਾ ਹਾਂ, ਮੈਂ ਪੈਸੀਮਿਜ਼ਮ ਵਿੱਚ ਰਹਿੰਦਾ ਹਾਂ, ਮੈਂ ਪੋਜ਼ਿਟਿਵ ਸੋਚਾਂ ਨਹੀਂ ਸੋਚਦਾ, ਮੈਨੂੰ ਹਰ ਮਨੁੱਖ ਦੇ ਨਾਲ ਮਿਸਟਰਸਟ ਹੈ, ਹਰ ਨੂੰ ਚੋਰ ਲੱਗਦਾ ਹੈ, ਜ਼ਮਾਨਾ ਵਿਗੜ ਗਿਆ, ਸਾਰੇ ਬੇਈਮਾਨ ਲੱਗਦੇ ਨੇ, ਇੰਝ ਹੀ ਗੱਲਾਂ ਕਰਦੇ ਆ ਨਾ। ਇਹ ਸਾਰੇ ਮੈਂ ਉਹ ਸਿੰਪਟਮਸ ਗਿਣ ਰਿਹਾ ਜਿਨ੍ਹਾਂ ਦੇ ਨਾਲ ਅੰਦਰ ਇੰਬੈਲੈਂਸ ਹੁੰਦਾ ਜਾਂਦਾ, ਅਸੀਂ ਅੰਦਰੋਂ ਸੁੱਕਦੇ ਜਾਂਦੇ ਹਾਂ ਔਰ ਸਾਡੇ ਕੈਮੀਕਲ ਇੰਬੈਲੈਂਸ ਹੋ ਜਾਂਦੇ ਨੇ। ਜਿਸ ਤਰ੍ਹਾਂ ਕੈਮੀਕਲ ਹੁੰਦੇ ਨੇ ਨਾ, ਮੇਰੀ ਬੇਟੀ ਕੀਰਤਨ ਕੌਰ ਦੱਸ ਰਹੀ ਸੀ, ਪਾਪਾ ਨੋਰ ਐਪ ਇਨ ਐਫਰੀਨ ਡੋਪਾਮੀਨ, ਇਹ ਸਾਰੇ ਜਿਹੜੇ ਕੈਮੀਕਲਸ ਨੇ ਨਾ, ਇਹ ਸਾਰੇ ਕੁਛ ਇੰਬੈਲੈਂਸ ਹੁੰਦੇ ਜਾਂਦੇ ਨੇ। ਬੜੇ ਸਾਰੇ ਕੈਮੀਕਲਸ ਨੇ, ਹਾਰਮੋਨਲ ਇੰਬੈਲੈਂਸ ਹੋ ਜਾਂਦਾ। ਠੀਕ ਹੈ ਨਾ? ਸੋ ਅੱਜ ਦੇ ਚੈਪਟਰ ਵਿੱਚ ਨਾ ਮੈਂ ਇਹ ਸਾਂਝ ਕਰਾਂਗਾ ਕਿ ਪਹਿਲਾਂ ਅਸੀਂ ਆਪਣੇ ਸਿੰਪਟਮਸ ਦੇ ਵੱਲ ਇੰਟਰੋਸਪੈਕਟਿਵ ਹੋ ਸਕੀਏ, ਆਪਣੀ ਪੜਚੋਲ ਕਰ ਸਕੀਏ ਕਿ ਅਸੀਂ ਅੱਜ ਦਾ ਟੌਪਿਕ ਪਿਕਅਪ ਕੀਤਾ ਹੈ ਕਿ ਅਸੀਂ ਡਿਪਰੈਸ਼ਨ ਨੂੰ ਕੌਂਕਰ ਕਰਨਾ ਹੈ। ਜੋ ਲੋਕ ਇਸ ਵੇਲੇ ਡਿਪਰੈਸਡ ਹਨ ਉਹ ਡਿਪਰੈਸਡ ਦੇ ਨੈਕਸਟ ਲੈਵਲ ਤੇ ਪਹੁੰਚ ਗਏ ਹਨ, ਸ਼ਿਜ਼ੋਫਰੇਨੀਆ ਹੋ ਚੁੱਕੇ ਨੇ। ਮੈਂ ਜਾਣ ਕੇ ਉਹਨਾਂ ਨੂੰ ਬਲੇਮ ਨਹੀਂ ਲਗਾ ਰਿਹਾ, ਮੇਰੇ ਕੋਲ ਰਾਈਟ ਨਹੀਂ ਹੈ ਮੈਂ ਕਿਸੇ ਨੂੰ ਬਲੇਮ ਲਗਾਵਾਂ। ਜਿਹੜੇ ਤਾਂ ਸ਼ਿਜ਼ੋਫਰੇਨੀਆ ਹੋ ਚੁੱਕੇ ਨੇ ਉਹ ਤਾਂ ਨੈਕਸਟ ਲੈਵਲ ਤੇ ਚਲੇ ਗਏ ਨੇ, ਹੋਰ ਨੈਗੇਟਿਵਿਟੀ ਚੱਲੇ ਗਏ ਨੇ। ਪਰ ਜਿਹੜੇ ਹੁਣ ਡਿਪਰੈਸ਼ਨ ਦੇ ਇਸ ਲੈਵਲ ਤੱਕ ਹਨ ਕਿ ਉਹ ਸੁਣ ਰਹੇ ਨੇ, ਉਹ ਸੁਣ ਸਕਦੇ ਨੇ, ਉਹ ਆਪਣੀ ਪੜਚੋਲ ਕਰ ਸਕਦੇ ਨੇ, ਤਾਂ ਉਸ ਟ੍ਰੇਨ ਤੋਂ ਉਤਰਨਗੇ ਨਾ ਜੀ। ਅੱਛਾ ਅਮਨ ਜੀ, ਹੋ ਸਕਦਾ ਤੁਸੀਂ ਔਰ ਮੈਂ ਡਿਪਰੈਸਡ ਨਹੀਂ ਹਾਂ,
ਰਾਈਟ ਐਂਡ ਜਿਹੜਾ ਬੰਦਾ ਡਿਪਰੈਸਡ ਹੈ ਜਾਂ ਨਹੀਂ ਹੈ ਉਹ ਆਪਣੇ ਬਾਰੇ ਸੋਚੇ ਮੈਨੂੰ ਥੋਟਸ ਵਿੱਚ ਕਿਹੜੇ ਕਿਹੜੇ ਖਿਆਲ ਆਉਂਦੇ ਹਨ ਉਹ ਵਾਲੇ ਖਿਆਲ ਨਾਲ ਮੈਂ ਤੁਹਾਡੇ ਨਾਲ ਕੁਇਕ ਡਿਸਕਸ ਕਰ ਰਿਹਾ ਜੀ ਪਲੀਜ਼ ਮੇਰਾ ਸੋਚਣੀ ਦਾ ਪੈਟਰਨ ਕੀ ਹੈ ਜਿਦਾਂ ਬਚਪਨ ਵਿੱਚ ਤੁਸੀਂ ਦੇਖਿਆ ਅਮਨ ਜੀ ਇੱਕ ਬੱਚਾ ਘਰ ਦੇ ਦੋ ਤਿੰਨ ਬੱਚੇ ਹੁੰਦੇ ਨੇ ਜਾਂ ਇਕੱਲਾ ਬੱਚਾ ਹੁੰਦਾ ਉਹ ਗਲੀ ਚ ਬਾਹਰ ਖੇਡਣ ਜਾਂਦਾ ਜਾਂ ਘਰ ਰਿਸ਼ਤੇਦਾਰ ਆਉਂਦੇ ਨੇ ਉਹ ਗੱਲ ਗੱਲ ਤੇ ਮੰਮੀ ਇਸਨੇ ਮੇਰੇ ਕੋਲ ਇਹ ਕਰ ਦਿਆ ਪਾਪਾ ਇਸਨੇ ਮੇਰੇ ਕੋਲ ਇਹ ਕਰ ਦਿਆ ਨਿੱਕੀ ਨਿੱਕੀ ਗੱਲ ਤੇ ਆ ਕੇ ਨਾ ਸ਼ਿਕਾਇਤਾਂ ਕਰਦਾ ਜਿਤਨਾ ਉਹਦੇ ਮੰਮੀ ਪਾਪਾ ਉਹਦੀਆਂ ਸ਼ਿਕਾਇਤਾਂ ਸੁਣ ਕੇ ਦੂਜੇ ਬੱਚਿਆਂ ਨੂੰ ਜਾ ਕੇ ਗੁੱਸਾ ਕਰਦੇ ਨੇ ਇਸਕੋ ਮਤ ਕਹੋਨਾ ਇਸਕੋ ਐਸੇ ਮਤ ਛੇੜੋ ਨਾ ਉਹਨਾਂ ਬੱਚੇ ਦਾ ਪੈਟਰਨ ਬਣਦਾ ਜਾਂਦਾ ਹੈ ਕਿ ਮੈਂ ਸ਼ਿਕਾਇਤੀ ਬਣਨਾ ਹੈ ਨਿੱਕੀ ਨਿੱਕੀ ਗੱਲ ਤੇ ਰੋਣਾ ਹੈ ਹਰ ਗੱਲ ਨੂੰ ਆਪਣੇ ਤੇ ਤੁਕਾਣਾ ਹੈ ਇਹਦੇ ਚ ਵੈਸੇ ਸੋਲੂਸ਼ਨ ਵੀ ਹੈ ਕਿ ਜਿਹੜਾ ਸਾਡਾ ਬੱਚਾ ਬਹੁਤਾ ਸ਼ਿਕਾਇਤਾਂ ਕਰੇ ਉਹ ਸਭ ਕੁਛ ਕਰੇ ਸਾਨੂੰ ਉਹਦਾ ਉਹ ਵਾਲਾ ਪੱਖ ਇਗਨੋਰ ਕਰਨਾ ਹੈ ਬਲਕਿ ਉਹਨੂੰ ਅਸੀਂ ਸਟਰੋਂਗ ਕਰਨਾ ਹੈ ਐਨੀਵੇਜ਼ ਅਸੀਂ ਸੋਲੂਸ਼ਨਸ ਤੇ ਬਾਅਦ ਹੀ ਚਾਹਵਾਂਗੇ ਠੀਕ ਹੈ ਸੋ ਜਦੋਂ ਅਸੀਂ ਇਸ ਤਰੀਕੇ ਦਾ ਥੋਟ ਪ੍ਰੋਸੈਸ ਰੱਖਦੇ ਹਾਂ ਮਨ ਮੈਲਾ ਹੈ ਮਨੋ ਮਨ ਕਮਜ਼ੋਰ ਹੋ ਰਿਹਾ ਮਨ ਬਲਵਾਨ ਨਹੀਂ ਹੈ ਮਨ ਨੂੰ ਬਲਵਾਨ ਕਰਨਾ ਹੈ ਡਿਪਰੈਸ਼ਨ ਨੂੰ ਕੌਂਕਰ ਕਰਨ ਵਾਸਤੇ ਰਾਈਟ ਜਿਤਨਾ ਅਸੀਂ ਡੇ ਬਾਈ ਡੇ ਸੈਲਫ ਪਿਟੀ ਹੋਵਾਂਗੇ ਉਤਨਾ ਮੈਂਟਲੀ ਕਮਜ਼ੋਰ ਹੁੰਦੇ ਜਾਵਾਂਗੇ ਮੈਂਟਲ ਇਮਿਊਨਿਟੀ ਘੱਟਦੀ ਜਾਏਗੀ ਬਾਹਰੋਂ ਦੇਖਣ ਵਿੱਚ ਅਸੀਂ ਸਰੀਰਕ ਸਟਰੋਂਗ ਹੋਵਾਂਗੇ ਬਾਹਰੋਂ ਦੇਖਣ ਵਿੱਚ ਬਿਜ਼ਨਸ ਜਾਂ ਮੇਰੇ ਸਟੈਟਸ ਵੱਲ ਜਾਂ ਮੇਰੇ ਕਰੀਅਰ ਵੱਲ ਮੈਂ ਵੱਧ ਰਿਹਾ ਉਹ ਬਾਹਰਲੀ ਮੈਨੂੰ ਸਕਸੈਸਫੁਲ ਸਕਸੈਸ ਨਜ਼ਰ ਆ ਰਹੀ ਹੈ ਅਮਨ ਜੀ ਸਕਰੀਨ ਤੇ ਇੱਕ ਮੈਸੇਜ ਆਇਆ ਮੇਰੀ ਵੋਇਸ ਨਹੀਂ ਆ ਰਹੀ ਜੀ ਉਹ ਸੋਰੀ ਹੈ ਵੀ ਵੁੱਡ ਲਾਈਕ ਟੂ ਡਿਸਕਸ ਵਿਦ ਆਲ ਦਾ ਆਡੀਅੰਸ ਐਂਡ ਸੰਗਤ ਕਿ ਉਹ ਕਈ ਵਾਰੀ ਜੋ ਜ਼ੂਮ ਤੇ ਖੁਦ ਲੌਗਇਨ ਕਰਦੇ ਨੇ ਤੇ ਉਹਨਾਂ ਦੇ ਮਿਊਟ ਦਾ ਬਟਨ ਅਗਰ ਉਹ ਸਵਿਚ ਆਨ ਨਹੀਂ ਕਰਨਗੇ ਤਾਂ ਉਹਨਾਂ ਨੂੰ ਆਵਾਜ਼ ਨਹੀਂ ਸੁਣੇਗੀ ਫਰੋਮ ਆਰ ਐਂਡ ਇਟ ਇਜ਼ ਬੀਂਗ ਬ੍ਰੌਡਕਾਸਟਡ ਬੋਥ ਔਨ ਫੇਸਬੁੱਕ ਐਂਡ ਹੇਅਰ ਪਰਫੈਕਟਲੀ ਆਲ ਰਾਈਟ ਸੋ ਪਲੀਜ਼ ਗੋ ਹੈਡ ਅੱਛਾ ਇੱਕ ਜਗ੍ਹਾ ਨਾ ਮੈਂ ਗੱਲ ਸੁਣ ਰਿਹਾ ਸੀ ਅਮਨ ਜੀ ਪੁਨੀਤ ਜੀ ਇੱਕ ਜਗ੍ਹਾ ਮੈਂ ਗੱਲ ਸੁਣ ਰਿਹਾ ਸੀ ਕਿ ਭੁਪਿੰਦਰ ਸਿੰਘ ਜੀ ਤੁਸੀਂ ਤੇ ਕਹਿੰਦੇ ਹੋ ਕਿ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਪਤੀ ਨੇ ਮੈਨੂੰ ਪੁੱਛਿਆ ਪਤਨੀ ਦੇ ਸਾਹਮਣੇ ਔਰ ਬਾਈ ਚਾਂਸ ਤੁਸੀਂ ਦੋਨੋਂ ਆ ਕੇ ਬੈਠ ਗਏ ਪਤੀ ਮੈਨੂੰ ਕਹਿੰਦਾ ਗੁੱਸਾ ਮਨ ਨਾ ਹੰਡਾਏ ਨੂੰ ਐਕਸਪਲੇਨ ਕਰ ਸਕਦੇ ਹੋ ਭੁਪਿੰਦਰ ਸਿੰਘ ਜੀ ਮੈਂ ਕਿਹਾ ਹਾਂ ਜੀ ਗੁੱਸਾ ਮਨ ਨਾ ਹੰਡਾਏ ਦਾ ਮਤਲਬ ਹੈ ਪਾਸਟ ਦੀਆਂ ਗੱਲਾਂ ਨੂੰ ਕੈਰੀ ਕਰਦੇ ਰਹਿਣਾ ਉਹਨਾਂ ਦਾ ਰੇੜਕਾ ਪਾ ਕੇ ਬੈਠਾ ਰਹਿਣਾ ਪੁਰਾਣੀਆਂ ਗੱਲਾਂ ਨੂੰ ਪਤੀ ਮੈਨੂੰ ਕਹਿੰਦਾ ਹੈ ਕਿ ਹੁਣ ਨਾ ਮਿਕਸੀ ਦਾ ਜ਼ਮਾਨਾ ਆ ਗਿਆ ਹੁਣ ਰੇੜਕਾ ਪਾਉਣ ਦਾ ਜ਼ਮਾਨਾ ਗਿਆ ਮਿਕਸੀ ਦਾ ਮਤਲਬ ਨਾ ਕੁਇਕ ਚਰਨਿੰਗ ਕਰੋ ਗੱਲ ਖਤਮ ਕਰੋ ਆਈ ਗਈ ਕਰੋ ਰਾਤ ਗਈ ਬਾਤ ਗਈ ਕਰੋ ਤੁਸੀਂ ਕੈਰੀ ਕਿਉਂ ਕਰਦੇ ਰਹਿੰਦੇ ਹੋ ਜਿਉਂ ਜਿਉਂ ਅਸੀਂ ਕੈਰੀ ਕਰਦੇ ਰਹਿੰਦੇ ਹਾਂ ਮਨ ਦੀ ਐਨਰਜੀ ਡਿਪਲੀਟ ਹੁੰਦੀ ਰਹਿੰਦੀ ਹੈ ਔਰ ਮਨ ਕਮਜ਼ੋਰ ਹੁੰਦਾ ਰਹਿੰਦਾ ਹੈ ਜਿਤਨਾ ਅਸੀਂ ਰੇੜਕਾ ਪਾ ਕੇ ਕਰਦੇ ਹਾਂ ਉਤਨਾ ਅਸੀਂ ਕੈਰੀ ਕਰਦੇ ਰਹਿੰਦੇ ਹਾਂ ਉਨਾ ਅਸੀਂ ਗੁੱਸਾ ਪਾਲਦੇ ਰਹਿੰਦੇ ਹਾਂ ਆਈ ਗਈ ਕਰਦੇ ਨਹੀਂ ਹਾਂ ਔਰ ਸਾਨੂੰ
ਅਸੀਂ ਡਿਪਰੈਸ਼ਨ ਦੀ ਟ੍ਰੇਨ ਤੇ ਚੜ੍ਹਦੇ ਜਾ ਰਹੇ ਹਾਂ ਜਿਹੜੀ ਨੈਕਸਟ ਲੈਵਲ ਤੇ ਸ਼ਕੀਜ਼ੋਫਰੇਨੀਆ ਮੈਨੂੰ ਕਰ ਦੇਗੀ। ਅਮਨ ਜੀ, ਡਸ ਇਟ ਮੇਕ ਸੈਂਸ? ਯੂ ਆਰ ਐਬਸੋਲੂਟਲੀ ਰਾਈਟ ਵੀ ਜੀ, ਦਿਸ ਇਜ਼ ਹਾਊ ਡਿਸਕਸ ਕਰ ਰਹੇ ਹਾਂ, ਜਿਨ੍ਹਾਂ ਦੇ ਨਾਲ ਸਾਡੀ ਐਨਰਜੀ ਡੈਪਲੀਟ ਹੁੰਦੀ ਹੈ, ਜਿਨ੍ਹਾਂ ਦੇ ਨਾਲ ਅਸੀਂ ਅੰਦਰੋਂ ਡਿਸਟਰਬ ਹੁੰਦੇ ਹਾਂ, ਜਿਨ੍ਹਾਂ ਦੇ ਨਾਲ ਅਸੀਂ ਅੰਦਰੋਂ ਟੋਪਲ ਹੁੰਦੇ ਹਾਂ, ਜਿਨ੍ਹਾਂ ਦੇ ਨਾਲ ਡੇ ਬਾਈ ਡੇ ਸਾਨੂੰ ਹੋਪਲੈਸਨੈਸ ਆਉਂਦੀ ਜਾਂਦੀ ਹੈ, ਜਿਨ੍ਹਾਂ ਦੇ ਕਾਰਨ ਸੈਡਨੈਸ ਵੱਧਦੀ ਜਾਂਦੀ ਹੈ, ਭਾਵੇਂ ਅਸੀਂ ਧਾਰਮਿਕ ਜੋ ਮਰਜ਼ੀ ਪਾਠ ਪਏ ਕਰੀਏ, ਜੋ ਮਰਜ਼ੀ ਕਰੀਏ, ਅੰਦਰੋਂ ਅੰਦਰ ਉੜਦੇ ਰਹਿੰਦੇ ਹਾਂ, ਅੰਦਰੋਂ ਅੰਦਰ ਹੋਪਲੈਸਨੈਸ ਦੀ ਅਵਸਥਾ ਚ ਜਾਂਦੇ ਜਾਂਦੇ ਹਾਂ। ਸੋ ਰੇੜਕਾ ਪਾਉਂਦੇ ਰਹਿਣਾ ਇੱਕ ਪੁਰਾਣੀ ਗੱਲ ਨੂੰ ਪਕੜ ਪਕੜ ਕੇ ਆਪਣੇ ਵਾਸਤੇ ਨੁਕਸਾਨ ਕਰਦੇ ਆ। ਪਤਾ ਨਹੀਂ ਹੈ ਕਿ ਮੈਂ ਇੱਥੋਂ ਇੰਬੈਲੈਂਸ ਹੋ ਜਾਂਗਾ, ਮਨ ਮੈਲੇ, ਸਭ ਕੁਝ ਮੈਲਾ, ਤੇ ਮੇਰੇ ਅੰਦਰ ਦਾ ਸਾਰਾ ਕੈਮੀਕਲ ਇੰਬੈਲੈਂਸ ਹੋ ਜਾਣਗੇ। ਠੀਕ ਹੈ ਨਾ, ਮੈਂ ਆਪਟੀਮਿਸਟਿਕ ਹੋ ਹੀ ਨਹੀਂ ਪਾਵਾਂਗਾ, ਹਰ ਗੱਲ ਚੋਂ ਮੈਂ ਨੈਗੇਟਿਵ ਲੱਭ ਲਾਂਗਾ। ਇੱਕ ਵਾਰੀ ਮੈਂ ਐਗਜ਼ਾਮਪਲ ਬਣਾਇਆ ਸੀ ਕਿ ਅਗਰ ਮੈਂ ਪੈਸੀਮਿਜ਼ਮ ਔਰ ਨੈਗੇਟਿਵ ਥਾਟਸ ਵਾਲਾ ਹਾਂ, ਮੈਂ ਆਪਣੇ ਘਰ ਦੀ ਵਿੰਡੋ ਖੋਲੀ ਜਾਂ ਡੋਰ ਖੋਲਿਆ, ਸਾਹਮਣੇ ਨਾ 15-20 ਫੁੱਟ ਤੇ ਨਾ ਦੋ ਬੰਦੇ ਖੜੇ ਸੀ, ਮੇਰੇ ਦੋ ਫਰੈਂਡ, ਉਹ ਆਪਸ ਹੀ ਗੱਲ ਕਰ ਰਹੇ ਸੀ, ਮੈਨੂੰ ਸੁਣਾਈ ਨਹੀਂ ਸੀ ਦੇ ਰਹੀ। ਮੈਂ ਸੋਚਿਆ ਮੇਰੇ ਬਾਰੇ ਗੱਲ ਕਰ ਰਹੇ, ਜ਼ਰੂਰ ਮੇਰੇ ਬਾਰੇ ਹੀ ਕਰ ਰਹੇ। ਨੈਗੇਟਿਵ ਥਾਟ ਆ ਗਈ ਨਾ, ਨੰਬਰ 1 ਸਿਮਟਮ। ਨੰਬਰ 2 ਨੈਗੇਟਿਵ ਥਾਟ ਦਾ ਸਿਮਟਮ ਇੱਕ ਹੋਰ, ਮੈਂ ਖਿੜਕੀ ਵਿੰਡੋ ਆਪਣਾ ਦਰਵਾਜ਼ਾ ਖੋਲਿਆ, ਸਾਹਮਣੇ ਦੋ ਬੰਦੇ ਖੜੇ ਸੀ, ਉਹ ਮੈਨੂੰ ਦੇਖਣ ਸਾਰ ਚਲੇ ਗਏ, ਭਾਵੇਂ ਉਹਨਾਂ ਨੇ ਐਵੇਂ ਹੀ ਆਟੋਮੈਟਿਕਲੀ ਡਿਸਪਰਸ ਹੋਣਾ ਸੀ, ਪਰ ਮੈਂ ਸੋਚ ਲਿਆ ਮੈਨੂੰ ਦੇਖ ਕੇ ਜਾਣ ਕੇ ਚੁੱਪ ਹੋ ਕੇ ਚਲੇ ਗਏ, ਮੇਰੇ ਨਾਲ ਇੰਜ ਕਰਦੇ ਨੇ, ਮੈਨੂੰ ਇਗਨੋਰ ਕਰਦੇ ਨੇ, ਮੇਰੀ ਨਿੰਦਾ ਕਰਦੇ ਨੇ, ਮੇਰੇ ਬਾਰੇ ਸਕੀਮਾਂ ਲਗਾਉਂਦੇ ਰਹਿੰਦੇ ਨੇ। ਜਦੋਂ ਇਹ ਸਾਰੀਆਂ ਗੱਲਾਂ ਅਸੀਂ ਕਰਦੇ ਹਾਂ ਨਾ, ਇੱਥੋਂ ਆਤਮਾ ਕਮਜ਼ੋਰ ਹੁੰਦੀ ਜਾ, ਆਤਮਾ ਨਹੀਂ ਕਵਾਂਗਾ ਹੁਣ ਮੈਂ, ਮਨ ਦਾ ਥਾਟ ਪ੍ਰੋਸੈਸ, ਮਨ ਦਾ ਸੋਚਣੀ ਦਾ ਢੰਗ, ਸਾਰਾ ਅੰਦਰ ਪੋਇਜ਼ਨ ਘੁਲਦਾ ਜਾ ਰਿਹਾ, ਕੁੱਲ ਥਾਟਸ ਜ਼ਿਆਦਾ ਆਉਣੀਆਂ ਸ਼ੁਰੂ ਹੋ ਗਈਆਂ, ਗਲੂਮੀ ਹੋਈ ਜਾ ਰਿਹਾ, ਫੋਗੀ ਹੋਈ ਜਾ ਰਿਹਾ, ਕਨਫਿਊਜ਼ਨ ਵੱਧਦਾ ਜਾ ਰਿਹਾ, ਹੈ ਨਾ ਜੀ। ਲਾਈਕ ਤੁਸੀਂ ਇੱਕ ਪ੍ਰੋਗਰਾਮ ਤੇ ਸ਼ੇਅਰ ਕੀਤਾ ਸੀ ਕਿ ਜਿਵੇਂ ਛਿਪਕਲੀ ਸੋਚਦੀ ਹੈ ਕਿ ਵੀ ਮੈਂ ਹੀ ਛੱਤ ਸਾਂਭੀ ਹੋਈ ਹੈ, ਲਾਈਕ ਦੈਟ। ਜੀ 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 ਜੀ। ਅੱਛਾ, ਜਦੋਂ ਬਚਪਨ ਵਿੱਚ ਨਾ, ਮੈਨੂੰ ਯਾਦ ਹੈ ਮੈਂ ਅਸੀਂ ਸ਼੍ਰੀਨਿਵਾਸਪੁਰੀ ਰਹਿੰਦੇ ਸੀ, ਗੌਰਮੈਂਟ ਫਲੈਟ ਸੀ, ਸੋ ਮੈਂ ਨਾ ਬੜਾ ਉਦਾਸ ਹੋਇਆ ਸੀ ਕਿ ਸਾਡਾ ਇੱਕ ਘਰ ਛੋੜ ਕੇ, ਉਹਨਾਂ ਦਾ ਨਾਂ ਵੀ ਮੈਨੂੰ ਯਾਦ ਹੈ, ਬਬਲੂ, ਅਜੇ ਔਰ ਗੁੱਡੂ, ਉਹ ਤਿੰਨ ਭਰਾਵਾਂ ਨਾਲ ਮੈਂ ਬਹੁਤ ਖੇਡਦਾ ਸੀ, ਔਰ ਉਹ ਮਕਾਨ ਸ਼ਿਫਟ ਕਰਕੇ ਚਲੇ ਗਏ। ਮੈਂ ਕਈ ਦਿਨ ਖਾ ਨਹੀਂ ਸਕਿਆ, ਕਈ ਦਿਨ ਮੈਂ ਉਦਾਸ ਰਿਹਾ, ਔਰ ਮੈਂ ਬੀਜੀ ਨੂੰ ਕਿਹਾ, ਬੀਜੀ ਉਹ ਚਲੇ ਗਏ ਨੇ, ਉਹ ਮੇਰਾ ਕੀ ਸੀ? ਉਹ ਮੇਰੇ ਥੋਟ ਪ੍ਰੋਸੈਸਿਸ ਓਬਸੈਸ਼ਨ ਸੀ, ਪੋਜੈਸ਼ਨ ਸੀ ਜਾਂ ਪੋਜੈਸਿਵਨੈਸ ਸੀ? ਇਸ ਤਰ੍ਹਾਂ ਅਸੀਂ ਆਪਣੇ ਫਰੈਂਡਸ,
ਆਪਣੀਆਂ ਚੀਜ਼ਾਂ ਉਹਨਾਂ ਸਾਰਿਆਂ ਦੇ ਨਾਲ ਜਿੰਨਾ ਜ਼ਿਆਦਾ ਆਪਣੇ ਥੋਟ ਪ੍ਰੋਸੈਸ ਨਾਲ ਓਬਸੈਸਡ ਜਾਂ ਪੋਜੈਸਿਵ ਰਹਿੰਦੇ ਆ ਨਾ, ਉਹ ਸਾਨੂੰ ਪਕੜਨ ਦੀ ਆਦਤ ਪੈ ਜਾਂਦੀ ਹੈ। ਇਹ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਏ, ਇਹ ਜੋ ਦੁਨੀਆ ਸ਼ੇਰ ਮੇਲਾ ਦਸਤਗੀਰੀ ਨਾ ਹੈ, ਤੂੰ ਕੁਛ ਵੀ ਪਕੜ ਕੇ ਨਹੀਂ ਰੱਖ ਸਕਦਾ। ਈਵਨ ਆਪਣੇ ਤੇਰੇ ਜਿਹੜੇ ਖਿਆਲ ਨੇ ਨਾ, ਇਹ ਵੀ ਚੇਂਜ ਹੋ ਸਕਦੇ ਨੇ, ਬਸ਼ਰਤੇ ਕਿ ਤੂੰ ਪੋਜ਼ਿਟਿਵ ਥਿੰਕਿੰਗ ਰੱਖੇ ਔਰ ਨੈਗੇਟਿਵ ਖਿਆਲਾਂ ਨੂੰ ਛੱਡੇ। ਹਾਂਜੀ ਅਮਨ ਜੀ, ਤੂੰ ਡੇ ਬਾਈ ਡੇ ਮਨ ਕਮਜ਼ੋਰ ਹੋ ਰਿਹਾ ਹੈ। ਵੀ ਆਲ ਆਰ ਇਸ ਪਲੈਨਟ ਤੇ ਜਿਤਨੇ ਮਨੁੱਖ ਨੇ, ਵੀ ਆਲ ਆਰ ਵਲਨਰੇਬਲ ਟੂ ਹੈਵ ਦਾ ਨੈਗੇਟਿਵ ਥਿੰਕਿੰਗ। ਮਨ ਦੀ ਆਦਤ ਹੈ, ਮਨ ਇੰਜ ਆਪਣੇ ਭਾਂਡੇ ਚ ਨੈਗੇਟਿਵ ਪੋਇਜ਼ਨਸ ਖਿਆਲ ਪਾਉਂਦਾ ਰਹਿੰਦਾ, ਕਲੈਕਟ ਕਰਦਾ ਰਹਿੰਦਾ, ਇਹਦੀ ਟੈਂਡੈਂਸੀ ਹੈ। ਅਸੀਂ ਆਪਣੇ ਮਨ ਨੂੰ ਸਟਰੋਂਗ ਰੱਖਣਾ ਹੈ। ਕਿਸੇ ਨੇ ਨਾ ਮੇਰੇ ਬਚਪਨ ਵਿੱਚ ਕੰਮ ਚ ਰੁਕਾਵਟ ਪਾ ਦਿੱਤੀ। ਮੈਂ ਇੱਕ ਸਕੂਲ ਤੋਂ ਦੂਜੇ ਸਕੂਲ ਜਾਣਾ ਚਾਹੁੰਦਾ ਸੀ, ਸ਼੍ਰੀਨਿਵਾਸਪੁਰੀ ਤੋਂ ਲਾਜ ਨਗਰ ਦੇ ਸਕੂਲ ਵਿੱਚ, ਜਿਹਨੇ ਰੁਕਾਵਟ ਪਾਈ ਉਹ ਮੈਨੂੰ ਉੱਥੇ ਭੈੜਾ ਲੱਗਣ ਲੱਗ ਪਿਆ। ਇੰਜ ਸਾਡੀ ਜ਼ਿੰਦਗੀ ਵਿੱਚ ਮੇਰੀ ਪੜ੍ਹਾਈ, ਮੇਰਾ ਕਰੀਅਰ, ਮੇਰੀ ਜੌਬ, ਮੇਰਾ ਕੰਮ, ਮੇਰਾ ਖੇਡਣਾ, ਮੇਰਾ ਰਾਈਜ਼ ਕਰਨਾ, ਮੇਰਾ ਬਿਜ਼ਨਸ, ਮੇਰੇ ਬੱਚੇ ਦਾ ਰਿਸ਼ਤਾ, ਇਸ ਤਰ੍ਹਾਂ ਕਿਸੇ ਵੀ ਚੀਜ਼ ਜਿਹੜਾ ਬੰਦਾ ਰੁਕਾਵਟ ਪਾਉਂਦਾ ਨਾ, ਉਹਨੂੰ ਅਸੀਂ ਭੈੜਾ ਲੇਬਲ ਲਗਾ ਦਿੰਦੇ ਹਾਂ ਔਰ ਉਹਦੇ ਬਾਰੇ ਇੱਥੇ ਨੈਗੇਟਿਵ ਹੁੰਦੇ ਰਹਿੰਦੇ ਹਾਂ। ਸੋ ਰੁਕਾਵਟਾਂ ਪਾਉਣ ਵਾਲਾ ਮਨੁੱਖ ਸਾਨੂੰ ਚੰਗਾ ਨਹੀਂ ਲੱਗਦਾ। ਕਈ ਲੋਕੀ ਇਸੀ ਗੱਲ ਕਰਕੇ ਡਿਪਰੈਸਡ ਨੇ ਅਮਨ ਜੀ, ਕਿ ਮੈਂ ਡਾਕਟਰ ਬਣਨਾ ਚਾਹਤਾ ਥਾ ਫਲਾਣੇ ਕੇ ਕਾਰਨ, ਮੈਂ ਤੋ ਬਣ ਰਹਾ ਥਾ, ਮੇਰੇ ਮੰਮੀ ਪਾਪਾ ਤੋਂ ਬਣਨੇ ਦੇ ਰਹੇ, ਮੇਰੀ ਚਾਚੀ ਨੇ ਨਹੀਂ ਬਣਨੇ ਦੀਆਂ, ਕਹਿੰਦੇ ਨਾ ਬਸ ਨੈਗੇਟਿਵ ਥਿੰਕਿੰਗ ਸ਼ੁਰੂ, ਮਨ ਮੈਲਾ ਹੋਣਾ ਸ਼ੁਰੂ ਹੈ। ਕਿਸੇ ਵੀ ਪਾਸੋਂ ਕਿਸੇ ਵੀ ਗੱਲ ਤੇ ਕੋਈ ਜੇ ਰੁਕਾਵਟ ਪਾਉਂਦਾ ਹੈ, ਡਿਪਰੈਸ਼ਨ ਦੀ ਟ੍ਰੇਨ ਤੇ ਚੜ ਗਏ, ਮਨ ਮੈਲਾ ਹੈ, ਕੈਮੀਕਲ ਇੰਬੈਲੈਂਸ ਹੋਏਗਾ, ਇਟ ਕੈਨ ਲੀਡ ਟੂ ਸ਼ਿਜ਼ੋਫਰੇਨੀਆ ਔਰ ਮੇ ਬੀ ਇਟ ਕੈਨ ਲੀਡ ਟੂ ਸੁਸਾਈਡ। ਸੁਸਾਈਡ ਦੇ ਕਰੋੜਾਂ ਫੈਕਟਰ ਹੋਣਗੇ, ਪਰ ਮੈਨੂੰ ਇੱਕ ਇਹ ਵੀ ਸਮਝ ਆਇਆ ਕਿ ਅਸੀਂ ਨੈਗੇਟਿਵ ਥਿੰਕਿੰਗ ਰੱਖਦੇ ਹਾਂ, ਮਨ ਮੈਲਾ ਰੱਖਦੇ ਹਾਂ, ਜੇ ਕੋਈ ਸਾਡੇ ਰੁਕਾਵਟਾਂ ਪਾਏ, ਜੇ ਸਾਨੂੰ ਕੋਈ ਨੁਕਸਾਨ ਪਹੁੰਚਾਏ, ਜੇ ਕੋਈ ਸਾਨੂੰ ਧੋਖਾ ਕਰ ਗਿਆ ਸੀ, ਕਿਸੇ ਦੇ ਕਾਰਨ ਸਾਨੂੰ ਘਾਟੇ ਪੈ ਗਏ ਸੀ। ਅਮਨ ਜੀ, ਘਾਟੇ ਬਾਰੇ ਮੈਂ ਸੁਣਿਆ ਕਿ ਇੱਕ ਵਾਰੀ ਨਾ ਮਸਕੀਨ ਸਾਹਿਬ ਦੇ ਬਿਆਨ ਕਰ ਰਹੇ ਸੀ, ਜਿਸ ਸ਼ਹਿਰ ਗਏ, ਮੈਂ ਉਸ ਸ਼ਹਿਰ ਦਾ ਨਾਂ ਨਹੀਂ ਲਵਾਂਗਾ, ਉਹ ਨਾ ਕਹਿੰਦੇ ਮੈਂ ਟ੍ਰੇਨ ਤੋਂ ਉਤਰਿਆ ਤੇ ਮੈਨੂੰ ਹਰ ਵਾਰੀ ਜੋ ਪ੍ਰਬੰਧਕਾਂ ਚੋਂ ਪ੍ਰਧਾਨ ਰਿਸੀਵ ਕਰਨ ਆਉਂਦੇ ਸੀ ਨਾ, ਉਹ ਪ੍ਰਧਾਨ ਜੀ ਨਹੀਂ ਆਏ, ਉਹਨਾਂ ਦੀ ਵਾਈਫ ਔਰ ਉਹਨਾਂ ਦਾ ਬੇਟਾ ਆਇਆ। ਕਹਿੰਦੇ ਮੈਂ ਉਹਨਾਂ ਦੇ ਘਰ ਚਲਾ ਗਿਆ ਔਰ ਜਦੋਂ ਉਹਨਾਂ ਨੇ ਨਾਸ਼ਤਾ ਪਾਇਆ ਤੇ ਮੈਂ ਉਹਨਾਂ ਨੂੰ ਪੁੱਛਿਆ ਤੁਹਾਡੇ ਹਸਬੈਂਡ ਕਿੱਥੇ ਨੇ, ਉਹਨੇ ਕਿਹਾ ਉਹ ਤੇ ਨਾ ਡਿਪਰੈਸ਼ਨ ਹੀ ਚਲੇ ਗਏ ਸਨ, ਫਿਰ ਅਲਟੀਮੇਟਲੀ ਉਹਨਾਂ ਦੀ ਡੈਥ ਹੋ ਗਈ। ਇਹਨਾਂ ਨੇ ਪੁੱਛਿਆ ਕੀ ਹੋਇਆ ਸੀ, ਕਹਿੰਦੇ ਉਹਨਾਂ ਨੇ ਨਾ ਇੱਕ ਪ੍ਰੋਪਰਟੀ ਲਈ
50 ਲੱਖ ਦੀ ਔਰ ਉਹਦੀ ਮਾਰਕੀਟ ਅੰਦਰ ਵੈਲਿਊ ਨਾ ਕਰੋੜ ਹੋ ਗਈ ਸੀ। ਪਰ ਜਿਹੜਾ ਬਾਇਰ ਮਿਲਿਆ ਨਾ, ਉਹ ਬਾਇਰ ਨੇ ਥੋੜਾ ਧੋਖਾ ਕਰ ਲਿਆ ਤੇ ਉਹ ਪ੍ਰਾਪਰਟੀ ਨਾ 70 ਲੱਖ ਦੀ ਵਿਕੀ। ਉਹ ਜਿਹੜਾ 30 ਲੱਖ ਘਾਟਾ ਸੀ ਨਾ, ਉਹ ਉਹਨਾਂ ਨੂੰ ਬੜਾ ਬੋਦਰ ਕਰਦਾ ਸੀ। ਸੋ ਹੁਣ ਉਹਨਾਂ ਨੂੰ 50 ਵਾਲੀ 70 ਵਿੱਚ ਵਿਕੀ ਹੈ, 20 ਲੱਖ ਪ੍ਰੋਫਿਟ ਨਜ਼ਰ ਨਹੀਂ ਆ ਰਿਹਾ, ਪਰ ਉਹ ਘਾਟਾ ਬਰਦਾਸ਼ਤ ਨਹੀਂ ਕਰ ਸਕੇ। ਸੋ ਜਦੋਂ ਅਸੀਂ ਅਮਨ ਜੀ ਆਪਣੇ ਘਾਟੇ ਬਰਦਾਸ਼ਤ ਨਹੀਂ ਕਰ ਸਕਦੇ ਹਾਂ ਨਾ, ਤਾਂ ਅਸੀਂ ਇੱਕ ਬੋਟ ਪਕੜ ਲੈਂਦੇ ਹਾਂ ਜਿਹਦਾ ਨਾਂ ਹੈ ਡਿਪਰੈਸ਼ਨ, ਨੈਗੇਟਿਵ ਥਿੰਕਿੰਗ ਵਾਲੀ ਬੋਟ ਤੇ ਚੜ ਗਏ, ਟ੍ਰੇਨ ਤੇ ਚੜ ਗਏ। ਸਾਡੇ ਅੰਦਰ ਕੰਪਲੈਕਸ ਹੁੰਦਾ, ਇਸ ਤਰ੍ਹਾਂ ਜਦੋਂ ਚਿੰਤਾ ਫਿਕਰ ਵਿੱਚ ਰਹਿੰਦੇ ਹਾਂ, ਇਨਫਿਨਿਟੀ ਸੁਪਰਿਟੀ ਦਾ ਕੰਪਲੈਕਸ ਆ ਜਾਂਦਾ, ਚਿੰਤਾ ਫਿਕਰ ਰਹਿੰਦਾ, ਡਰ ਰਹਿੰਦਾ, ਤੋਖਲਾ ਰਹਿੰਦਾ, ਮਨ ਮੈਲਾ ਰਹਿੰਦਾ, ਤਾਂ ਫਿਰ ਅਸੀਂ ਐਸੇ ਖਿਆਲ ਵਾਲੇ ਬਣ ਜਾਂਦੇ ਹਾਂ, ਮੈਨੂੰ ਪੁੱਛਿਆ ਹੀ ਨਹੀਂ, ਮੇਰਾ ਖਿਆਲ ਹੀ ਨਹੀਂ ਕੀਤਾ, ਮੈਂ ਫਲਾਣੀ ਪਾਰਟੀ ਤੇ ਗਿਆ, ਮਨੂ ਤੇ ਕਾਰਡ ਤੇ ਭੇਜਿਆ ਸੀ ਪਰ ਮੇਰੇ ਨਾਲ ਵਾਲਿਆਂ ਨੂੰ ਉਹਨਾਂ ਨੇ ਕਿਹਾ ਆਓ ਰੋਟੀ ਖਾਓ, ਮਨੂ ਨਹੀਂ ਬੁਲਾਇਆ, ਮੈਨੂੰ ਨਹੀਂ ਪੁੱਛਿਆ, ਮੇਰਾ ਖਿਆਲ ਨਹੀਂ ਕਰਦੇ, ਮੈਨੂੰ ਪਿਆਰ ਨਹੀਂ ਕਰਦੇ, ਮੇਰਾ ਧਿਆਨ ਨਹੀਂ ਕਰਦੇ, ਮੈਂ ਸਭ ਦਾ ਕੀਤਾ, ਮੈਂ ਬੜਾ ਸ਼ਰੀਫ ਆਦਮੀ ਹਾਂ, ਮੈਂ ਸਭ ਨੂੰ ਪਿਆਰ ਕੀਤਾ ਪਰ ਮੈਨੂੰ ਪਿਆਰ ਮਿਲਦਾ ਨਹੀਂ ਹੈ। ਸੈਲਫ ਸੈਂਟਰਡ ਹੋਈ ਜਾ ਰਿਹਾ, ਸਾਰੀ ਯੂਨੀਵਰਸ ਦਾ ਸੈਂਟਰ ਆਪਣੇ ਆਪ ਨੂੰ ਬਣਾ। ਇਹ ਸਾਰੀਆਂ ਚੀਜ਼ਾਂ ਸਾਨੂੰ ਨੈਗੇਟਿਵ ਥਿੰਕਿੰਗ ਵੱਲ ਲਿਜਾਈ ਜਾ ਰਹੀਆਂ, ਮਨ ਕਮਜ਼ੋਰ ਹੋਈ ਜਾ ਰਿਹਾ। ਜਿਤਨਾ ਮਨ ਕਮਜ਼ੋਰ ਹੁੰਦਾ ਜਾਏਗਾ, ਅਸੀਂ ਦੂਜਿਆਂ ਤੇ ਬਲੇਮ ਲਗਾਈ ਜਾਵਾਂਗੇ, ਔਰ ਆਪੇ ਇੱਥੇ ਨਾ ਸਲਾਮ ਜਵਾਬ ਦੋਵੇਂ ਕਰੇ, ਆਪੇ ਸਵਾਲ ਕਰੀ ਜਾਵਾਂਗੇ, ਆਪੇ ਆਂਸਰ ਬਣਾਈ ਜਾਵਾਂਗੇ, ਹਰ ਗੱਲ ਬਾਰੇ ਆਪਣੀ ਹਾਈਪੋਥੀਸਿਸ ਬਣਾ ਲਾਂਗੇ। ਜੀ ਸੋਰੀ ਆ ਮੈਂ ਇੰਟਰਪਟਿੰਗ ਯੂ, ਬਟ ਇਹ ਸਾਡੀ ਆਦਤ ਹੀ ਨਹੀਂ ਹੁੰਦੀ ਕਿ ਅਸੀਂ, ਇਹ ਸਾਡੀ ਫਿਤਰਤ ਨਹੀਂ ਹੈ ਕਿ ਹਰ ਵੇਲੇ ਬੰਦਾ ਆਪਣੇ ਬਾਰੇ ਸੋਚਦਾ ਹੀ ਹੈ, ਮਤਲਬ ਇਜ਼ ਇਟ ਨਾਟ ਨੈਚੁਰਲ? ਬਾਜੀ ਨੈਚੁਰਲ ਹੈ ਤਾਂ ਇਹਦੇ 'ਚ, ਇਹ ਮੰਨ ਲਿਆ ਮੈਂ ਹਰ ਵੇਲੇ ਆਪਣੇ ਬਾਰੇ ਸੋਚਦਾ ਹਾਂ ਤਾਂ ਮੈਂ ਹਰ ਵੇਲੇ ਸ਼ੱਕ ਕਰਦਾ, ਫਲਾਣੇ ਨੇ ਮੈਨੂੰ ਪੁੱਛਿਆ ਨਹੀਂ, ਫਲਾਣਾ ਮੈਨੂੰ ਕਹਿੰਦਾ ਨਹੀਂ, ਘਰ ਵਾਲੇ ਮੇਰਾ ਧਿਆਨ ਨਹੀਂ ਰੱਖਦੇ, ਮੇਰੀ ਵਹੁਟੀ ਧਿਆਨ ਨਹੀਂ ਰੱਖਦੀ, ਮੈਨੂੰ ਪੁੱਛਦੇ ਨਹੀਂ, ਮੈਨੂੰ ਆਫਿਸ ਜਾਂਦਾ ਵਾ ਉੱਥੇ ਵੀ ਸਾਰੇ ਇੰਝ ਕਰਦੇ ਨੇ, ਮੇਰੇ ਕੋਲ ਬਚਪਨ ਮੇਂ ਵੀ ਮੰਮੀ ਪਾਪਾ ਐਸੇ ਕਰਦੇ ਥੇ, ਹਰ ਬਾਤ ਮੇਂ ਮੇਰੇ ਕੋ ਬਲੇਮ ਲਗਾ ਦਿੱਤੇ ਥੇ, ਮੇਰੇ ਕੋ ਸਕੇਪ ਗੋਟ ਬਣਾ ਦਿੱਤੇ ਥੇ, ਮੈਂ ਬਲੀ ਕਾ ਬੱਕਰਾ ਬਣ ਜਾਂਦਾ ਥਾ। ਇਹ ਗੱਲਾਂ ਹਰ ਵੇਲੇ ਸੋਚਣ ਦੀ ਬਜਾਏ ਇੰਝ ਹੀ ਹੋ ਸਕਦਾ ਨਾ ਕਿ ਯਾਰ ਮੈਂ ਵੀ ਰੱਬ ਜੀ ਦਾ ਇੱਕ ਯੂਨੀਕ ਮਨੁੱਖ ਹਾਂ, ਮੈਂ ਵੀ ਚੰਗਾ ਸੁਣ ਕੇ ਮੈਂ ਵੀ ਦੂਸਰਿਆਂ ਵਾਂਗੂ ਕੁਛ ਕ੍ਰੀਏਟਿਵ ਕਰ ਸਕਦਾ ਹਾਂ। ਸੋ ਤੁਸੀਂ ਜਿਹੜਾ ਨੇਚਰ ਦੀ ਗੱਲ ਕਰ ਰਹੇ ਹੋ ਉਹਨੂੰ ਨੈਗੇਟਿਵ ਤੋਂ ਪੋਜ਼ਿਟਿਵ ਤੇ ਕੀਤਾ ਜਾ ਸਕਦਾ ਹੈ, ਨਹੀਂ ਤੇ ਡਿਪਰੈਸ਼ਨ ਆ ਜਾਏਗਾ, ਇਹ ਤੇ ਅਸੀਂ ਸਿੱਖ ਰਹੇ ਹਾਂ। ਵੈਰੀ ਵੈਲ ਸਰ। ਜਿਹੜੀਆਂ ਕਿ ਹਾਈਪੋਥੀਸਿਸ ਬਣਾਉਂਦੇ ਆ ਨਾ, ਇਹ ਤਾਂ ਐਸੇ ਹੋਤਾ, ਤੁਮਨੇ ਤਾਂ ਐਸੇ ਕੀਆ ਥਾ, ਵੋ ਤੋਂ ਬਾਤ ਐਸੇ ਹੈ, ਉਸਕਾ ਕਿਆ ਕਹੋਗੇ? ਅੱਛਾ ਵੋ ਬਾਤ ਬਤਾਓ, ਵੋ ਕਿਆ ਥੀ? ਸਵਾਲ ਕਰ ਲਿਆ, ਅਗਲੇ ਦਾ ਆਨਸਰ ਸੁਣਿਆ ਹੀ ਨਹੀਂ। ਅਮਨ ਜੀ ਆਈ ਕਾਂਟ ਸੀ ਯੂ ਰਾਈਟ, ਅਗਲੇ ਦਾ ਆਨਸਰ ਹੀ ਨਹੀਂ ਸੁਣਿਆ, ਆਪਣਾ ਸਵਾਲ ਬਣਾਇਆ, ਆਪੇ ਹੀ ਆਨਸਰ ਕਰ ਲਿਆ, ਔਰ ਆਪਣਾ ਆਨਸਰ ਕੋਲ ਤਿਆਰ ਹੀ ਰੱਖਿਆ ਹੋਇਆ, ਆਪਣੇ ਆਨਸਰ ਤੋਂ ਟਸ ਤੋਂ ਮਸ ਨਹੀਂ ਹੋਇਆ, ਪੁੱਛਿਆ ਕਿਉਂ ਥਾ ਸਵਾਲ? ਅਗਰ ਤੁਮਨੇ ਦੂਸਰੇ ਕਾ ਪੁਆਇੰਟ ਆਫ ਵਿਊ ਸੁਣਨਾ ਹੀ ਨਹੀਂ ਹੈ, अरे तुमने नहीं सुना ना तो कोई बात नहीं, लेकिन जो तुमने मन में नेगेटिव आंसर बनाया हुआ है ना,
जो जस्टिफिकेशन बनाई हुई है ना, इससे मन मैला होगा, केमिकल इंबैलेंस होता जाएगा, तुम डेफिनेटली डिप्रेशन में जा रहे हो या तुम डिप्रेशन में, राइट? वो जेडे डिप्रेशन वाले ख्याल ने ना, ओदे नाल असीं फिर दुखी दुखी रहिंदे आ। ओ शेर याद आया, खंजर की क्या मजाल जो तुझे घायल कर सके, ये तेरे अपने ही है ख्याल जो तू घायल हुए जा रहा है। Yes, so well said. बस आप जिस डाली पर बैठे हैं अपनी ही डाली को काट रहे हैं, अब तो भाई साहब गिर ही रहे हैं, गिर गए हैं, गिर जाएंगे ही, गिरते ही हैं। ऑप्टिमिज्म गया, अनप्लेजेंट थॉट्स आन गया, विकास खेड़ा वाले ख्याल नहीं आन गए, डोमिनेशन वाले ख्याल आन गए, मेरा कहना क्यों नहीं माना, सारी यूनिवर्स मेरे मुताबिक चल ले, यही सारे ख्याल आन गए, आई एम ऑलवेज मिस्टर राइट, यही ख्याल आन देने ना। अमन जी धार्मिक दुनिया विच ना तीन रोग बोलते ने, हेत रोग बोलते ने, जो जो दिशा सो सो रोगी, तीन रोग केड़े होंगे ने, रजो तमो सतो, मैं तीनों एक्सप्लेन नहीं कर रहा, पर इन्हों विच सतो रोग होंगे कि मैं सच्चा हूं, मैं हर वेले राइट हूं, मैं हर वेले ऑनेस्ट हूं और मैं सच्चा हूं, यह रोग क्यों है फिर, रोग इस करके कि बाकी मैं जहां मैं हर वेले राइट हुंदा, बाकी सब झूठे, बाकी सब डिसऑनेस्ट ने, ऐसा तो रोग दा बीमारी, राइट, ऐ सानू बहुत बॉदर कर दी है, ऑलवेज आई एम राइट, मिस्टर राइट, मिसिज राइट, हर वेले दूजे नू झूठा ठहराना, अपने वालों दूजे उत्ते झूठा ठहराण दा ब्लेम लगा देना, ते जदों दूजा जस्टिफिकेशन देवे और पता लगे कि नहीं ये बात ऐसे नहीं थी, मैंने तो कहा ही था ना, बात भी नहीं कर सकते क्या, मैंने तो सिर्फ कहा ही था ना, ना मतलब मुंह को सी ले, ऐज गल्ला कर दे लोग की, ये नहीं पता कि अंदरों इंबैलेंस हो रहे है, मन मैला हो रहा है। असी अमन जी इत्थे ना कोई धर्म नहीं पढ़ा रहे हां, पर धर्म दी एक कोटेशन नू, एक शब्द नू सीख के यूनिवर्सल एप्लीकेबल मीनिंग्स उदे समझ रहे हां कि प्रैक्टिकल जीवन नहीं है, तां फिर मेरे अंदर जेलसी हेटरेड भी है, मैं मिस्टर राइट मिसिज राइट भी हां, और मैनू अपने सतो रोगी सतो गुण दा रोग भी है, वह मैनू बीमारी है, मैं होपलेसनेस ही रहिंदा हां, मैनू लोकी भैड़े लगदे हन, मैं अपना जो भी काम करदा हाफ हार्टेडली करदा, ऑफिस अंदर असी डिप्रेस्ड रहिंदे हां, जॉब वेले डिप्रेस्ड रहिंदे हां, जिहड़ियां नूहां अपने सहुरे काम करन पर हाफ हार्टेडली करन, please, carry on.
ਹੈ ਨਾ। ਪਰ ਜੇ ਮੰਨ ਲਿਆ ਸਾਡੀ ਭੈਣ ਵਿਆਹ ਕੇ ਕਿਸੇ ਹੋਰ ਘਰ ਗਈ ਹੋਵੇ, ਪਰ ਉਹ ਜਦੋਂ ਪੇਕੇ ਆਵੇ ਤਾਂ ਅਸੀਂ ਹਰ ਗੱਲ ਥੋਪ ਦਈਏ ਸਾਡੀ ਮੂੰਹ ਤੇ ਕਿ ਤੂੰ ਹੀ ਕਰਿਆ ਕਰ, ਤਾਂ ਇੱਥੇ ਆ ਕੇ ਫਿਰ ਭੈਣ ਘਰ ਪੇਕੇ ਆ ਕੇ ਵੀ ਹਾਫ ਹਾਰਟਿਡਲੀ ਕਰੇਗੀ ਨਾ। ਉਹ ਪਿਆਰ ਨਾਲ ਉਹ ਆਪਣਾ ਘਰ ਸਮਝ ਕੇ ਕਰਨਾ ਸ਼ੁਰੂ ਕਰ ਲਵੇ। ਭਰਜਾਈ ਉਹਨੂੰ ਆਵਾਜ਼ ਮਾਰਦੇ, ਆਓ ਭੈਣ ਜੀ ਆ ਜਾਓ ਆ ਜਾਓ, ਕੋਈ ਗੱਲ ਨੀ ਆਪਣਾ ਹੀ ਘਰ ਹੈ ਨਾ, ਮੈਂ ਤੇ ਹੁਣ ਆਈ ਹਾਂ, 5-10 ਸਾਲ ਹੋਏ ਨੇ, ਇਹ ਤੇ ਤੁਹਾਡਾ ਹੀ ਆਪਣਾ ਘਰ ਹੈ। ਲਓ ਜੀ ਹੁਣ ਪਿਆਰ ਹੋ ਗਿਆ, ਸ਼ੁਕਰ ਸ਼ੁਕਰ ਆਰਾਮ ਨਾਲ ਬਣਾਓ। ਹਾਫ ਹਾਰਟਿਡਲੀ ਪੇਕੇ ਸਹੁਰਿਆਂ ਵਾਲੇ ਕੰਮ, ਹਾਫ ਹਾਰਟਿਡਲੀ ਆਪਣੇ ਕਿਸੇ ਵੀ ਰਿਸ਼ਤੇ ਵਾਲੇ ਰਿਲੇਸ਼ਨਸ਼ਿਪ, ਹਾਫ ਹਾਰਟਿਡਲੀ ਜੋਬਸ ਕਰਨਾ, ਹਾਫ ਹਾਰਟਿਡਲੀ ਵਾਲਾ ਨਾ ਜਿਹੜਾ ਮਨ ਮਹਿਲਾ ਹੈ, ਖਿੜ ਕੇ ਪੈਸ਼ਨੇਟ ਹੋ ਕੇ ਜਿਹੜਾ ਬੰਦਾ ਕੰਮ ਕਰਦਾ ਹੈ ਨਾ, ਉਹ ਆਪਣੇ ਕੰਮ ਦੀਆਂ ਕੀਮਤਾਂ ਨਹੀਂ ਲਾਉਂਦਾ। ਪੈਸ਼ਨੇਟ ਹੋ ਕੇ ਜਿਹੜਾ ਬੰਦਾ ਕੰਮ ਕਰਦਾ ਹੈ ਨਾ, ਉਹ ਆਪਣੇ ਕੀਤੇ ਦਾ ਅਹਿਸਾਨ ਨਹੀਂ ਜਿਤਲਾਉਂਦਾ, ਉਹ ਆਪਣੇ ਕੀਤੇ ਦੀ ਕੀਮਤ ਨਹੀਂ ਮੰਗਦਾ, ਉਹ ਗੱਲ ਗੱਲ ਤੇ ਆਪਣਾ ਦੂਸਰਿਆਂ ਤੇ ਅਹਿਸਾਨ ਨਹੀਂ ਕਰੇਗਾ। ਸੋ ਸਾਨੂੰ ਦੂਸਰਿਆਂ ਤੇ ਅਹਿਸਾਨ ਨਹੀਂ ਜਿਤਲਾਉਣਾ ਚਾਹੀਦਾ। ਮੇਰੇ ਕੋ ਮੈਸੇਜ ਆਇਆ, ਵੀਰ ਜੀ ਥੋੜਾ ਸਾ ਹਿੰਦੀ ਮੇ ਜਾਂ ਇੰਗਲਿਸ਼ ਮੇ ਜ਼ਿਆਦਾ ਬੋਲੋ, ਆਈ ਐਮ ਸੋਰੀ ਅਗਰ ਮੈਨੇ ਕੋਈ ਐਸੇ ਵਰਡਸ ਬੋਲੇ ਹੋ ਜੋ ਕਿਸੀ ਕੋ ਨਹੀਂ ਸਮਝ ਮੇ ਆਏ ਹੈ, ਤੋ ਮੈਂ ਆਪਣੀ ਤਰਫ ਸੇ ਥੋੜਾ ਥੋੜਾ ਹਿੰਦੀ ਮੇ ਬੋਲਤਾ ਹੂੰ। ਆਈ ਵਿਸ਼ ਮੇਰੇ ਕੋ ਮਾਲੂਮ ਪਹਿਲੇ ਹੋਤਾ ਤੋ ਮੈਂ ਉਸਕੋ ਹਿੰਦੀ ਮੇ ਟਰਾਈ ਕਰ ਸਕਤਾ ਥਾ। ਸੋ ਅਗਰ ਹਮ ਆਪਣੇ ਕੀਏ ਹੋਏ ਕਾਮੋ ਕਾ ਅਹਿਸਾਨ ਜਤਲਾਤੇ ਹੈ, ਪਤੀ ਪਤਨੀ ਪਰ, ਪਤਨੀ ਪਤੀ ਪਰ, ਪਤੀ ਬੋਲਤਾ ਹੈ ਤੁਹਾਰੇ ਲਈ ਕਮਾ ਕੇ ਲਾਤੇ ਹੈ ਅਹਿਸਾਨ ਜਤਲਾਤਾ ਹੈ, ਪਤਨੀ ਬੋਲਤੀ ਹੈ ਤੁਹਾਰੇ ਲਈ ਕਾਮ ਕਰਤੀ ਹੂੰ ਅਹਿਸਾਨ ਜਤਲਾਤੇ ਹੈ। ਮੈਂ ਤੋ ਆਪਣਾ ਪਰਿਵਾਰ ਛੋੜ ਕੇ ਆ ਗਈ ਹੂੰ ਨਾ ਤੁਹਾਰੇ ਘਰ, ਅਰੇ ਨਹੀਂ ਆਉਣਾ ਤਾਂ ਫਿਰ ਸ਼ਾਦੀ ਨਹੀਂ ਕਰਾਉਣੀ ਸੀ। ਅਹਿਸਾਨ ਇੱਕ ਦੂਜੇ ਕੇ ਉੱਪਰ ਅਹਿਸਾਨ ਜਤਲਾਨਾ ਮਨ ਮਹਿਲਾ ਹੈ, ਇਹ ਡਿਪਰੈਸ਼ਨ ਮੇ ਜਾਏਗਾ। ਇਹ ਦੂਸਰੇ ਸੇ ਐਕਸਪੈਕਟੇਸ਼ਨ ਰੱਖਣਾ, ਦੂਸਰੀ ਪਾਰਟੀ ਕੋ ਪਤਾ ਹੀ ਨਹੀਂ ਹੈ ਮੇਰੇ ਸੇ ਇਹ ਐਕਸਪੈਕਟ ਕਰ ਰਹੇ ਹੈ। ਆਪਣੇ ਕੀ ਹੋਏ ਕਾਮ ਕੀ ਨਾ ਵਾਹ ਵਾਹ, ਮੇਰੀ ਪ੍ਰੇਜ਼ ਕਿਉਂ ਨਹੀਂ ਕੀ ਤੁਮਨੇ, ਕਭੀ ਤੋ ਸੁੱਕੇ ਮੂੰਹ ਸੇ ਥੈਂਕਸ ਬੋਲ ਦਿਆ ਕਰੋ, ਕਭੀ ਤੋ ਕਹਿ ਦਿਆ ਕਰੋ ਅੱਛਾ ਕੀਆ ਹੈ। ਵਾਹ ਵਾਹ ਦੀ ਭੁੱਖ, ਕੁਛ ਵੀ ਕਰਕੇ ਵਾਹ ਵਾਹ ਰਿਟਰਨ ਪ੍ਰੇਜ਼ ਰਿਵਾਰਡ ਦੀ ਭੁੱਖ ਮਨ ਅੰਦਰ, ਔਰ ਕੁਛ ਕੀਏ ਕਾ ਜਤਲਾਨਾ ਅਹਿਸਾਨ ਜਤਲਾਨਾ, ਇਹ ਸਭ ਮਨ ਮੈਲੇ ਵਾਲੀਆਂ ਆਦਤਾਂ ਹੈ, ਵੋ ਸਾਰੇ ਸਿਮਟਮਸ ਹੈ ਜੋ ਮੇਰੇ ਕੋ ਡਿਪਰੈਸ਼ਨ ਕੀ ਟ੍ਰੇਨ ਮੇ ਬਿਠਾਤੇ ਹੈ। ਸਪੀਡ ਡੇ ਬਾਈ ਡੇ ਵਧਦੀ ਜਾ ਰਹੀ ਹੈ, ਮੇਰਾ ਯਹਾਂ ਪਰ ਇੱਕ ਕੈਮੀਕਲ ਇੰਬੈਲੈਂਸ ਹੋ ਰਿਹਾ ਹੈ, ਹੋ ਸਕਦਾ ਹੈ ਮੈਂ ਸ਼ੀਜ਼ੋਫਰੇਨੀਆ ਹੋ ਜਾਊਂ, ਹੋ ਸਕਦਾ ਹੈ ਮੇਰੇ ਕੋ ਪਾਗਲਖਾਨੇ ਛੋੜਨੇ ਜਾਣਾ ਪੜੇ, ਹੋ ਸਕਦਾ ਹੈ ਕਿ ਮੈਂ ਸੁਸਾਈਡ ਕਰ ਲੂੰ। ਸੋ ਅਗਰ ਹਮ ਪੈਸ਼ਨੇਟ ਹੋ ਕੇ ਕੰਮ ਕਰਤੇ ਹੈ ਤੋ ਅਹਿਸਾਨ ਨਹੀਂ ਜਿਤਲਾਤੇ ਹੈ, ਆਪਣੇ ਕੀ ਹੋਏ ਕੰਮ ਕੀ ਕੀਮਤ ਨਹੀਂ ਮੰਗਤੇ ਹੈ। ਕਿਸੀ ਕੋ ਡੋਮੀਨੇਟ ਨਹੀਂ ਕਰਤੇ ਹੈ ਕਿ ਮੇਰਾ ਕਹਿਣਾ ਕਿਉਂ ਨਹੀਂ ਮਾਨਾ, ਮੇਰੇ ਸੇ ਪੂਛਾ ਕਿਉਂ ਨਹੀਂ, ਮੈਂ ਇਤਨੇ ਸਾਲ ਸੇ ਕਰ ਰਹੀ ਥੀ ਕਰ ਰਹਾ ਥਾ, ਹੈ ਨਾ। ਸੋ ਕੰਪਲੈਕਸ ਵੀ, ਡੋਮੀਨੇਸ਼ਨ ਵੀ, ਓਬਸੈਸ਼ਨ ਵੀ, ਪੋਜੈਸਿਵਨੈਸ ਵੀ ਮਨ ਮੈਲ ਹੈ,
ਚਿੰਤਾ ਫਿਕਰ ਤੌਖਲਾ ਖਟਕਾ ਟਰਸਟ ਬਿਲਕੁਲ ਨਹੀਂ ਹੈ। ਅੱਜ ਸਾਰੇ ਡਿਵੋਰਸਿਸ ਦਾ ਮੈਕਸਿਮਮ ਕਾਰਨ ਹੈ ਮੇਰੇ ਕੋਲ ਪਤੀ ਪਰ ਸ਼ੱਕ ਹੈ, ਮੇਰੇ ਕੋਲ ਪਤਨੀ ਪਰ ਸ਼ੱਕ ਹੈ। ਰਾਈਟ। ਸੋ ਜਿਹੜਾ ਅਸੀਂ ਅਸੀਂ ਦੇਖਦੇ ਹਾਂ ਬਚਪਨ ਵਿੱਚ ਬੱਚਾ ਨਾ ਕਮਰੇ 'ਚ ਚੁੱਪ ਰਹਿੰਦਾ, ਆਪਣੇ ਕਮਰੇ 'ਚ ਵੜਿਆ ਰਹਿੰਦਾ। ਅਗਰ ਹਮਾਰਾ ਬੱਚਾ ਚੁੱਪ ਚੁੱਪ ਰਹਿਤਾ ਹੈ, ਅਲੱਗ ਥਲਗ ਰਹਿਤਾ ਹੈ, ਘਰ ਮੇ ਬੱਚੇ ਹੈ ਤਬ ਵੀ, ਅਗਰ ਘਰ ਮੇ ਸਾਰੇ ਬੈਠੇ ਹੈ ਹੱਸ ਖੇਡ ਰਹੇ ਹੈ ਤਬ ਵੀ ਚੁੱਪ ਚੁੱਪ ਰਹਿਤਾ ਹੈ, ਕਮਰੇ ਮੇ ਰਹਿਤਾ ਹੈ, ਪਬਜੀ ਖੇਲਤਾ ਰਹਿਤਾ ਹੈ, ਕੰਪਿਊਟਰ ਪੇ ਹੀ ਰਹਿਤਾ ਹਰ ਟਾਈਮ, ਕਿਸੀ ਸੇ ਬਾਤ ਨਹੀਂ ਕਰਤਾ, ਰਿਸ਼ਤੇਦਾਰ ਆਏ ਉਨਕੋ ਵਿਸ਼ ਨਹੀਂ ਕਰਤਾ, ਯੇ ਕੋਰਨਰ ਹੋਤਾ ਜਾ ਰਹਾ ਹੈ, ਇਸਕੋ ਲੋਕ ਪਸੰਦ ਨਹੀਂ ਹੈ, ਯੇ ਕਛੂਆ ਬਨਤਾ ਜਾ ਰਹਾ ਹੈ, ਯੇ ਵਾਰਮਥ ਖੋ ਬੈਠੇਗਾ। ਉਸ ਬੱਚੇ ਕਾ ਧਿਆਨ ਕਰਨਾ ਹੋਗਾ ਹਮੇ, ਉਸਕੋ ਇਨਵੋਲਵ ਕਰਨਾ ਹੋਗਾ ਹਮੇ। ਰਾਈਟ ਰਾਈਟ। ਜੋ ਬੱਚੇ ਮਾਂ ਬਾਪ ਸੇ ਨਫ਼ਰਤ ਕਰਤੇ ਹੈ, ਮਾਂ ਬਾਪ ਕੋ ਉਨ ਬੱਚੇ ਕੋ ਪੁੱਛਣਾ ਪੜੇਗਾ, ਤੁਮ ਕਿਉਂ ਨਫ਼ਰਤ ਕਰਤੇ ਹੋ, ਹਮਾਰੇ ਸੇ ਕਿਆ ਗਲਤੀ ਹੋ ਗਈ, ਤਾਂ ਕਿ ਬੱਚਾ ਕੋਰਨਰ ਹੋ ਕੇ ਅਕੇਲਾ ਹੋ ਕੇ ਦੂਰ ਨਾ ਚਲਾ ਜਾਏ। ਰਾਈਟ। ਸੋ ਅਮਨ ਜੀ, ਸਾਡੇ ਨਾ ਪ੍ਰੋਗਰਾਮ ਤੇ ਤੁਸੀਂ ਦੇਖੋ, ਜੇਕਰ ਕੱਲ ਸੰਡੇ ਨਾ ਜ਼ੂਮ ਸੈਸ਼ਨ ਤੇ ਸਹਿਜ ਪਾਠ ਗਰੁੱਪ ਤੇ ਨਾ ਵਿੰਦਰੀ ਭੂਆ ਜੀ, ਉਹ ਡਿਪਰੈਸ਼ਨ ਬਾਰੇ ਗੱਲ ਕਰਦੇ ਨੇ ਕਾਫੀ, ਉਹ ਕਾਉਂਸਲਿੰਗ ਵੀ ਕਰਦੇ ਨੇ। ਵਿੰਦਰੀ ਸੂਰੀ ਜੀ, ਹਾਂ, ਜੇ ਉਹ ਆਏ ਹੋਏ ਨੇ ਤਾਂ ਉਹ ਕੁਛ ਸ਼ੇਅਰ ਕਰਨ, ਕਿਉਂਕਿ ਅਲਟੀਮੇਟਲੀ ਮੈਨੂੰ ਮੈਡੀਕਲ ਟਰਮ WHO ਵਾਲੀ ਅਨੀਕਾ ਦੀ ਸ਼ੇਅਰਿੰਗ ਵੀ ਲੈਣੀ ਹੈ। ਠੀਕ ਹੈ ਜੀ। ਸੋ ਵਿੰਦਰੀ ਜੀ, ਵਿੰਦਰੀ ਆਇਓ ਜੀ, ਟਿਕਟ ਵਿੰਦਰੀ ਜੀ, ਵਿੰਦਰੀ ਪੂਆ ਜੀ ਕੁਛ ਜੀ। ਵਿੰਦਰੀ ਜੀ ਪਲੀਜ਼, ਮੈਂ ਤੁਹਾਨੂੰ ਅਨਮਿਊਟ ਕੀਤਾ ਹੈਗਾ, ਤੁਸੀਂ ਪਲੀਜ਼ ਸਟਾਰਟ ਕਰੋ। ਹਾਂਜੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Whatever Bhupinder ji is talking is too good, excellent. He does not know that he was my teacher. He still does not realize that he was my teacher. My God. I have done sangat with him. He does not know, he does not realize many years, about 35 years back, I was your student only. My goodness. You don't remember? ਨਹੀਂ, ਪਰ ਮੈਂ ਟੀਚਰ ਹੋ ਸਕਦਾ, ਐਨੀਵੇਸ ਹੋ ਸਕਦਾ। ਤੁਸੀਂ ਪਰ ਪਿਛਲੇ ਸੰਡੇ ਸ਼ੇਅਰ ਕੀਤਾ ਸੀ, ਤੁਹਾਡੀ 60 ਸਾਲ ਇੱਕ ਅੱਖ ਨਹੀਂ ਸੀ, ਤੇ ਮੈਂ ਤੇ ਇੱਕ ਅੱਖ ਨਹੀਂ ਸੀ, ਤੇ ਤੁਸੀਂ ਇਤਨੀ ਦੁਨੀਆ ਅੰਦਰੋਂ ਬਾਹਰੋਂ ਦੇਖ ਲਈ, ਤੁਹਾਡੀ ਥਰਡ ਆਈ ਇਤਨੀ ਐਕਟਿਵ ਹੈ, ਕਮਾਲ ਕੀਤੀ ਹੈ। Definitely. See, I talk a lot about depression, how we just spoke about depression, because I was in depression for more than 14 years. So I got out of depression. Because as he says, he does not have any degree. So I have no degree. I have no certificates. I am not a doctor. But yes, I have become a counselor because somewhere experiments and experiences have taught me to how to become service to the people. So I have been taking the children out of these things, out of depression, of addictions, of alcohol, of drugs, of gays, lesbians. I've been working with all these children. So maybe because of the practice with that, working with the children has actually, you can say, made me like a doctor. They call me, you're a counselor. But
that's where the experience has taught me. So I think Vijay have done excellent work, very well explained. It is actually the game of the mind only, which has to be actually channelized. And I think it should be made into a proper, srishti andar di, it should be beautiful. Andar di srishti achhi hogi, de baad di srishti apne achhi hogi. Arre wah. It's beautiful, beautiful. Thank you, Vijay. Thank you very much. Ek do solution, ek do, at least one or two, please. Solution for depression, okay. See, the solution for depression is this, that first we have to realize that what is the mechanism of the body? The mechanism of the body is very important. Agar bachche nu mechanism pata lag jana to thoda jo fikr karange ki I am the creator, I am the sustainer, I am the destroyer. Then how did I create? When you are reliving situations in your mind, reliving them, being in your self-pity, in your stress, your anxiety, then these type of thoughts, they go and attack the endocrine system. They go and attack the endocrine system where they're going to be excreted out the enzymes and the chemicals. So the negative thought and reliving, these are going to excrete out. Now what happens, then one of them, the thymus gland, is the one which goes and supports the mind from being disabled. But slowly, slowly, as the depression goes on, reliving in the mind, the organs do not know that the mind is reliving. They do not know that it is reliving. But they keep on throwing the enzymes and the chemicals and supporting it. But they do not know that they are reliving. She's too ugly a person. Hello? Hanji? Sorry. Vindriji, Andriji, we cannot listen to you. Can you please unmute yourself? Yes. Okay. So what happens when the mind is reliving all the self-pity and those traumas, the organs do not know that the mind is reliving. They think it is reality, so they keep on throwing the enzyme to make the mind stable. Overdose of these chemicals makes the mind lazy, lethargicness, not liking to do any work. These are all the side effect of all those extra excretion of those enzymes and chemicals. Now, we go off to the doctor. Ki bhai, body imbalance ho gaya, ab hum kya kare? The doctor gives you a sleeping pill. And he says, take these sleeping pills like nitrate, valium. They'll give you all this and they'll make you sleep. When they make you sleep, the mind does not relive those traumas. They do not relive the trauma. So what happens? The organs which were secreting out all the enzyme, they stop because they're not getting any feedback from the mind. But by the time we get addicted to those medicines. Oh. Pehle aise enzyme they addicted ho gaye, now the medicine they addicted. So here is where we barge in and we start counseling them. We make them realize how much you're going to destroy your organs. How it is you who are creating everything. Now you can destroy those thoughts and relive again. A beautiful life by balancing the organs. So this is how you have to make the children understand the mechanism. If they once understand that they are creating, they are sustaining, now they can destroy it. Just changing the thought process. Wow. Well, I appreciate when you speak. You. Thank you. Hanji, Amandi. Asi Puaji kolon ਸੋਲੂਸ਼ਨ ਸੁਣ ਲਿਆ ਹੁਣ ਅਸੀਂ ਇਸ ਸੋਲੂਸ਼ਨ ਤੋਂ ਅਗਲਾ ਸੈਸ਼ਨ ਅਸੀਂ ਸੋਲੂਸ਼ਨ ਦਾ ਸ਼ੁਰੂ ਕਰਦੇ ਹਾਂ ਠੀਕ ਹੈ
ਇਹਦੇ ਵਿਚਕਾਰ ਜੇ ਮੇਰੀ ਬੇਟੀ ਨਿਊਯਾਰਕ ਤੋਂ ਜਿਹਨੇ PhD ਕੀਤੀ ਆ ਉਹ ਕੈਮੀਕਲਸ ਦੀ ਕਾਫੀ ਗੱਲਾਂ ਕਰਦੀ ਰਹਿੰਦੀ ਹੈ, ਜੇ ਉਹ ਪ੍ਰੈਜੈਂਟ ਹੋਈ ਤੇ ਮੈਂ ਉਹਨੂੰ ਕਹਾਂਗਾ ਕਿ ਉਹ ਵੀ ਸ਼ੇਅਰ ਕਰ ਸਕਦੀ ਹੈ। ਤੇ ਹੁਣ ਇਸ ਤੋਂ ਬਜਾਏ ਇਸਦੇ ਕਿ ਪਹਿਲਾਂ ਸੋਲੂਸ਼ਨ ਤੇ ਮੈਂ ਬੋਲਾਂ, ਭੂਆ ਜੀ ਨੇ ਇਹਨੂੰ ਸਟਾਰਟ ਕਰ ਦਿੱਤਾ, ਹੁਣ ਮੈਂ ਆਪਣੀ ਸਾਡੀ ਬੱਚੀ ਹੈ ਜਿਸਨੇ ਇਸ ਪ੍ਰੋਗਰਾਮ ਦਾ ਨਾਂ ਲਿਵਿੰਗ ਟ੍ਰੈਜਰ ਰੱਖਿਆ ਸੀ, ਉਹ ਅਨਿਕਾ ਸਿੰਘ ਆਪਣਾ ਨਾਂ ਰੱਖਦੀ ਹੈ। ਅਨਿਕਾ WHO 'ਚ ਕੰਮ ਕਰਦੀ ਹੈ ਔਰ ਅਨਿਕਾ ਡਿਪਰੈਸ਼ਨ ਉੱਤੇ ਔਰ ਨਿਊਰੋ ਉੱਤੇ ਜਿਹੜਾ ਕੰਮ ਕਰ ਰਹੀ ਹੈ, ਮੈਂ ਉਹਨੂੰ ਬੜਾ ਐਪਰੀਸ਼ੀਏਟ ਕਰਦਾ। ਤਾਂ ਮੈਂ ਅਨਿਕਾ ਜਾਂ ਤਾਂ ਪਹਿਲਾਂ ਉਹ ਸਿਮਟਮਸ ਡਿਸਕਸ ਕਰ ਲੈਣ, ਨਹੀਂ ਤੇ ਜੇ ਉਹਨਾਂ ਨੇ ਸੋਲੂਸ਼ਨ ਡਿਸਕਸ ਕਰਨੇ ਨੇ ਤਾਂ ਅਸੀਂ ਅੱਗੇ ਚੱਲੀਏ। ਫਿਰ ਮੈਂ ਆਪਣੀ ਕਾਮਨ ਮੈਨ ਦੀ ਲੈਂਗੁਏਜ ਜੋ ਸੋਲੂਸ਼ਨਸ ਮੇਰੇ ਕੋਲ ਨੇ। ਵਿੰਦਰੀ ਭੂਆ ਜੀ ਕਹਿੰਦੇ ਮੇਰੇ ਕੋਲ ਡਿਗਰੀ ਨਹੀਂ ਹੈ, ਲੇਕਿਨ ਇਹਨਾਂ ਨੇ ਬਿਲਕੁਲ ਪ੍ਰੋਫੈਸ਼ਨਲ ਜੋ ਮੈਡੀਕਲ ਟਰਮਸ ਦੇ ਲਫ਼ਜ਼ ਹੁੰਦੇ ਨੇ ਉਹਨਾਂ ਦੇ ਮੁਤਾਬਕ ਸਾਰਾ ਕੁਛ ਐਕਸਪਲੇਨ ਕੀਤਾ ਕਿ ਮੈਂ ਉਹਦੀ ਨੌਲੇਜ ਨਹੀਂ ਰੱਖਦਾ, ਪਰ ਮੈਂ ਕਾਮਨ ਮੈਨ ਦੀ ਲੈਂਗੁਏਜ ਵਿੱਚ ਸਾਂਝ ਕਰਾਂਗਾ ਸੋਲੂਸ਼ਨ। ਸੋ ਨਾਓ ਆਈ ਰਿਕੁਐਸਟ ਟੂ ਅਨਿਕਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੁਪਿੰਦਰ ਵੀਰ ਜੀ, ਭੁਪਿੰਦਰ ਮਾਮਾ ਜੀ, ਆਈ ਐਮ ਵੈਰੀ ਓਨਰਡ ਟੂ ਬੀ ਹੇਅਰ ਟੂਡੇ। I'm very honored to be here today. Sorry, my mama sun rahi thi to wo voice echo kar rahi thi. I could hear my own voice. My background is that I worked with WHO for 6 years. And before that, I worked in Australia. And also worked with a lot of people with mental health conditions. So again, I'm not a doctor, but I worked enough in mental health to talk about it. I'm a health communication expert. And I think Bhupinder ji, my journey started with Living Treasure when we coined the name. You know, the communication skills that I found in my came with your guidance and your mentorship, and I owe a lot of what I know in my life to you. So thank you for being such a mentor in my life. We all are here at this pedestal after many years because you named this program the Living Treasure. I appreciate share your knowledge or wisdom with us, please. Right. So, Aman, can I request you? I've prepared a presentation. If it's okay with everyone, I would like to show you a presentation. Please. I'll keep talking while Aman gives me the access. You have access. You can share the screen. Oh, is it? Okay. Yeah. Acha, okay. Yeah. Okay, so... I've never done this pehle, so sorry. Share screen te jaoge te tonu puchega. Okay, can you see my screen now? Yeah. Everybody? Okay, yeah. Okay, great. So I have been very fortunate to be doing a huge campaign for WHO on depression in the year 2016, when depression was one of the themes for the world for World Health Day. जो एवरी ईयर होता है 7th April को, तो एक थीम होता है उस टाइम पर जहाँ ग्लोबली यू नो लॉट ऑफ एडवोकेसी एफर्ट्स आर डन और काफ़ी बातें होती हैं उस थीम के बारे में। तो उस टाइम मैं हेल्थ कम्युनिकेशंस हैंडल कर रही थी वहाँ पर, तो ये वाला कैंपेन हमने कंसेप्चुलाइज किया था। इफ यू कैन शेयर मोर इन हिंदी एंड पंजाबी। हाँ जी, okay, sorry, meri presentation English mein hai, but I'll keep talking in Hindi and Punjabi beech mein. Okay, so
जो पहली स्लाइड है, मैं डिप्रेशन के बारे में बात करना चाह रही हूँ एक ऐसे पर्सपेक्टिव से जो मेडिकल पर्सपेक्टिव से भी, एंड ऑल ऑफ अस नो अभी जो हमने न्यूज सुनी थी सुशांत सिंह राजपूत के बारे में, उससे काफी लोग हिल गए थे. मैं उनसे मिली थी अभी 2 साल पहले, उनकी एक टॉक अटेंड करी थी और पर्सनली उनको सुना था, उनके सामने बैठी हुई थी, तो थोड़ा ज्यादा इम्पैक्ट किया था जब किसी को ऐसे इतनी पास से देखा और उनकी बातें सुनी हो और इंस्पायर्ड फील करा हो. और ऐसे ही कल आई वॉन्ट टू शेयर अ स्टोरी, आई वॉन्ट टू स्टार्ट विद दैट. कल मेरी एक फ्रेंड, हमारा एक ग्रुप है यू नो, उसमें एक दोस्त थी हमारी जिसको हम देखते थे रिट्रीट्स पर, प्रोग्राम्स पर. बहुत क्लोज फ्रेंड नहीं थी बट मैं उसको जानती थी और हर बारी देखती थी. एंड कल वो ग्रुप पर आया कि शी कमिटेड सुसाइड. सो बहुत ही डिस्टर्ब हो गई मैं और मैं ये सोच रही थी कि क्या हो रहा है. ये इसको खुद इंजॉय करते हैं, वो आपकी लाइफ से चली जाती है. आपकी स्लीप और एपेटाइट डिस्टर्ब होती है, टायर्डनेस फील होती है और बहुत पुअर कॉन्सेंट्रेशन हो जाती है. डिप्रेशन की वजह से डिसेबिलिटी भी होती है, ये बहुत लोगों को नहीं पता. इट्स अ लीडिंग कॉज ऑफ डिसेबिलिटी अराउंड द वर्ल्ड. एंड जो ग्लोबल बर्डन ऑफ डिजीज है वो भी यू नो डिप्रेशन की वजह से, डिप्रेशन कॉन्ट्रीब्यूट टू दैट. और डिप्रेशन 8 लाख पीपल सुसाइड से मरते हैं एवरी ईयर एंड डिप्रेशन लीड्स टू सुसाइड. यू नो 8 लाख पीपल का मतलब है कि अबाउट 2,200 पीपल पर डे डाई बिकॉज ऑफ सुसाइड यू नो, एंड विच इज ऑलमोस्ट 9 पीपल पर मिनट. तो अभी मैं अगर 3 मिनट बोली हूँ तो 27 लोग सुसाइड से मर चुके हैं अभी तक यू नो. तो दीज आर द बिग फिगर्स यू नो, वी आर टॉकिंग अबाउट कोरोना वायरस फिगर्स. So imagine the suicide figures in the world. How high are they? And a lot of these figures, 15 to 29 years old ke jo bacche hain, wo you know are a huge number. They, it's the second leading cause of death in that age group, 15 to 29 year olds. So imagine us age group ke log kis cheez se mar rahe hain, like ek road accident ki wajah se mar rahe hain. You want to ask? And now coming back to my friend's story that I was sharing with you, Miss X that I told you, usne apne Facebook pe ek baat likhi aur wo bahut impact kari meko. Usne bola ki ye jo sab log is time par bolna shuru ho gaye hain ki I'm there for you, you can come and talk to me. Hello ma'am, you are doing a very great job. So continue. Ye jitne bhi log hain hame unko ये वो लोग, उसने ये उस लड़की ने ये बोला कि उन लोगों को ये नहीं पता कि व्हाट आर द राइट थिंग्स टू से व्हेन समवन इज इन डिप्रेशन. हम क्या करते हैं अगर हमें पता चलता है कोई डिप्रेशन में है? हम सब करते हैं, मैं भी करती हूँ. हम उनको ज्ञान देने लग जाते हैं, आप ये करो, आप वो करो. उस लड़की ने बोला उस टाइम मुझे ज्ञान नहीं चाहिए, आई जस्ट नीड समवन टू लिसन टू मी, जस्ट प्योरली लिसनिंग टू मी. इट्स सो easier said than done, but actually it's these small things you know that matter so much in to a person. And she posted this, which means ki usne kisi se baat kari thi aur usko wo listening nahi mili,
उसे नहीं सुना, उसकी आवाज नहीं सुनी किसी ने, उसका दर्द नहीं समझा किसी ने. सो एंड शी डिड दिस पोस्ट एंड देन शी कमिटेड सुसाइड आफ्टर दैट. सो व्हेन वी टेल पीपल वी आर देयर फॉर यू दैट यू नो वी हैव टू क्वेश्चन. So, other thing that we came out with during this campaign was ki humne affirmations nikali thi. Jaise hum ek message dete hain depression ka, that are you feeling sad all the time? Have you lost interest in things you normally enjoy? So, uske liye humne affirmation boli ki I am strong enough to ask for help. Hum logo ko itni takleef hoti hai help dene mein nahi, help mangne mein bhi. So, that's an important message that I want to give, that you must tell yourself, I'm strong enough to ask for help. Very good. Then there's another affirmation that we must tell ourselves. I'm sorry, meri presentation nahi chal rahi, I had visuals for all of this. So, dusra affirmation was, I feel wanted, loved, and respected. You know, we have to tell ourselves these things. I feel wanted, loved, and respected. Then, other affirmation is to tell ourselves that help is always available to me. It is always there. I just have to reach out. You know, isme main ek gurbani ka bhi perspective lana chahungi ki hum log hamesha jab kisi ko wish bhi karte hain to hum kehte hain ki, you know, English mein hum bolte hain, may the grace be upon you always. This is what I have always used. But one fresh perspective that I recently got to know that comes in our Gurbani is, it's not like may you, you know, grace be upon you always. Grace is always there upon us. May you feel the grace that is upon you always. So grace, koi question hi nahi hai ki wo hai ki nahi hai, wo sab par hai. But hum use feel kar paate, that is the, you know, that is the thing. Then, the other one is like, humne ek cheez aur is campaign mein dekhi thi, that there are four particular age group, particular categories of people who go through depression. Pehla is young adults, then women after childbirth, you know, go through a lot of depression, postpartum, jisko bolte hain. Then the elderly, or, you know, ye teen categories hain of people who particularly feel get into depression. So, iske around humne ye affirmations develop kari thi. So, for a mother, for example, she can tell herself that my children know they are loved and can confide in me. Like a mother goes through a lot of emotions, you know, ki mere bachcho ko pata hai ki main unse pyar karti hoon. Unhe pata hai ki they can always come to me. So, while she should do everything to make them believe that, she also needs to say to herself that my children know that they are loved and they can confide in me. You know, and elderly ke liye ek bahut important message hai, which is that affirmation for yourself that I give time to the elderly and show them love and respect. You know, wow. The specifically need that. Like COVID ke time, we are realizing that, you know, our dadajis and dadijis and nanajis and nanimas, you know, in the community, they need that attention. And unhe aur kuch bhi nahi chahiye, unhe love aur respect chahiye. So, you know, they are going through depression. So, this message was for them. This solution was for them. And
Also, if you're going through something, if talking to a friend or to a community member does not help, to seek out professional help also, you know, and to know that you are not alone. So that is also very important. And another thing that we all should take care of is that tell ourselves that we have to take care of ourselves first. Then we can take care of those we love. So shuruaat has to be from taking care of ourselves. Sorry, we are getting a message that everybody wants you to present your visuals also. So as Veerji said, I would request ki if next week you can present in detail the full subject, I think it would be better for all of us. Okay. So I will stop here. You know, I've given a lot of solutions. Okay, but, we are getting messages from US and from Keetan, from Dilmon, from London. Everybody is really appreciating your effort. Please, Veerji. Anika ji, aapki information na bahut valuable hai. Itna sara kuch jaldi jaldi bilkul humne kuch bhi message waste nahi karna. We want ke logon ka isme bhala ho sake. To isko hum second volume lenge. Abhi se main announce karta hu ki next week hum isko lenge. Sare mere ko bol rahe the ki kal dobara isko kiya jaye, lekin main kal Sunday ka maine refuse kar diya. So agle Saturday karenge. Sunday mera refuse karne ka purpose tha ki jo सहज पाठ ग्रुप में जूम मीटिंग होती है ना, वो संडे को 9:30 पे होती है और उसका लिंक भी हमने अपने फेसबुक पे शेयर किया है और दोबारा कर देंगे उसका पासवर्ड वगैरह भी. वहां पर आर्ट ऑफ हीलिंग पे विंद्री पुआ जी बोलेंगे तो वहां पर भी हम इसको डिस्कस करेंगे. तो कल मैं वहां पर भी बिजी हूंगा, इसलिए मैंने कल का इसको कंटिन्यू नहीं किया, लेकिन नेक्स्ट टाइम और देन थर्ड भी कर लेंगे. So there are many people who want to share. तो अभी सबकी शेयरिंग भी लेंगे. कैनेडा से इंद्रपाल कौर जी भी हैं, कीर्तन कौर न्यूयॉर्क से है, तो ये सबकी शेयरिंग को लेते हैं. तो अभी दो चार मैं सोल्यूशंस अभी डिस्कस करता हूँ कि जैसे मैंने बोला ना कि अगर हमारा बच्चा ऐसे शिकायत करता है तो हमको बचपन से ही अपना सारे पैटर्न चेक करना है. तो अब हम इसको ऐसे लेके चल रहे हैं कि जिन लोगों को डिप्रेशन नहीं हुआ है वो अपने आप को कैसे इससे बचा के चल सकते हैं, और जिनको हो गया है वो अपना इंट्रोस्पेक्शन करके अपने आप को वापस यू टर्न ले सकते हैं ताकि उनका जो केमिकल इंबैलेंस है वो प्रॉपर होता जाए. सो मैंने ना एक बारी मेरे ब्रदर जोगी से सुना था. जोगी मेरे को बोलता है कि पोपिंदर यू नो ईगल कैसे इतने हाई अल्टीट्यूड पे उड़ती है. तो मैंने उसको बोला कि हाँ कैसे उड़ती है. तो मैंने अपनी तरफ से बोल दिया ऐसे पंख करती है तो उड़ती रहती है. उसने कहा नहीं इसमें ना बड़ा एक प्लस है. क्या? मैंने कहा क्या? उसने बोला अगर मान लिया 200 फुट तक वो तूफान है ना, तेज हवाएं चल रही हैं, उनका तूफान है, उसको वाबरोले बोलो जो मर्जी बोलो, तो वो ना उससे 1 फुट ऊपर उड़ती रहती है. उसको तूफान ही उड़ा के रखता है. वो ऐसे आराम से उसके ऊपर तूफान के ऊपर बैठी रहती है और अपना झूलती रहती है.
इसका मतलब हमें अपना थिंकिंग प्रोसेस पैटर्न पेसिमिज्म के बदले ऑप्टिमिस्टिक होना बनाना पड़ेगा, अपने आप को ऑप्टिमाइज करना होगा, अपने आप को एलिवेट करना होगा, और छोटी छोटी बात के तूफान के अंदर अपने पंख फड़फड़ाने की बजाय हमको तूफान के ऊपर रहने की ईगल की तरह जात सीखनी है। वी शुड लर्न कि मैं डेली हर टाइम हाई अल्टीट्यूड में कैसे रह सकता हूँ। उसको बोलते हैं पॉजिटिव थिंकिंग, पंजाबी में उसको बोलते हैं हर वेले चढ़दी कला च रहना। सो अगर हम हर वेले चढ़दी कला में रहना चाहते हैं तो हमको रोज रोज बचपन से बच्चे को लेके अपनी जिंदगी में हमको क्रिएटिव काम करने की आदत डालनी पड़ेगी। सो हम जितना ज्यादा क्रिएटिव काम करेंगे, जैसे सिख बच्चा तो गुरुद्वारे में जाता है, वहां पर लंगर बांटता है, वहां पर शूज रखता है जिसको जोड़ा कर कहते हैं, वहां पर सफाइयां करता है, वहां पर गुरुद्वारे में पार्टिसिपेट करता है, पाठ करता है, कीर्तन करता है, तबला बजाता है, कुछ ना कुछ परफॉर्म करता रहता है, तो उसकी ना सेल्फ एस्टीम हाई रहती है, आज मैंने ये करना। ऐसे हम सारे किसी भी मजहब वाले हैं चाहे मजहब नहीं मानते हैं, हम ना अपने बच्चों को बचपन में ना ऐसे कुछ ना कुछ क्रिएटिव करते हुए ताकि वो अपनी एस्टीम में हाई होता जाए और तूफान से ऊपर उठता जाए और दूसरों के भले वाला जीवन जीना सीखता जाए। अपने बच्चे को हमने रैशनल थिंकिंग देनी है, अपने बच्चे को हमने डिवाइन कॉमन इंटेलेक्ट देना है जिसको विवेक बुद्धि बोलते हैं। अपने बच्चे को हमने सिखाना है, आप भी सीखना है कि मैंने लॉजिकल सीखना है, मैंने सो कार्ड करामात, सो कार्ड तांत्रिक, सो कार्ड सुपरस्टिशंस, सो कार्ड जब तब के पाखंड के मंत्र रटन, इन सारी चीजों से मेरे को बच के रहना है, भूत प्रेत पे बिलीव नहीं करना है ताकि मेरा मैं अपनी एज को शार्पन कर सकूं। सो अपना थॉट प्रोसेस हमने किसी के ऊपर एहसान नहीं जतलाना है, अपना काम पैशनेट होके करना है, किसी से वावा रिवार्ड लेने की इंटेंशन से नहीं करना है। सो हम ना ऐसे डे बाय डे हम पॉजिटिव होते जाएंगे। और हमको ना एक आदत और सीखनी है, ना सुनने की। हमको बचपन से आदत पड़ जाती है कि मैंने जो कहा है अब ये मेरा कहना मानो। बच्चा कहता है मेरे को लेके तो वो रोता है, वो मम्मी पापा से हर बात मनवा लेता है, उसको ना सुनने की आदत नहीं है। ये आदत हमारे को बड़े होके भी पड़ी रहती है। अमन जी मेरे को ना एक जोक याद आ गया। हेलो जी वीर जी, एक ना लेडी ने ना अखबार में ना एडवर्टाइजमेंट निकलवाई और उसने ना एडवर्टाइजमेंट में कहा मेरे को ना एक मेड चाहिए और मेड मेरे को 24 आवर्स चाहिए और ये काम करने होंगे, इसके लिए मेड को मनमानी तनख्वाह मिलेगी तो अप्लाई करूं। सो वो इंटरव्यू लेने लगी। जब मेड उसके पास आई तो उसने एक मेड को सबको बताया या जिस मेड से उसने जॉब में जिसको रखना था उससे बात की इंटरव्यू, तो उसको बोलती है कि मैं ना मेरे को ऐसे पानी देना होगा, सुबह बैटरी देनी होगी, बेडशीट को ये करना होगा, सफाई करनी होगी, पोछे मारने होंगे, बर्तन मांजने होंगे, मेरा लंच बनाना होगा, डिनर बनाना होगा, बाजार से सब्जी लानी होगी, बड़े सारे काम बता दी उसे। तो उसको बोला तुम कितनी तनख्वाह लेना चाहते हो, रहना यही होगा 24 आवर्स। मेड बोली मैं 2000 लूंगी या से 5000 लूंगी, मुझे आजकल प्राइस नहीं पता इंडिया का। सो मेड ने बोला कि अच्छा जी मैं 5000 लूंगी। इसने और उसको बोला 5000 से 500 में ज्यादा दूंगी।
पर एक शर्त है। वो बोली शर्त क्या है जी, कहती है शर्त ये है मैं एक ही बार आवाज मारती हूँ, बार बार आवाजें नहीं मारती, एक ही बात में आ जाना, मेरे को नो सुनने की इग्नोर करने वाली आदतें पसंद नहीं है। तो मेड ने कहा जी ठीक है एक्सेप्टेड, मैं 24 घंटे यही रहूंगी, आपके सारे काम करूंगी और आपका आपके सारी स्पेसिफिकेशंस मानूंगी, सब कुछ करूंगी जैसे बोलोगे सारे काम करूंगी, और ये वाली तनख्वाह भी पसंद है 5,500 प्लस, पर मेरी भी एक शर्त है। वो मालकिन ने पूछा क्या शर्त है, कहती मैं एक बार आवाज मारो आती नहीं हूं मैं, तुमको ये सीखना पड़ेगा कि मैं एक बार आवाज में नहीं आती। ये ना जोक ये बताता है कि हमको नो सुनने की आदत, हमको डिले को देखने की आदत, हमारे अंदर पेशेंस और सबर की आदत। मेरी पत्नी रोटी लेके आई है, दूसरी रोटी में देर होगी, ये लाई नहीं, इसकी माँ ने क्या सिखाया, देर कर दी, हमेशा ऐसे करती है, चाहे वाइफ को बोलो चाहे नौकरानी को बोलो। बस ये जो सारी चीजें है ना, ये हमारा नेगेटिव थॉट प्रोसेस शुरू करा देती है हमारे से। सो नो सीखना, डिले को देखना, पेशेंस रखनी, सबर सीखना, ये सोल्यूशन है कि मेरे को नेगेटिव थिंकिंग नहीं आएगी, मेरा इंबैलेंस नहीं होगा। मेक सेंस? हाँ जी। सो किसी से एक्सपेक्टेशन नहीं रखनी है, कुछ भी एक्सपेक्ट नहीं करना है, अपने आप को लविंग बींग बना के रखना है, और अपने पोजेसिवनेस और ऑब्सेशन अपने थॉट प्रोसेस से ऊपर उठ के कुछ नया सीखने की आदत भी डालनी है। तो ब्रॉड माइंड होना है, दूसरे का ओपिनियन भी सुनना है। सो ऐसे ये आते नहीं डाली, मेरा कोई ध्यान नहीं रखता, मेरे को आके कोई कुटे, मेरे को पूछे, मेरा ही ध्यान करे, मेरे को ही दे, मेरे को ही खिलाए, मेरा ही कहना माने, मेरे मुताबिक दुनिया चले, ये वाला ख्याल नहीं रखना। जो गल्ला गल्ला ते दुख जाते ने, निक्की निक्की गल ते डिस्टर्ब हो जाते ने, वो लोग डिप्रेशन में चले जाते हैं अल्टीमेटली। उनकी नेगेटिव थिंकिंग शुरू हो जाती है, मैनू कोई प्यार नहीं करता, मैनू कोई पूछता नहीं, सारे मैनू धोखा दे जाते ने, मैं इन्ना कम किया, मैं ए किया, मैं वो किया, मेरी परवाह नहीं करते, मेरे से पूछते नहीं, आज मेरी वैल्यू नहीं रखी, मेरी कीती नहीं जानी, सारे थैंकलेस हो गए हैं। ये वाली सारी थिंकिंग ना नेगेटिव्स है, इनसे हमने बच के रहना है, और हमने डे बाय डे तूफान से ऊपर रहने वाली आदत सीखते जाना है। कभी नहीं फील करना मेरे को कोई इग्नोर करता है, आप जाके पूछ लो, आप दूसरे को कॉल कर लो, आप प्यार कर लो, आप अपना मैसेज भेज दो, जरूरी है कि वही कॉल करेगा, नहीं वही बुलाएगा, वही फोन करेगा, मैं क्यों करूं, हर बार मैं ही करती हूं, नहीं कोई जरूरत नहीं, उन्होंने हमको बुलाया नहीं, उन्होंने इनविटेशन नहीं दी, हमें कार्ड नहीं भेजा, बाकी सबको भेजा, ये सब नेगेटिव थिंकिंग है, यही तो डिप्रेशन में ले जाती है। सो कभी इग्नोर फील ही ना करो, अगर तुमको अच्छा लगता है ना उनके प्रोग्राम के, उन्होंने इनवाइट क्यों नहीं किया, तो तैयार होके चले जाओ, ज्यादा ज्यादा बाहर निकाल देंगे, पर नेगेटिव थिंकिंग से छूटो, निकलो, चलो। कभी मत सोचो मेरे साथ जेंडर डिस्क्रिमिनेशन होती है, मैं स्त्री हूं, मैं कुड़ी हूं, मुंडे नु ज्यादा पूछते ने, मैनू नहीं पूछते, ये सब डिप्रेशन वाली आइटम है। हाँ जी,
अब मैं रिक्वेस्ट करूंगा अमन जी के हमारे पास कीर्तन कौर है, हमारे पास जो पिछले हफ्ते बेंगलोर वाली थी मिसिज कवलजीत कौर जी जो लिविंग ट्रेजर की फाउंडर मेंबर है बेंगलोर में हमारी होस्ट होती थी वो, या कनाडा से इंद्रपाल कौर जी, इन्होंने जो जो शेयरिंग करनी है आप सीक्वेंस बना लो, या मासी जी होंगे उनको जो भी है आप कर लो, क्वेश्चन लेने हैं पब्लिक के क्वेश्चंस, अगर वो पूरे नहीं होते हैं तो नेक्स्ट टाइम सारा कुछ करेंगे। आप स्क्रीन पे देखो और कोई मिस्टर चंदानी के कुछ लफ्ज आया था वो भी कुछ शेयर करना चाहते हैं उनको भी ले लो। पहले आज सिर्फ पहले से ही संगत को माफी मांग रहे हैं कि आज वाइल वी वर शेयरिंग वी आर न्यू टू दिस प्लेटफॉर्म लाइक एवरीवन ते साडे कोलो उंटाई होई जिस करके अनिका अपना स्लाइड शो नहीं दिखा पाई क्योंकि संगत विचों काफी सारे लोग ये भी डिमांड कर रहे हैं कि वो उना नाल बाकी जगहों ते भी उना दा ए जेड़ा प्रेजेंटेशन है वो दिखाना चाहते ने। सो फॉर श्योर असी संगत नू कमिट करते हैं कि नैक्सट वीक वी विल टेक दैट प्रेजेंटेशन ते टूडे वी विल नॉट बी एबल टू टेक क्वेश्चन बट बिकॉज साढ़े को सिर्फ 12 to 15 minutes बाकी है ने ਤੇ ਮੈਂ ਪਹਿਲੇ ਕੀਰਤਨ ਜੀ ਨੂੰ ਰਿਕੁਐਸਟ ਕਰਾਂਗਾ ਕਿ ਜੇ ਉਹ ਸਾਡੇ ਨਾਲ ਇਸ ਟੌਪਿਕ ਬਾਰੇ ਸ਼ੇਅਰ ਕਰ ਸਕਣ। ਆਈ ਹੈਵ ਅਨਮਿਊਟਿਡ ਹਰ ਤੇ ਉਸ ਤੋਂ ਬਾਅਦ ਜਗਪ੍ਰੀਤ ਜੀ ਦਾ ਅਸੀਂ ਕੁਐਸਚਨ ਲੈਣਾ ਹੈ ਤੇ ਆਈ ਵਿਲ ਰਿਕੁਐਸਟ ਜਗਪ੍ਰੀਤ ਟੂ ਬੀ ਰੈਡੀ ਟੂ ਸ਼ੇਅਰ ਹਿਸ ਕੁਐਸਚਨ। ਹਾਂਜੀ ਕੀਰਤਨ ਜੀ। ਵਾਹਿਗੁਰੂ ਜੀ ਕਾ Also, Ayurji ki fateh, everybody. I wanted to first just start off and say, Anika, I think what you were sharing was fantastic. It is top-notch information and very well presented. So I look forward to seeing the rest of what you have to share because I think you are most accurate in your representation of this topic. Outside of that, I am not a psychologist. I don't claim to know about the complexity of depression. Depression bahut hi complex disease hai gi hai. Ode vich not only psychological aspect play karda hai, but also biological and also social. So asi any keh sakte ki, you know, enj na socho and you'll be okay because there's so many things that play into depression that we cannot control. So from just a scientific perspective, there are many hormones in our brain. They osare hormones ke baare imbalance ho jande ne jidan karan asi depression de naal deal karna pa janda hai. For example, serotonin and dopamine eh do hormones ne jo sade brain vich ona nu neurotransmitter kehnde ne te jadon ona da imbalance ho janda hai sada mood off ho janda. So serotonin and dopamine jadon normal honde ne assi alarm nal assi theek nal uth sakte ha apna kaam kar sakte ha, we have the mood to exercise, the exercise de nal oh hormones hor vadh jande ne, so we have that state of feeling energetic and happy. But when those hormones are messed up, then we no longer feel like doing anything. You know, sadi energy level ghat jandi hai, you know, bed to uthna mushkil ho janda hai, and sometimes asi sare and feel kar sakte hain, but that has nothing to do with actual clinical depression. Te usnu diagnose karan waste you need to actually go to a licensed psychologist or psychiatrist. Kai wadi, you know, agar tusi
ਆਪਣੀ ਲਾਈਫ ਸਟਾਈਲ ਨੂੰ ਚੇਂਜ ਕਰ ਲਓ ਜਾਂ ਸਿਰਫ ਉਹਦੇ ਬਾਰੇ ਗੱਲ ਕਰ ਲਓ ਜਿਵੇਂ ਅਨੀਕਾ ਕਹਿ ਰਹੀ ਸੀ ਅਗਰ ਤੁਸੀਂ ਇਫ ਯੂ ਗੋ ਆਊਟ ਐਂਡ ਸੀਕ ਹੈਲਪ ਕਿਸੇ ਨਾਲ ਅਗਰ ਤੁਸੀਂ ਗੱਲ ਕਰੋ ਜੋ ਲਾਇਸੈਂਸ ਥੈਰੇਪਿਸਟ ਹੈਗਾ ਹੈ ਉਹ ਤੁਹਾਨੂੰ ਮਦਦ ਕਰਕੇ ਤੁਹਾਡੀ ਪ੍ਰੋਬਲਮਸ ਦੇ ਥਰੂ ਗੱਲ ਕਰਕੇ ਕੈਨ ਹੈਲਪ ਯੂ ਫੀਲ ਬੈਟਰ ਬਟ ਸਮਟਾਈਮਸ ਵੈਨ ਇਟਸ ਏ ਹਾਰਮੋਨਲ ਇਸ਼ੂ ਯੂ ਐਕਚੁਲੀ ਨੀਡ ਟੂ ਟੇਕ ਮੈਡੀਕੇਸ਼ਨ ਸੋ ਵਟ ਆਈ ਵਾਂਟ ਟੂ ਟਾਕ ਅਬਾਊਟ ਇਜ਼ ਐਕਚੁਲੀ ਦ ਸਟਿਗਮਾ of mental health issues in our society. It's not just our society, but I think it tends to be worse in our... Hello. Keetan ji? In general, in Indian culture, I think that jo perspective litta janda hai mental health de bare or both negative at, and that can actually make mental health issues and depression worse because agar koi theek nahi feel kar gaya they may never seek out help that they need and maybe end up at the position of suicide because stigma yanna hai gai ki oh a banda keh raha hai ki oh mentally theek nahi hai ede naal gal hi na karo you know ਇਹਦਾ ਵਿਆਹ ਹੀ ਨਾ ਕਰੋ ਜਾਂ ਇਹਨੂੰ ਜੋਬ ਹੀ ਨਹੀਂ ਮਿਲਣੀ ਚਾਹੀਦੀ ਜਾਂ ਜੋਬ ਨਹੀਂ ਮਿਲਦੀ ਕਿਉਂਕਿ ਪ੍ਰੋਬਲਮ ਹੈ ਮੈਂਟਲੀ ਸੋ ਦੇਰ ਸੋ ਮੈਨੀ ਇਸ਼ੂਜ਼ ਦੈਟ ਆਈ ਥਿੰਕ ਕਿ ਅਗਰ ਅਸੀਂ ਆਪਣੇ ਆਪ ਤੋਂ ਪਹਿਲੇ ਸ਼ੁਰੂ ਕਰੀਏ ਤੇ ਉਸ ਬੰਦੇ ਨੂੰ ਅਸੀਂ ਐਮਪਥੀ ਨਾਲ ਤੇ ਸਿੰਪਥੀ ਨਾਲ ਤੇ tenderness now dekhiye ki ab banda suffer kar raha hai we should not say something negative that this person is suffering mentally then maybe we can all easily seek out help and I think that the stigma is really making things worse and I don't know why it exists it's understandable but I think that that's also a very important and large component of depression that needs to be addressed because if we continuously have this stigma then no one will ever seek out help and that is a starting place to improve the outcome of depression and hopefully prevent suicide. So that's all I wanted to share. Thank you, Kirtan Kaur, my dear. Thanks a lot, Kirtan ji. I think... of course. We would request ki tusi aggo vi sade naal isi tarike apni knowledge da share paoge baki topics de naal vi. Yes, absolutely. I think the way you were sharing, ta mainu ik joke yaad aa gaya te us to baad assi Jagpreet Veer nu kahange ki oh land question land ki Veer ji ne sunaya si ki koi bande nu puchda hai ki bhi ki gal hai main dekhya tu kal bada khush si ke ki hoya hai keh raha actually kal mera mood on si is karke te keh raha hun tu aave hi russa hoya hai bilkul tera dimag matlab bilkul ki ho gaya keh raha bas mainu na andro hi mera mood off hai ਤਾਂ ਉਹਦੀ ਪਿੱਠ ਉੱਤੇ ਹੱਥ ਮਾਰ ਕੇ ਕਹਿੰਦਾ ਹੈ ਕਹਿੰਦਾ ਖਿਆਲ ਰੱਖੀ ਜ਼ਿਆਦਾ ਔਨ ਆਫ ਕਰੋ ਨਾ ਤਾਂ ਕਦੀ ਕਦੀ ਫਿਊਜ਼ ਵੀ ਉੱਡ ਜਾਂਦਾ ਅਮਨ ਜੀ ਇਹ ਨਿਮ੍ਰਿਤ ਕੌਰ ਸਕਰੀਨ ਤੇ ਕੋਈ ਕੁਐਸਚਨ ਪੁੱਛ ਰਹੇ ਨੇ ਉਹ ਕੀ ਕੁਐਸਚਨ ਹੈ ਨਿਮ੍ਰਿਤ ਕੌਰ ਜੀ ਸਰ ਹੈਲੋ ਹਾਂਜੀ ਨਿਮ੍ਰਿਤ Sir, my friend Ankit from name Chandramani want to ask you, share something. Ji, Ji Ankit ji, please. Ji, main bahut nervous feel kar raha hu, matlab share karne ke liye. Please, you're like a family here, you are free, feel free to share. Thank you, sir.
सर अभी रिसेंटली मेरी दादी एक्सपायर कर गई, मतलब एक साल हो गया है लगभग, पर अभी मतलब बहुत, मतलब अभी रिलेशनशिप भी बहुत मतलब खराब चल रहा है, मतलब पेरेंट्स भी मतलब बहुत प्रेशर, मतलब डिप्रेशन टाइप का हो गया है, मतलब समझ में नहीं आ रहा है क्या करूं, इधर कैरियर को लेके डिप्रेस्ड हूं, ऊपर से रिलेशन में भी ब्रेकअप, मतलब जिस पे मतलब ट्रस्ट करता था, दादी के बाद सेकंड पर्सन थी उस पे मैं बहुत ट्रस्ट करता था, पर अभी ब्रेकअप हो गया रिसेंटली और कुछ समझ में नहीं आ रहा है। हाँ जी, अंकित जी बोल रहे हैं आप? जी अंकित जी, हम पहले ये मान सकते हैं कि जितने भी दुनिया पे लोग आते हैं, हम सब की एक ना एक दिन डेथ होती है। जी अच्छा, इसको हम लॉज ऑफ नेचर मान लेते हैं। जी सर। तो उसमें जो अब हमारे साथ बिछड़ गए हैं, चाहे मेरे पेरेंट्स हैं, चाहे मेरे ग्रैंड पेरेंट्स हैं, चाहे मेरी वाइफ है, चाहे मेरा हस्बैंड है ना, तो अब हम ये मान के चलेंगे कि हम फॉर एवर तो नहीं रह सकेंगे ना, तो कॉज ऑफ नेचर में डेथ हो जाती है। तो इसको अगर हम एम्ब्रेस कर लें, एक्सेप्ट कर लें, तो आप कम अज कम पेसिमिज्म में नहीं जाएंगे, आप उदास नहीं होंगे। सेकेंड, आपकी जो रिलेशनशिप है, अगर मैं उसका नाम रख दूं, बॉयफ्रेंड या गर्लफ्रेंड, वही वाली है? हाँ, गर्लफ्रेंड। हाँ हाँ, अगर वो रिलेशनशिप ब्रेक हो गई है ना, तो आप ये मान के चलो वो गर्ल ना मेरे लिए थी ही नहीं, बस। सर एक्चुअली क्या हो रहा है कि मेरे से ना एक्सेप्ट हुआ ही नहीं जा रहा है। एक्चुअली तीन बार मैं रिलेशनशिप में आ चुका हूँ, सबने मतलब ऐसे ही धोखा हो हाँ। गया ऐसे। हाँ, पर इस बार का मतलब इतना ज्यादा डीपली था कि मतलब अब मतलब जो प्रॉमिस उसने किए थे, मैंने कुछ किए थे, कुछ प्लान्स भी थे हम लोग के, पर कोई मतलब एक्सेप्ट ही नहीं हो पा रही ये चीज, मतलब कि हाँ कि ब्रेकअप हो गया है, वो चली गई है। अंकित जी, अब इस टाइम मैं आपके शू में पैर डाल के देखूं तो मेरे को आपके साथ हमदर्दी है, लेकिन मैं ये भी कह सकता हूं, अगर आप मेरे को ये हक दें, कि शायद इस टाइम आपका मन काफी ना लो हो गया, मन कमजोर हो गया। जी सर। तो हम ना यहाँ पर यही तो सीख रहे हैं कि अब अगर मन कमजोर है, तो पहले मन का सोचने का पैटर्न क्या था, अगर उसके कारण हम कमजोर हो जाते हैं, तो अब हमने अपने आप को सिखाना है। मैंने तो ये भी सुना था कि पहला क्रश जो होता है वो थोड़ा मुश्किल होता है, तो अगर ये के बदले आपका तीसरा हो गया, तो अब तो ना आप इसको एक्सेप्ट ही कर लो कि आगे से मैंने इस पंगे में पढ़ना ही नहीं है। हाँ सर। ठीक है जी सर। तो अब ना आप पॉजिटिव हो जाओ कि अब ना टाइम आएगा, जैसे देखा जाएगा, अब मैंने किसी टोटे को फंसाना नहीं है बस। जी सर। ये लैंग्वेज मैं जान के नौजवानों वाली बोल रहा हूँ। चलेगा। हाँ सर। हाँ, थोड़ा मैं आपका मन बनाने की कोशिश कर रहा हूँ ताकि आपको थोड़ी ताकत मिले, अब इसको एक्सेप्ट कर लो। थैंक यू। मैंने अमेरिका में एक सेइंग सुनी थी कि अगर आप रिवर को ओशन के किनारे पर खड़े हैं ना, बीच पे, तो वहां पर ना वेव आती है, तो वेव हमारे पांव को छू के फिर वापस चली जाती है,
तो मेरे हाथ में ना रुमाल था, अगर मेरा रुमाल गिर गया और उस टाइम वेव आई और मेरे रुमाल को अंदर ले गई, हाँ, तो वो सेइंग है कि इफ दिस इज योर्स तो वेव अपने आप आएगी मेरे पांव पे, वो रुमाल को वापस छोड़ देगी जी। सेकंड, अगर वो रुमाल वापस नहीं आया, वेव नहीं लेके आई, तो बस एक्सेप्ट इट कि इट वाज नॉट योर्स जी सर। बस ऐसे ना अपने अपने मन को हमने समझाना है, उस लड़की को बुरा भला नहीं कहना है उसके बारे में। नहीं सर, मैं ऐसे बुरा भला नहीं कर रहा हूं, पर एक्सेप्ट ही नहीं हो पा रही है बात की। बस अब एक्सेप्ट करने की मैंने आपसे एक एंगल ट्राई किया है। आप वो कोरोना में वो वाली ट्रेन चल रही है, मैंने उसकी टिकट आपको खरीद के दिया, बैठ जाओ उसमें। जी सर। दिलमोन वांट्स टू ऐड ऑन समथिंग टू दिस। जी दिलमोन जी प्लीज। जी हाँ जी दिलमोन जी प्लीज शेयर। मैं अंकित आप अभी जो बात कर रहे थे जस्ट उससे रिलेटेड मुझे एक जोक याद आया, आई थॉट आई वुड शेयर विद यू, क्योंकि अभी बातें कर रहे थे और वीर जी ने भी कुछ बातें करी, तो कीर्तन ने एक बहुत अच्छी बात बोली यूएस से कि कई बार खाली चीज को कह देना कि ऐसे नहीं करना चाहिए, इट साउंड्स वेरी इजी बट उतना आसान होता नहीं है, राइट? हाँ, तो, हाँ सर, वो तो है। एक मुझे जोक क्लिक करा, आई थॉट आई वुड शेयर विद यू। कभी कभी इंसान को जोक से बहुत अच्छा मैसेज मिल जाता है। तो एक बार एक रिपोर्टर एक पागल खाने में जाता है, वो देखता है तरह तरह के पागल होते हैं, लोगों को देख रहा होता है, तो वो साथ में वो उसके ऊपर रिसर्च कर रहा होता है कि यहाँ पे किस किस तरह के केस आते हैं। एक डॉक्टर उसके साथ चल रहा होता है जो उसको हर किसी के बारे में बता रहा होता है। वो पहले सेक्शन में जाता है, देखता है एक पागल है, वो चारों तरफ कमरे में घूम रहा है, बिना बात के हंस रहा है, कुछ भी अजीब अजीब सी हरकतें कर रहा है। तो रिपोर्टर डॉक्टर से पूछता है इसको क्या प्रॉब्लम है, तो बोलता है कि ये किसी लड़की से बहुत प्यार करता था, उसके प्यार में बिल्कुल पागल था, बट फॉर व्हाटएवर रीजन इसकी शादी नहीं हो पाई, तो उस गम में ये बेचारा पागल हो गया, क्योंकि ये हमेशा यही सोचता रहता है कि अगर मेरी शादी वहां हो गई होती तो मेरा जीवन कुछ और होता, और अपने जीवन में हर मोड़ पर कभी भी कुछ भी घटना होती थी तो ये वापस उसी सोच में जाके कंपेयर करता था कि नहीं, अगर मैं उसके साथ होता तो मेरा जीवन कुछ और होता, और इसी वजह से ये पागल हो गया। वो कहता ठीक है, वो आगे जाता है एक दूसरे कंपार्टमेंट में, जब जाता है वहां एक और पागल को देखता है, वो और भी बुरी हालत में था, वो बिना बात के रोता जा रहा था रोता जा रहा था, थोड़ी देर में हंसना चालू कर देता था फिर रोता चला जाता था। तो रिपोर्टर कहता है ये क्या है, वो कहता है ये दूसरी कैटेगरी के हैं, इनको हमें चेन में बांध के रखना पड़ता है, नहीं तो ये किसी को कुछ भी हार्म पहुंचा देते हैं। तो वो कहता है कि इसके साथ क्या प्रॉब्लम है, कहता है वो जिस लड़की से वो पिछले वाले की शादी नहीं हो पाई, इसकी असल में उससे शादी हो गई थी। तो डोंट आई मीन आई दिस इज नॉट अगेंस्ट एनीथिंग, बट कभी कभी छोटी बातों से हमें जिंदगी में बात समझ आ जाती है। और दूसरा, व्हेन यू वुड सेल थ्रू दिस, बहुत सारे इमोशंस जो होते हैं ना, भले लोग कहेंगे छोड़ दो भूल जाओ मत सोचो, बट आप अंदर से नहीं कर पाओगे। कोई बात है सर, आपको कोई बात नहीं, होने दो, दैट इज वेरी नेचुरल, दैट इज पार्ट, आप अकेले नहीं हो, पहले नहीं हो, आपने कितनी हिंदी मूवी देखी होंगी, सब में यही होता है ना, आज आपको एकदम लग रहा होगा हर मूवी जैसे मेरे लिए ही बनाई गई है, कल तक ऐसे नहीं नजर आई होगी, आज लग रहा होगा हर गाना जैसे मेरे लिए ही बना है, कल तक नहीं हुआ होगा,
तो दिस इज वेरी नेचुरल ऑब्जर्व सॉरी फॉर इंटरप्टिंग सर शायद ये आपने सीन रहा है ये शायद धमाल मूवी का सीन है शायद क्या है धमाल मूवी का सीन है शायद सर जो आपने बताया ये अभी कि एक पागल था उसको चैन से बांध रखा था तो एग्जैक्टली व्हाट यू हैव टू अंडरस्टैंड ये सब जो होता रहेगा ये नेचुरल है उस इमोशन को देखते रहो डोंट थिंक टू मच नेगेटिव अबाउट एनीवन कि किसी ने मेरे साथ ऐसा कुछ करा है नहीं कोई रिस्पॉन्सिबल नहीं है क्रिकेट खेलते हो आप हाँ सर ओके क्रिकेट में देखा इंडिया की टीम कैसे जी जान लगाती है कैसे कोहली खेलता है कैसे धोनी खेलता है ठीक है ये हाँ. अभी रिसेंटली वर्ल्ड कप हुआ था मैं इंडिया पाकिस्तान का मैच देखने लाइव गया था मैं लंदन में रहता हूँ यूके में मैच था मैनचेस्टर में तो मैं देखने के लिए गया एक अलग तरह का जनून होता है दोनों तरफ स्टेडियम में आधे हिंदुस्तानी थे आधे पाकिस्तानी थे दोनों तरफ पूरा जनून था बट एंड ऑफ द डे एक ही आदमी जीतता है उस दिन इंडिया जीत गई बहुत खुश हुआ होगा विराट कोहली बहुत खुश हुआ हम सब बहुत खुश हुए बहुत चिल्लाए स्टेडियम के अंदर गला फाड़ फाड़ के घर आए तो गला दर्द ठीक है उसके कुछ दिनों बाद इंडिया इंग्लैंड का मैच हुआ हमें लगा बहुत ईजी मैच है मेरे घर में मेरे सारे फ्रेंड्स आए हुए थे हम सब पूरे घर में इकट्ठा बैठ के मैच देख रहे थे मेरा बेटा इकलौता था जो इंग्लैंड को सपोर्ट करता था हम बाकी के सब इंडिया सपोर्टर थे अल्टीमेटली हम सोचते थे बहुत इजी मैच है इंडिया आराम से जीत जाएगा बट इंडिया हार गया तो क्या हुआ वर्ल्ड कप से भी बाहर हो गया हम नंबर वन रेटिंग पे चल रहे थे नहीं जीत पाए तो क्या हुआ कोहली ने खेलना छोड़ दिया नहीं सर कोहली भी ऐसे ही हर्ट हुआ होगा जैसे आप हो रहे हो इस टाइम क्योंकि उसका फोकस पूरी जिंदगी का सिर्फ एक चीज पे लगा हुआ था उसने सब कुछ कमाया नाम कमाया कि मुझे वर्ल्ड कप जीतना है बिल्कुल नजदीक तक जाके छू कर वापस आ गया मैच नहीं जीत पाया राइट हाँ सर बट कोहली ने खेलना नहीं छोड़ दिया सिंपली आप भी अपनी जिंदगी में जो कुछ चल रहे थे ना एकदम ऐसे ही लगना पड़ेगा ये लगेगा मेरा वर्ल्ड कप था मेरे हाथ से छूट गया बट उसके लिए इतने परेशान मत होना और बहुत सारे वर्ल्ड कप आएंगे और बहुत खेलोगे अपने अंदर से इमोशंस होंगे परेशानी होगी उससे भी परेशान मत होना परेशानी होना इज नेचुरल बट चलते चले जाना दैट वुड हेल्प यू हाँ सर श्योर थैंक यू थैंक यू थैंक यू जी सो आई थिंक साढ़े को आज टाइम भी बहुत घट है ते बट मेरी सारे नाल ही सांझ है कि एक गुरबाणी का प्लेटफॉर्म है ते वीर जी क्योंकि साढ़े नाल आज बहुत सारे नवे संगत चो भी बंदे जुड़े ने सिंस 26 ईयर्स वीर जी हैज डेडिकेटेड हिज लाइफ टू डू रिसर्च ऑन गुरबाणी एंड टू शेयर विद अस कि जिन्हों असी जीवन जाच का खजाना द लिविंग ट्रेजर कहते हैं कि उहदे नाल मेरी जिंदगी किवें सवर सकती है दैट इज़ द बेसिक आइडिया ऑफ द होल प्रोग्राम इत्थे किसी नूं भी जज नहीं किया जाता ये भी इस प्रोग्राम की एक मेन कड़ी है तो जिवें कि मेरे वीर अंकित ने सवाल पूछे है या कोई भी बंदा इत्थे आके सवाल पूछता है तो असीं ते बहुत शुक्रगुजार हाँ क्योंकि मैनू ही लगता है कि वह बंदा बड़ी हिम्मत करके अपना क्वेश्चन साढ़े अगे पुटअप करता है क्योंकि साड़ी जिंदगी दे विच भी इस तरह के बड़े सारे मसले चलते रहते हैं तो मैं नाल ही खिमा का जाचक हाँ कि असी अज जगप्रीत जी नू सॉरी वीर जी प्लीज इफ यू वॉन्ट टू ऐड अमन जी मैं सब नू रिक्वेस्ट वैबसाइट ते और फेसबुक ते असी लिंक दिखा देंगे कल सवेरे 9:30 आर्ट ऑफ हीलिंग वाला जिहड़ा जूम प्रोग्राम होगा सहज पाठ ग्रुप है वो जरूर ज्वाइन करन सबनों काफ़ी हेल्प मिल सकती है
ਤੇ ਅਸੀਂ ਆਪਣਾ ਪ੍ਰੋਗਰਾਮ ਸੈਕਿੰਡ ਨੈਕਸਟ ਸੈਟਰਡੇ ਫੇਰ ਕਰਾਂਗੇ। ਤੇ ਜਿਨ੍ਹਾਂ ਜਿਨ੍ਹਾਂ ਕੋਈ ਸੋਲੂਸ਼ਨਸ ਨੇ, ਜਿਵੇਂ ਕੈਨੇਡਾ ਤੋਂ ਇੰਦਰਪਾਲ ਕੌਰ ਜੀ ਦਾ ਮੈਸੇਜ ਆਇਆ ਕਿ ਉਹਨਾਂ ਕੋਲ ਕੁਝ ਸੋਲੂਸ਼ਨਸ ਨੇ, ਤੇ ਉਹ ਸੋਲੂਸ਼ਨਸ ਇਸ ਤਰ੍ਹਾਂ ਹੁਣ ਜਲਦੀ ਜਲਦੀ ਡਿਸਕਸ ਨਹੀਂ ਹੋ ਪਾਉਣਗੇ, ਤਾਂ ਉਹ ਵੈਲਿਊਏਬਲ ਸੋਲੂਸ਼ਨਸ ਅਸੀਂ ਲੈਣੇ ਨੇ। ਬੋਂਬੇ ਤੋਂ ਜਸਮੀਤ ਸਿੰਘ ਜੀ ਨੇ, ਹੋਰ ਵੀ ਜਿਹੜੇ ਜਿਹੜੇ ਕਰਨਾ ਚਾਹੁੰਦੇ ਨੇ, ਉਹ ਸਾਰਿਆਂ ਨੂੰ ਅਸੀਂ ਨੈਕਸਟ ਸੈਟਰਡੇ ਟੋਪ ਪ੍ਰਾਇਓਰਿਟੀ ਤੇ ਪਹਿਲਾਂ ਲਿਸਟ ਕਰ ਲੈਂਦੇ ਹਾਂ। ਤੇ ਜਿਹੜੇ ਬੈਂਗਲੋਰ ਵਾਲੇ ਕਵਲਜੀਤ ਜੀ ਨੇ ਜਾਂ ਹਰਜੀਤ ਜੀ ਨੇ, ਉਹਨਾਂ ਸਾਰਿਆਂ ਨੂੰ ਤੁਸੀਂ ਉਹਨਾਂ ਦੀ ਦੋ ਦੋ ਮਿੰਟ ਸ਼ੇਅਰਿੰਗ ਲੈ ਲਓ। ਹਾਂਜੀ, ਵੀਡੀਓ ਕਾਲ ਕਰਦੇ ਆ ਕਵਲਜੀਤ ਜੀ ਅਗਰ ਸਾਡੇ ਨਾਲ ਨੇ ਤਾਂ ਪਲੀਜ਼ ਆਈ ਵੁੱਡ ਰਿਕੁਐਸਟ ਕਿ ਉਹ ਵੀਡੀਓ, ਆਈ ਥਿੰਕ ਸ਼ੀ ਹੈਜ਼ ਲੈਫਟ, ਸੋ ਵੀ ਵਿਲ ਟ੍ਰਾਈ ਨੈਕਸਟ। ਨਹੀਂ ਯਾਰ, ਅਮਨਪ੍ਰੀਤ ਜੀ। ਅੱਛਾ, ਸੋਰੀ ਜੀ। ਜੀ 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 ਹਾਂਜੀ, ਪਲੀਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਨੂੰ ਗੁਣਵੰਤ ਭੈਣ ਜੀ, ਗੁਰੂ ਫਤਿਹ ਪਰਵਾਨ ਕਰਨਾ ਜੀ। ਐਕਚੁਲੀ ਸਭ ਨੇ ਇਤਨਾ ਕੁਛ ਹੁਣ ਸ਼ੇਅਰ ਕਰ ਦਿੱਤਾ ਹੈ, ਐਂਡ ਵੀ ਆਰ ਆਲਸੋ ਸ਼ੋਰਟ ਆਫ ਟਾਈਮ, ਸੋ ਆਈ ਵੁੱਡ ਜਸਟ ਟੇਕ ਦਿਸ। ਗੁਣਵੰਤ ਭੈਣ ਜੀ, ਗੁਰੂ ਫਤਿਹ ਜੀ, ਸੋ ਵੀ ਵੁੱਡ ਜਸਟ ਟੇਕ ਦਿਸ ਓਪਰਚੁਨਿਟੀ ਟੂ ਥੈਂਕ ਸਾਡੇ ਪਿਆਰੇ ਪਿਆਰੇ ਵੀਰ ਭੁਪਿੰਦਰ ਸਿੰਘ ਜੀ ਨੂੰ, ਕਿ ਇਤਨਾ ਉਪਰਾਲਾ ਕਰ ਰਹੇ ਨੇ ਸਾਰਿਆਂ ਨੂੰ ਯੂਨਿਟੀ ਚ, ਇੱਥੇ ਅੱਛੇ ਅੱਛੇ ਵੀਡੀਓਜ ਭੇਜ ਰਹੇ ਨੇ, ਕੁੜਿਆਰ ਤੋਂ ਸਚਿਆਰ ਕਿੰਜ ਬਣਨਾ ਐਂਡ ਆਰਟ ਆਫ ਲਿਵਿੰਗ ਐਂਡ ਲਾਈਫ। ਸੈਲਡਮ ਇਨ ਲਾਈਫ ਕਮਸ ਅ ਸੋਲ ਦੈਟ ਲਿਵਸ ਫਾਰ ਅਦਰਸ, ਹੀ ਇਜ਼ ਅ ਟਰੂ ਬਿਲੀਵਰ ਆਫ ਦਾ ਪਾਵਰ ਆਫ ਯੂਨਿਟੀ ਐਂਡ ਹਿਊਮੈਨਿਟੀ, ਟਰਾਂਸਫਾਰਮਿੰਗ ਲਾਈਫ ਐਂਡ ਐਕਸਪਲੇਨਿੰਗ ਦ ਡੈਪਥ ਆਫ ਦਾ ਜੈਮਸ ਆਫ ਦਾ ਗੁਰਬਾਣੀ ਇਨ ਹਿਸ ਵੀਡੀਓਜ ਐਂਡ ਇਨ ਹਿਸ ਵਿਚਾਰ, ਸਪਰੈਡਿੰਗ ਅਬੰਡੈਂਸ ਆਫ ਲਵ ਟਰੁਥਫੁਲਨੈਸ, ਇਜ਼ ਅ ਟਰੂ ਵਿਸ਼ਨਰੀ ਸੋਇੰਗ ਸੀਡਸ ਆਫ ਯੂਨੀਵਰਸਲ ਬ੍ਰਦਰਹੁੱਡ, a dawn of human consciousness, the unique method of combining gurbani with modern science, a great philanthropist, selfless service to humanity, a greater orator of the sixth jagat and the greatest visionary on this planet. I would not like to take more time, we can share next time. Thank you all for listening. Thank you. Thanks a lot. Thanks. Thank you. Amanpreet Singh ji, Jujar Singh ji, Gunwan Pan ji. Thank you. Asi koshish karange ki tusi aan waliyan classan vich vi sade naal apna hissa. Haan ji, haan ji, zarur zarur zarur. Thank you. Actually sir, can you share the link of your Facebook account in the chat? I want to join it. Yes. Gilla kara ke shukka kara. Gal karni. Fate bulao. Kada khulla hai na. ਸੋ ਅਸੀਂ ਅੱਜ ਦਾ ਟੋਪਿਕ ਔਰ ਅੱਜ ਦੀ ਕਲਾਸ ਇੱਥੇ ਹੀ ਇਹਨੂੰ ਕੰਕਲੂਡ ਕਰਨ ਦੀ ਕੋਸ਼ਿਸ਼ ਕਰਾਂਗੇ। ਆਈ ਐਮ ਸ਼ੋਰ ਦਾ ਟੋਪਿਕ ਹਜੇ ਬਿਲਕੁਲ ਹਜੇ ਬਿਗਨਿੰਗ ਵਿੱਚ ਹੀ ਹੈ, ਅਤੇ ਮੈਨੂੰ ਇਹ ਲੱਗ ਰਿਹਾ ਕਿ ਇਟ ਨੀਡਸ ਫਰਦਰ 2-3 ਮੋਰ ਸੈਸ਼ਨ ਐਸ ਵੈਲ। ਅਤੇ ਇੱਕ ਵਾਰੀ ਫਿਰ ਅਸੀਂ ਉਹਨਾਂ ਸਾਰਿਆਂ ਤੋਂ ਖਿਮਾ ਦੇ ਜਾਚਕ ਹਾਂ ਜਿਨ੍ਹਾਂ ਨੂੰ ਅੱਜ ਅਸੀਂ ਆਪਣੀ ਸ਼ੇਅਰਿੰਗ ਵਾਸਤੇ ਜਾਂ ਕੁਸ਼ਚਨ ਵਾਸਤੇ ਟਾਈਮ ਨਹੀਂ ਦੇ ਪਾਏ। ਜਸਪ੍ਰੀਤ ਸਿੰਘ ਜੀ ਨੇ ਮੋਹਾਲੀ ਤੋਂ, ਉਹਨਾਂ ਦਾ ਕੁਐਸਚਨ ਤੇ ਲੈ ਲਵੋ ਨਾ, ਅਸੀਂ
Okay. Jagpreet ji, please. talking about the negative emotions which are going inside your head if you are facing some problem in life. Jive kisi da business 10-15 saal pehle chala gaya and he is still ranting about the same subject ki mere naal badi maadi ho gayi, mere naal badi maadi ho gayi, is karke meri life disturb ho gayi. Ya kudiyan jaake peke eh gal kar diyan ne, they are encouraged to talk because it is said to relieve their heart. Or things like, even today, if you see the scenario, a lot of people are thinking ki we are locked in a jail because corona karke si bahar nahi nikal sakte. Te unhan nu eh feeling aandi hai ki assi jail vich hi lock up ho gaya sada. Te they are ranting about the same subject again and again and again. So my question is, does Gurbani support catharsis, or does Gurbani supports positive psychology which says talk about the positive things because it is rewiring your brain? Gurbani is bare ki kehndi hai? Theek hai, Jagpreet ji, very good question. Tusi na eh jehde negatives oh catharsis jehda karda hai na, ਇਹਨਾਂ ਦੀ ਲਿਸਟ ਬਣਾ ਲਓ, ਨੈਕਸਟ ਟਾਈਮ ਤੁਸੀਂ ਇਹਨੂੰ ਸ਼ੇਅਰ ਕਰਨਾ, ਫਿਰ ਅਸੀਂ ਗੁਰਬਾਣੀ ਤੋਂ ਪੁੱਛਾਂਗੇ ਕਿ ਗੁਰਬਾਣੀ ਸਾਨੂੰ ਦੇ ਬਾਰੇ ਕੀ ਕਹਿੰਦੀ ਹੈ। ਠੀਕ ਹੈ, ਜੋ ਨੈਗੇਟਿਵ ਸ਼ੇਅਰ ਕਰਦਾ ਨਾ ਉਹਨਾਂ ਦੀ ਤੁਸੀਂ ਆਪਣੇ ਰਿਟਨ ਲਿਸਟ ਬਣਾ ਲਓ। ਫਾਈਨ, ਥੈਂਕ ਯੂ ਜੀ ਅਮਨ ਜੀ। ਸੋ ਥੈਂਕ ਯੂ ਜਗਪ੍ਰੀਤ ਜੀ, ਤੇ ਅਸੀਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਤੇ ਦਿਲੋਂ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਤੇ ਸਾਡੇ ਨਾਲ ਇਸ ਜ਼ੂਮ ਦੇ ਜ਼ਰੀਏ ਰੂਬਰੂ ਹੋਏ। ਫੇਸਬੁੱਕ ਤੇ ਵੀ ਇੰਡੀਆ, ਲੰਡਨ, ਅਮੈਰੀਕਾ, ਪਾਕਿਸਤਾਨ, ਸਭ ਜਗ੍ਹਾ ਤੋਂ ਜਿਹੜੀਆਂ ਸੰਗਤਾਂ ਸਾਡੇ ਨਾਲ ਜੁੜੀਆਂ। ਤੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਲਿਵਿੰਗ ਚੇਅਰ ਦੇ ਵਿੱਚ ਅਸੀਂ ਇਹ ਇੱਕ ਨਿਰੰਤਰ ਕੋਸ਼ਿਸ਼ ਕਰਦੇ ਰਹਿੰਦੇ ਹਾਂ ਕਿ ਵੀਰ ਜੀ ਦੇ ਪ੍ਰੋਗਰਾਮ ਟੀਵੀ ਚੈਨਲ ਦੇ ਉੱਤੇ ਤੇ ਹੋਰ ਸਾਰੀਆਂ ਜਗ੍ਹਾਵਾਂ ਤੇ ਵੀ ਚੱਲਣ। ਉਹਦੇ ਵਾਸਤੇ ਵੀ ਹੰਬਲੀ ਰਿਕੁਐਸਟ ਯੂ ਕਿ ਜੇਕਰ ਤੁਸੀਂ ਸਾਨੂੰ ਮੰਥਲੀ ਕੰਟਰੀਬਿਊਟ ਕਰ ਸਕਦੇ ਹੋ, ਵਾਟ ਐਵਰ ਸਪੋਰਟ ਯੂ ਕੈਨ ਆਫਰ ਅਸ, ਯੂ ਹੈਵ ਆਲ ਦ ਡੀਟੇਲਸ ਆਫ ਆਰਸ, ਯੂ ਕੈਨ ਰੀਅਲੀ ਹੈਲਪ ਅਸ ਵਾਟ ਐਵਰ ਦ ਕੁਐਸਚਨ ਇਜ਼, ਨੋਟ ਹਾਊ ਮਚ, ਦ ਕੁਐਸਚਨ ਇਜ਼ ਇਫ ਯੂ ਕੈਨ ਜੁਆਇਨ ਅਸ ਵਿਦ ਵਾਟ ਐਵਰ ਫਾਈਨੈਂਸ਼ਲੀ, ਇਫ ਯੂ ਕੈਨ ਜੁਆਇਨ ਆਰ ਹੈਂਡ, ਇਫ ਯੂ ਕੈਨ ਡੂ ਦ ਐਡੀਟਿੰਗ ਆਫ ਬੁੱਕਸ, ਇਫ ਯੂ ਕੈਨ ਰਾਈਟ ਪੈਨ ਡਾਊਨ ਦ ਆਡੀਓ ਬੁੱਕਸ। ਸੋ to conclude our topic, I would say ki since 27 years, one thing which I have seen in Veerji and which he has able to bring forward to us through Gurbani is ki he is always, matlab mainu haje vi yaad hai depression wale seminar de vich Veerji ne ek incident share kita si ki koi banda hai oh kehnda hai ki main apni zindagi de vich kadi vi haranga nahi, ta ohda student nu puchda hai ki ਆਪ ਕੈਸੀ ਬਾਤ ਕਰਤੇ ਹੋ, ਆਪ ਸਾਇੰਸ ਕੇ ਟੀਚਰ ਹੋ, ਮਾਨ ਲਿਆ ਕਿ ਸਾਇੰਸ ਮੇਂ ਆਪਨੇ ਪੀ ਐਚ ਡੀ ਕੀ ਹੋਗੀ ਤੋ
आपको साइंस में कोई नहीं हरा सकता, बट ऐसा कैसे हो सकता है कि आप हारोगे ही नहीं? यहाँ पे सामने हमारे अखाड़ा लगा है, आपसे तीन तीन गुना बंदे हैं, आपको एक ऐसे मारेंगे तो आप हार जाओगे। कह रहा है भाई जब मैं वहां जाऊंगा तो मैं पहले ही नीचे लेट जाऊंगा और मैं मान लूंगा कि मैं हार। दिस इज व्हेन वी शेयर डिप्रेशन, ही शेयर कि असी करो ही तैयार है कि असी हारे हुए हैं, साडे अंदर जितन की कोई लीली नहीं है। एंड आई थिंक जे असी अपने रिलेशनशिप्स दे विच, अपनी जिंदगी दे विच इस स्टेप वास्ते पहले ही तैयार हाँ ना कि आई एम विलिंग टू लूज, आई थिंक डिप्रेशन विल नेवर एम्बरेस अस, वो सानू कभी भी चपेड़ नहीं लगा सकेगा। सो इन्हों लफ्जा ही असी खिमा दे जा चुका, ते वी होप कि तुसी इसी तरीके दे नाल साडे नाल नैक्सट वीक भी जुड़ोगे। जे तुहाडे कोई सजैशन होन, तुसी कोई भी सानू हेल्प कर सकते हो इस सैशन नू बैटर बनाउण वास्ते, वी विल बी रियली थैंकफुल टू यू। साडे कोल बहुत थैंक्स आए ने अज चैट उत्ते भी, ते वी आर थैंकफुल टू यू दैट यू आर रियली हेल्पिंग अस टू स्प्रेड दिस मैसेज ऑफ गुरबाणी। वाहिगुरु जी का खालसा, वाहिगुरु जी की फतेह। वाहिगुरु जी की फतेह। Thank you.